ਯਾਰ ਹੁਣ ਤਾਂ ਤੀਜਾ ਮਹੀਨਾ ਲੱਗ ਗਿਆ, ਦੇਖੀ ਮੈਂ ਕਿਵੇਂ ਕੀ ਕਹਾਂ ਘਰੇ, ਮੈਨੂੰ ਐਂ ਤਾਂ ਦੱਸ ਦੇ। ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਜੇ ਤੂੰ ਮੰਨੇਗਾ ਦੱਸ ਆਪਾਂ ਵਾਸ਼ਿੰਗ ਕਰਵਾ ਦਿੰਦੇ ਹਾਂ। ਉਹ ਯਾਰ ਪਾਗਲਾਂ ਤੂੰ, ਕਿਉਂਕਿ ਜਵਾਕ ਪਿੱਛੇ ਇੰਨਾ ਕੁਛ ਕੀਤਾ, ਹੁਣ ਤੇ ਤੂੰ ਆਹ ਗੱਲਾਂ ਕਰਦੀ ਆ, ਮੈਂ ਤਾਂ ਆਪਦਾ ਜਵਾਕ ਰੱਖੂਗਾ ਠੀਕ ਆ। ਰਾਜ ਕਹਿੰਦਾ ਤੇਰੀ ਬੂ ਦੇ ਕਾਕਾ ਹੋਣਾ। ਕਦੋਂ ਕਹਿੰਦਾ ਸੀ ਤੇ ਸਮਾਰਕ ਅਨਾਉਂਸਮੈਂਟ ਕਰਵਾ ਦੇ ਨਾ ਗੁਰਦੁਆਰੇ ਚ। ਕਾਦੀ ਕਾਦੀ ਤੇ ਤੂੰ ਜਸ ਨੂੰ ਕਿਉਂ ਦੱਸਿਆਗਾ ਵੀ ਤੇਰੀ ਬਹੂ ਦੇ ਜਵਾਕ ਹੋਣ ਵਾਲਾ? ਓ ਯਾਰ ਸਮਾਰਕ ਅਨਾਉਂਸਮੈਂਟ ਕਰਵਾ ਦੇ ਵੀ ਮੇਰਾ ਤੇ ਸੋਨੀ ਦਾ ਬੱਚਾ ਆਏ ਕਿਹਦੇ ਨਾਲ। ਇਹੀ ਮਾਤਾ ਨੂੰ ਆਪਦੀ ਨੂੰ ਸਮਝਾਏਗੀ ਵੀ ਐਂ ਕਰਕੇ ਜਸ ਨਾ ਹੋਇਆ, ਹੋ ਗਿਆ ਮਾਤਾ ਵੀ ਪਤਾ ਨਹੀਂ ਲੱਗਿਆ ਕਿਵੇਂ ਹੋਇਆ ਕਿਵੇਂ ਨਾ ਵੀ, ਪਰ ਹੋ ਗਿਆ, ਜਸ ਮੇਰੇ ਨਾਲ ਪੈਂਦਾ ਰਿਹਾ। ਆ ਸਾਲ ਕੜਾ ਅੱਜ ਫੇਰ ਖੜਾ ਯਾਰ, ਨਹੀਂ ਇਹ ਦਾ ਚੱਲ ਮੰਮੀ ਮੰਮੀ ਆਈ ਸੀਗੀ। ਠੀਕ ਹੈ ਭੈਣ, ਸਤਿ ਸ਼੍ਰੀ ਅਕਾਲ। ਠੀਕ ਹੈ ਹੋਰ? ਹਾਂ ਵਧੀਆ ਪਈ ਸੀ ਇਹ, ਹੋਰ ਪਈ ਗਈ ਸੀ ਮਾਂ, ਸਿਰ ਜਾ ਦੁਖੀ ਜਾਂਦਾ ਸੀਗਾ। ਹੋਰ ਚੱਸ ਠੀਕ ਆ? ਠੀਕ ਆ। ਹਾਂ ਵਧੀਆ ਕਰਦੇ ਤੁਹਾਡੇ ਕੰਮ ਧੰਦਾ? ਕੰਮ ਤਾਂ ਵਧੀਆ ਕਰਦੇ, ਹਾਂ ਕਰੀ ਲੈਂਦੀ ਆ। ਹੋਰ ਕਿੱਧਰ ਭਾਗ ਗਏ? ਭਾਗ ਗਏ ਇੱਥੇ ਹੋਣ, ਡੈਡੀ ਤਾਂ ਉਧਰ ਗਿਆ, ਖੇਤ ਗਏ ਹੋਣਗੇ, ਘਰੇ ਹੈ ਨਹੀਂ। ਜੱਸ ਕਿੱਧਰ ਗਿਆ? ਇੱਥੇ ਸੀਗਾ, ਚਾਹ ਪੀ ਕੇ ਹਟੇ ਸੀਗੇ। ਜੇ ਘਰੇ ਮਿਲਟਰੀ ਖੜਦਾ ਵਾ ਕਿਤੇ, ਕਿੰਨੇ ਵਾਰੀ ਆ ਕੇ ਘਰੇ ਨਹੀਂ ਹੁੰਦਾ ਉਹ। ਹੁਣ ਤਾਂ ਇੱਥੇ ਜੇ ਖੜਾ ਸੀ ਚਾਹ, ਇੱਕ ਦਵਾਈ ਖਾਂਦਾ ਗਾ, ਇੱਕ ਹੁਣ ਬਾਹਰ ਬਾਹਰ ਜਾਣਾ ਜੀ ਗਰਮੀ, ਹੁਣ ਘਰੇ ਬਾਹਰ ਰੱਖਿਆ ਕਰੋ ਸਾਨੀ। ਬੈਂਦਾ ਹੀ ਨਹੀਂ ਹੈਗਾ ਮੰਮੀ, ਜੇ ਕਹਿ ਦਿੰਦੇ ਕਹਿ ਨਾ ਕੋਈ ਨਹੀਂ, ਮੈਂ ਉਰੀ ਆ, ਮੇਰਾ ਜੀਨ ਲੱਗਦਾ ਘਰੇ। ਫਿਰ ਉਹ ਨਹੀਂ ਬਰਿਆ ਬਰੂ ਕੇ ਰੱਖਿਆ ਕਰੋ ਹੁਣ ਘਰੇ, ਹੁਣ ਮੈਨੂੰ ਤਾਂ ਟੱਕਰਦਾ ਨੀ ਕਦੋਂ ਆਉਣੀ ਇਹਦੇ। ਬਸ ਆਈ ਆ, ਮਨ ਮਰਜ਼ੀ ਦਾ ਮਾਲਕ ਹੈਗਾ, ਕਿਹੜਾ ਘਰੇ ਖੜਦਾ ਹੀ ਕਰਦਾ। ਫਿਰ ਹੁਣ ਤਾਂ ਨੀ ਕੋਈ ਲਾਂਭਾ, ਫਿਰ ਕੁੜੀ ਸੋਨੀ ਮੰਨੀ ਕੰਮ ਧੰਦਾ ਵਧੀਆ ਕਰਦੀ ਆ? ਨਹੀਂ ਕੰਮ ਕੁੰਮ ਤਾਂ ਵਧੀਆ ਕਰਦੀ ਆ, ਮੈਂ ਤੈਨੂੰ ਦੱਸਦੀ ਆਂਗੀ। ਕੀ ਯਾ ਸੋਨੀ, ਤੇ ਤਾਏ ਨੂੰ ਸੱਦ ਕੇ ਲਿਆ? ਕੀ ਕਰਾਵੇਂ ਕੀ ਤਾਏ ਤੋਂ ਹੁਣ? ਉਹ ਤੋਂ ਕੀ ਕਰਾਉਣਾ ਮੰਮੀ, ਜੇ ਬੋਲ ਮਾਰ ਕੇ ਲਿਆ, ਮੈਂ ਦੱਸਦੀ ਆ ਸਾਰਾ ਕੁਛ। ਤੈਨੂੰ ਆਖਿਆ ਨੀ ਵੀ ਅੱਕ ਬੀਜੂ ਹੈ ਨਵਾਂ ਕੋਈ ਹੋਰ? ਜੇ ਬੋਲ ਮਾਰ ਮਾਰ ਲਿਆ ਹੁੰਦੀ ਆ। ਤੂੰ ਕਿਹੜਾ ਬੱਚੇ ਆਖੇ ਤਾਂ ਮੰਨਦੇ ਮੇਰੀ ਗੱਲ? ਚੱਲ ਕੋਈ ਨੀ, ਮੈਂ ਬੁਲਾ ਲਿਆ ਨੀ ਕੋਈ ਤਾਏ ਨੂੰ, ਦੱਸਦੀ ਆ ਮੈਂ ਤੈਨੂੰ ਸਾਰੀ ਗੱਲ, ਆਪ ਵੀ ਦੱਸ ਦੂ। ਹੋਰ ਕਿਵੇਂ? ਠੀਕ ਆ ਬਸ। ਹੋਰ ਭਾਈ ਠੀਕ ਆ? ਵਧੀਆ ਭਾਈ ਆ ਗਏ? ਹਾਂ ਆ ਗਏ। ਅੱਜ ਮਾਂ ਆਈ ਆ ਬਾਈ। ਅੱਛਾ ਦੱਸ ਇਹਦੀ ਸਾਰੀ ਕਰਤੂਤ? ਸਾਰੀ ਕਰਤੂਤ ਮੈਂ ਅੱਖੀ ਦੇਖ ਹੀ ਲਏ ਸੀ ਉੱਥੇ ਖੜੇ ਅੰਦਰ ਬਰਾਂਡੇ ਚ। ਅੱਛਾ ਹਾਂ, ਦੋਨੇ ਮੈਂ ਉਹਦੇ ਦੋਨੇ ਲੱਤਾਂ ਤੋੜੂ ਮੁੰਡੇ ਦੀਆਂ। ਆ ਸੁਣ ਲੈ ਕੀ ਦੇਖਿਆ ਸੀ? ਮੈਂ ਦੋਨੇ ਹੱਥਾਂ ਚ ਹੱਥ ਪਾਈ ਖੜੇ ਸੀ ਦੋਨੇ। ਦੇਖ ਲਾ, ਮੈਨੂੰ ਹੀ ਤੂੰ ਮਾੜਾ ਸਮਝੀ ਜਾਂਦੀ ਸੀ ਕਿ ਤੂੰ ਮੇਰੀ ਧੀ ਨੂੰ ਆਏ ਕਹਿਣੀ ਆਏ ਕਹਿਣੀ ਆ। ਧੀਰ ਤਾਂ ਫਿਰ ਮੁੰਡਾ ਖੜੇ ਫਿਰ ਮਾੜਾ, ਇਹਦਾ ਨੀ ਮਾੜਾ ਹੁੰਦਾ ਹੁੰਦਾ? ਆ ਦੇਖ ਲਾ ਸੁਣ ਲਾ ਫਿਰ, ਆ ਦੇਖ ਲਾ ਭਾਣੇ ਸੁਣ ਲਾ ਇਹਦੀ ਕਰਤੂਤ ਤੇ ਦੀਦੀ ਦੇਖ ਲਾ। ਅੱਛਾ ਮੈਨੂੰ ਕਹੀ ਜਾਂਦੇ ਸੀ ਇਹ ਉਹੀ ਮਾੜੀ ਆ, ਸੱਸ ਉਹੀ ਮਾੜੀ ਆ ਗਈ। ਕੀ ਹੋ ਗਿਆ ਸੁਣ ਲਾ ਦੱਸ ਦੇ ਬਾਈ। ਮੈਂ ਤਾਂ ਹੁਣ ਅੱਖੀ ਦੇਖ ਹੀ ਲਏ, ਉਧਰੋਂ ਆਉਂਦਾ ਸੀ, ਮੈਂ ਤਾਂ ਪੈਸੇ ਫੜਾਉਣ ਆਇਆ ਆਉਂਦਾ ਸੀ, ਮੈਂ ਕਿਹਾ ਜੱਸ ਨੂੰ ਲੈ ਜਾਣਗੇ ਤੁਸੀਂ ਮੰਗੇ ਸੀ ਦੇਖੋ ਮੈਥੋਂ ਪੈਸੇ ਫੜਾਉਣ ਆਉਂਦਾ ਸੀਗਾ। ਮੈਂ ਤਾਂ ਜਦੋਂ ਬਰਾਂਡੇ ਚ ਵੜਿਆ ਗਾਹਾਂ ਇਹ ਦੋਨੇ, ਉਹ ਤਾਂ ਮੈਨੂੰ ਮਾੜੀ ਸਮਝਦੀ ਸੀ ਕਿ ਐ ਬੋਲਦੀ ਐ ਬੋਲਦੀ ਐ। ਦੇਖ ਲਓ ਤੁਸੀਂ, ਮੈਂ ਤਾਂ ਕੁਦਰਤ ਹੀ ਆ ਗਿਆ, ਮੈਂ ਤਾਂ ਦੋਨੇ ਲੱਤਾਂ ਤੋੜੂ ਮੁੰਡੇ ਦੀਆਂ ਰਾਜ ਦੀਆਂ। ਲੱਤਾਂ ਤਾਂ ਗਾਂ ਨੂੰ ਤੋੜਨੀਆਂ ਨੇ, ਤੂੰ ਉਹਦੇ ਕੰਮ ਤੇ ਤੋੜਦੀ ਉਹਨੂੰ, ਤੂੰ ਉੱਥੇ ਚੰਡੀਗੜ੍ਹ ਉੱਥੋਂ ਫੇਰ ਆ ਜਾਂਦਾ ਹੈਗਾ, ਮੰਜੇ ਚ ਪਾਉਣਾ ਪਊ। ਨਹੀਂ ਹੁਣ ਨਹੀਂ ਆਉਂਦਾ ਹੈਗਾ, ਕਹਿ ਦੀ ਉਹਨੂੰ। ਇਹ ਕੰਮ ਕਾਹਨੂੰ ਕਰਨਾ ਹੈਗਾ, ਜਵਾਕ ਰੱਖਦਾ ਮਾਰਾ ਹੋਰ ਰੱਖ ਚ ਡਿੱਗ ਜਾਂਦਾ, ਇਹ ਦੁਆਰ ਕਿੱਥੇ ਲਾ ਲਓ। ਆਹੋ ਕੰਮ ਚੰਗਾ ਬਣੇ, ਮੈਂ ਜਾਨੀ ਆ ਫਿਰ। ਚਾਹ ਪੀ ਕੇ ਬਾਈ ਜੀ ਹੋਰ ਨਾ? ਚਾਹ ਤਾਂ ਬਸ ਹੁਣ ਕਿਹੜਾ ਪੀ ਲਈ ਬਹੁਤਾ। ਚੰਗਾ ਆਇਆ ਸੋਨੀ।
ਮੰਮੀ ਗੱਲ ਤਾਂ ਸੁਣ ਲੈ ਮੰਮੀ, ਦੱਸ ਕੀ ਸੁਣਾ ਸੁਣ ਜੋਕਰ ਰਹੀ ਨੀ ਕੋਈ ਗੱਲ। ਮੰਮੀ ਤੂੰ ਉਹਨਾਂ ਦੀਆਂ ਗੱਲਾਂ ਸੁਣ ਲਈਆਂ, ਮੇਰੀ ਗੱਲ ਸੁਣਨ ਦਾ ਤੂੰ ਮੌਕਾ ਹੀ ਦਿੱਤਾ, ਤੂੰ ਆਈ ਨੀ ਕਹੇਂਗਾ ਉਹਨਾਂ ਦੇ ਸਾਹਮਣੇ ਵੀ ਦੱਸ ਕੁੜੀਏ ਗੱਲ ਸਹੀ ਹੈ ਵੀ ਜਿਹੜਾ ਇਹ ਕਹਿ ਰਹੇ ਤੂੰ ਬੋਲਣ ਜੋਕਰ ਰਹੀ ਨੀ ਕਦੋਂ ਅਗਲੇ ਤਾਂ ਠਾ ਠਾ ਗੱਲਾਂ ਦੱਸਦੀਆਂ, ਕਹਿੰਦੇ ਐਂ ਫੜ ਦੇ ਹੱਥ ਪਾਈ ਖੜੇ ਸੀ ਦੱਸੀ ਜਾਂਦੇ ਸੀ, ਕਹਿੰਦਾ ਦਿੱਤਾ ਤੇ ਤੂੰ ਉਹਨਾਂ ਦੀ ਸੁਣ ਲਈ। ਮੰਮੀ ਮੇਰੇ ਤੇ ਯਕੀਨ ਨੀ ਹੈਗਾ ਤੈਨੂੰ? ਯਕੀਨ ਤਾਂ ਹੈਗਾ ਪੁੱਤ, ਫਿਰ ਕਦੋਂ ਅਗਲਾ ਸਾਹਮਣੇ ਮੱਥੇ ਕਹੀ ਨਹੀਂ ਸਿਰੇ ਲਾਉਂਦੇ, ਮੇਰੇ ਤੇ ਕਹਿੰਦਾ ਯਕੀਨ ਆ, ਮੈਂ ਤਾਂ ਕੁਛ ਖਾ ਕੇ ਮਰ ਜਾਂਦੀ, ਮੈਂ ਤਾਂ ਜਾਨ ਦੇ ਦਿੰਦੀ ਹਾਂ, ਹੋਰ ਤਾਂ ਮੇਰੇ ਕੋਲ ਕੋਈ ਹੱਲ ਨੀ ਹੈਗਾ, ਚਾਹ ਉਹਨਾਂ ਦਾ ਮਗਰ ਲੱਗਣਾ। ਮਗਰ ਤਾਂ ਮਨ ਦੇ ਕਾਹਦੀ ਲੱਗੀ, ਕਦੋਂ ਅਗਲੇ ਮੂੰਹੋਂ ਮੂੰਹੋਂ ਬੋਲੀ ਕੇ ਦੋਨੇ ਜਾਣੇ ਉਹ। ਫਿਰ ਮੇਰੀ ਤੇ ਗੱਲ ਸੁਣ ਲੈਂਦੀ ਪਹਿਲਾਂ, ਮੈਨੂੰ ਤਾਂ ਮੌਕਾ ਦੇ ਬੋਲਣ ਦਾ। ਚੱਲ ਤੇਰੀ ਸੁਣ ਲੱਗ ਪਈ, ਤੂੰ ਦੱਸ ਦੀ। ਮੰਮੀ ਕੋਈ ਗੱਲ ਨੀ ਸੀ, ਹਾਂ ਆਇਆ ਸੀ ਰਾਜ ਘਰੇ ਆਇਆ ਸੀ, ਤਾਏ ਨੇ ਸਾਨੂੰ ਦੇਖਿਆ ਗਾ, ਉਹ ਮੰਮੀ ਕੋਲੇ ਬੈਠਾ ਮੁੜ ਗਿਆ, ਜੱਸ ਨੂੰ ਲੈਣ ਆਇਆ ਸੀ ਰਾਜ। ਜਦੋਂ ਮੈਂ ਜਾ ਕੇ ਦੂਜੇ ਛਤੜੇ ਚ ਜਾ ਕੇ ਮੈਂ ਗੰਢੇ ਕੱਟਣ ਲੱਗ ਗਈ, ਉੱਥੇ ਪੱਟ ਕੇ ਰੱਖੇ ਪਏ ਸੀ, ਮੈਂ ਕਿਹਾ ਚੱਲ ਵਿਹਲੀ ਬੈਠੀ ਕਾ ਤਕੜੇ, ਉਹ ਲੰਘਿਆ ਜਾਂਦਾ ਸੀ, ਮੈਨੂੰ ਹੱਸਣ ਲੱਗ ਗਿਆ, ਕਹਿੰਦਾ ਭਾਬੀ ਕਹਿੰਦਾ ਗੰਢੇ ਦੇ ਦੇ ਚਾਰ, ਮੈਂ ਆਖਾਂ ਮੈਂ ਐਡਾ ਤਕੜਾ ਹੈਗਾ ਗਾ, ਮੈਂ ਕਿਹਾ ਆਟਾ ਕੱਟਾ, ਮੈਂ ਹਦੇਰਾ ਤਿੱਤਲ ਚੱਕਿਆਂ ਦੇ ਨਾਲ ਮੇਰੇ ਨਾਲ ਭੁੱਖਾਂ ਕਟਵਾ ਦੇ, ਨਾਲੇ ਮੈਂ ਗੰਢੇ ਲੈ ਗਈ, ਕਿੱਡੀ ਕੁ ਗੱਲ ਆ, ਅਸੀਂ ਤਾਂ ਐਂ ਹੱਸੀ ਜਾਂਦੇ ਸੀ। ਉਧਰੋਂ ਆ ਗਿਆ ਤਾਇਆ ਤੇ ਤਾਇਆ ਕਹਿੰਦਾ ਹਾਂ ਹਾਂ ਕਹਿੰਦਾ ਤੁਸੀਂ ਇੱਥੇ ਖੜੇ ਹੋਗੇ, ਮੈਂ ਕਿਹਾ ਤਾਇਆ ਨੇ ਤਾਂ ਗੰਢੇ ਛੰਡੀ ਜਾਂਦੀ ਸੀਗੀ, ਉਹਦੇ ਨਾਲ ਉਦੋਂ ਤਾਂ ਕੁਛ ਬੋਲਿਆ ਨੀ ਹੈਗਾ, ਉਹਨੂੰ ਆਪਦੇ ਮੁੰਡੇ ਨੂੰ ਕਹਿੰਦਾ ਚੰਗਾ ਚੱਲ ਮੁੰਡਾ ਘਰੇ, ਕਹਿੰਦਾ ਮੈਂ ਆਉਣਾ ਪੈਸੇ ਫੜਾ ਕੇ, ਉਦੋਂ ਬਾਅਦ ਇੱਥੇ ਮੰਮੀ ਕੋਲ ਆ ਕੇ ਬਹਿ ਗਿਆ। ਮੈਨੂੰ ਕੀ ਪਤਾ ਹੁਣ ਇਹਨਾਂ ਚ ਜੈਠ ਭਰਜਾਈ ਚ ਕੀ ਗੱਲ ਹੋਈ ਆ ਕੀ, ਤੇ ਭਾਵੇਂ ਥੋੜੀ ਬੁੜੀ ਦੀ ਮਗਰ ਲਾ ਲਿਆ ਉਹ, ਤੇ ਉਦੋਂ ਬਾਅਦ ਮੈਨੂੰ ਸੌ ਸੌ ਕੁਛ ਬੋਲੀ, ਮੇਰੇ ਚ ਇਹ ਤਾਂ ਕੋਈ ਗਲਤੀ ਨੀ ਸੀ, ਮੈਂ ਤੈਨੂੰ ਦੱਸਿਆ ਦੇਖ ਕੁਛ ਵੀ, ਮੈਂ ਤਾਂ ਦੱਸਿਆ ਨੀ ਹੈਗਾ, ਫਿਰ ਮੈਂ ਨਾ ਤੈਨੂੰ ਫੋਨ ਕਰਿਆ ਗਾ, ਫਿਰ ਹੁਣ ਮੈਂ ਕੀ ਕਰਾਂ ਜਦੋਂ ਹੁਣ ਉਹ ਆਪ ਲੁੱਤੀਆਂ ਲਾਈ ਜਾਂਦੀ ਆ, ਕੀ ਪਤਾ ਹੁਣ ਰੋਸੇ ਚ ਗਏ ਉਹ। ਹੁਣ ਇਹਦੇ ਚ ਮੰਮੀ ਮੇਰੀ ਕੀ ਗਲਤੀ ਹੈ, ਮੈਨੂੰ ਕੀ ਪਤਾ ਗਾ ਵੀ ਇਹ ਐਂ ਮੇਰੇ ਨਾਲ ਕਿਉਂ ਕਰ ਰਿਹਾ, ਕਿਉਂਕਿ ਪਹਿਲਾਂ ਤਾਂ ਮੈਂ ਕਹਿੰਦੀ ਸੀ ਮੈਂ ਇੱਥੋਂ ਜਾਊਂਗੀ ਤਲਾਕ ਲਓ ਮੈਂ ਰਹਿਣਾ ਨੀ, ਹੁਣ ਮੈਂ ਇਹਨਾਂ ਨੂੰ ਐਂ ਕਹਿਤਾ ਮੈਂ ਕੁਛ ਮਰਜ਼ੀ ਹੋ ਜਾਏ, ਜਸ ਹੋ ਜਾਊ ਠੀਕ, ਮੈਂ ਤਾਂ ਇੱਥੇ ਹੀ ਰਹੂੰ, ਕੀ ਪਤਾ ਇਹ ਕੋਈ ਸਾਦੀ ਸੀ ਰਚੀ ਜਾਂਦੀ ਆ ਕੇ ਇਕੱਠੇ ਹੋ ਕੇ ਤਿੰਨੇ ਚਾਰ ਜਣੇ, ਮੈਨੂੰ ਤਾਂ ਕੋਈ ਸਮਝ ਹੀ ਨਹੀਂ ਹੁੰਦੀ ਇਹਨਾਂ ਦੀ, ਤਾਂ ਹੀ ਤਾਂ ਹੁਣ ਟੰਬਲ ਗਈ ਵੀ ਹੁਣ ਜਾਂਦੀ ਤਾਂ ਹੈ ਨੀ, ਹੁਣ ਤੇਰੇ ਤਾਏ ਨੂੰ ਮਾਗ ਲਾ ਲਿਆ, ਕਿਉਂਕਿ ਹੁਣ ਮੈਂ ਗੱਲ ਨਾਲ ਕਹਿ ਦਿੰਦੀ ਨਾ, ਮੈਂ ਜਾਂਦੀ ਤਾਂ ਮੈਂ ਹੈ ਨੀ ਰਹੂੰਗੀ, ਤਾਂ ਮੈਸੇਜ ਨਹੀਂ ਜਾਊਂਗੀ ਕਿੱਧਰ, ਮੈਂ ਕਿਹਾ ਮੈਂ ਤਾਂ ਮਾਂ ਨੂੰ ਵੀ ਕਹੇ ਤਾ ਵੀ ਮੈਂ ਤਾਂ ਹੋਰ ਕਿਤੇ ਨੀ ਕਰਾਉਣਾ ਹੈਗਾ, ਮੈਂ ਤਾਂ ਬਸ ਹੁਣ ਤਾਂ ਇਸੇ ਦੀ ਵਸੂਲੀ ਐ, ਚਾਹੇ ਕਮਲਾ ਚਾਹੇ ਰਮਲਾ ਜੋ ਵੀ ਆ ਮੇਰੀ ਕਿਸਮਤ ਹੈਗੀ ਮੇਰੇ ਨਾਲ ਆ, ਮੈਂ ਕਿਹਾ ਠੀਕ ਹੋ ਜੂ ਅੱਜ ਨਹੀਂ ਤਾਂ ਕੱਲ, ਮੈਂ ਤਾਂ ਇਹਨਾਂ ਨੂੰ ਸਿੱਧੀ ਨਿਬੇੜਤੀ, ਹੁਣ ਮੈਨੂੰ ਕੀ ਪਤਾ ਵੀ ਇਹ ਕਰੀ ਕੀ ਜਾਂਦੇ ਹੈਗੇ, ਕੁਛ ਦੇਖਿਆ ਨੀ ਕਰਿਆ ਨੀ, ਬੇਫਾਲਤੇ ਮਿਲਦੇ ਦੀ ਥੋੜੀ ਬੁਰੀ ਡਿੱਗਦੀ 24 ਘੰਟੇ, ਯਕੀਨ ਨਹੀਂ ਹੈਗਾ ਯਕੀਨ 20 ਸਾਲ ਦੀ ਕਰਕੇ ਪਾਲ ਕੇ ਤੋਰੀ ਹੁਣ ਮੈਨੂੰ ਵਧੀ ਹੈ, ਫਿਰ ਤੂੰ ਇਹਨਾਂ ਦੇ ਮਾਗਰ ਨਾ ਪੜਾਈ ਵੀ ਹੁਣ ਤੂੰ ਸਕੂਲਾਂ ਚ ਪੜੀ ਵੀ ਹੈ, ਫਿਰ ਉਹੀ ਤਾਂ ਗੱਲ, ਪਹਿਲਾਂ ਤਾਂ ਲਾਂਬਾ ਦਵਾਇਆ ਕਿਉਂ ਐਡੀ ਗਲਤੀ ਕਰੂੰਗੀ, ਪਰ ਤਾਂ ਕਹਿੰਦੇ ਪਹਿਲਾਂ ਤਾਂ ਲਾਂਬਾ ਦਵਾਇਆ ਨਹੀਂ ਭਾਈ ਵੀ ਹੁਣ ਤੇਰਾ ਸਿਰ ਨੀਵਾ ਕਰਾਉਂ ਮੈਂ, ਇਹੀ ਲੱਗੇ ਹੁਣ ਤਾਂ ਭਾਈ ਤੇਰੀ ਸੱਸ ਲਾਉਣ ਕੁੱਤੇ ਮਿਲੇ, ਮੈਂ ਚੱਲੀ ਜਾਣ ਦੇ ਮੰਮੀ ਜਿਵੇਂ ਚੱਲਦਾ ਗਾ ਕੋਈ ਗੱਲ ਨੀ, ਮੈਂ ਤਾਂ ਆਪਦੀ ਔਖੀ ਸੌਖੀ ਜ਼ਿੰਦਗੀ ਕੱਟ, ਮੈਂ ਤੈਨੂੰ ਐਂ ਕਹਿੰਦੀ ਸੀ ਕਿਹੜਾ ਮੁੰਡਾ ਦੇਖਿਆ ਸੀ ਕੋਈ ਗਲਤ ਕਰ ਲੈਣਾ ਦੇਖ ਲਾ, ਮੰਮੀ ਕੀ ਕਰਾਉਣਾ ਗਾ ਕੀ ਫਾਇਦਾ, ਤੂੰ ਮੰਨ ਜਾ ਤੂੰ ਨਾ ਕਰਾਈ ਇੱਕ ਵਾਰੀ ਮਿਲ ਤਾਂ ਲੈ ਉਹਨੂੰ, ਮੈਂ ਬਾਹਰ ਲਿਆਉਂਗੀ, ਮੈਂ ਮਿਲ ਕੇ ਕੀ ਕਰੂੰਗੀ ਜਦੋਂ ਮੈਂ ਕਰਵਾਉਣਾ ਹੀ ਨੀ ਹੋਰ ਵਿਆਹ, ਮੈਂ ਤੇਰੀ ਸੱਸ ਨੂੰ ਦੱਸਦੀ ਨੀ ਆਪਾਂ, ਉਹਨੂੰ ਐਂ ਕਹਿ ਦਾ ਕਿ ਭਾਣ ਜਾ ਤੂੰ ਕਹੀ ਵੀ ਮਾਸੀ ਦਾ ਮੁੰਡਾ ਹੈਗਾ, ਕੋਈ ਗਲਤ ਕਰ ਲਾ ਤੇ ਨਾ ਹੀ ਮਾਣ ਮੰਨਿਆ ਜੇ ਮਾਣ ਕਰਾਈ, ਧੱਕਿਆ ਕੋਈ ਨੀ ਕਰਦਾ, ਧੱਕੇ ਨਾਲ ਤਾਂ ਨਹੀਂ ਕੋਈ ਕਰਦਾ, ਇਹ ਨਹੀਂ ਪਸੰਦੀ ਬੁੜੀ ਛੱਜ ਚ ਪਾ ਪਾ ਕੇ ਛੱਡਤਾ ਤੈਨੂੰ, ਤੇਰੀ ਜ਼ਮੀਨ ਜਾਇਦਾਦਾਂ ਨੂੰ ਮੰਮੀ ਕਰਨਾ ਕੀ ਆ, ਤੂੰ ਕਹਿੰਦੇ ਮੁੰਡਾ ਸੋਹਣਾ ਗਾ ਜ਼ਮੀਨ ਜਾਇਦਾਦ, ਜ਼ਮੀਨ ਜਾਇਦਾਦ ਇੱਥੇ ਵੀ ਬਥੇਰੀ ਆ, ਸੋਹਣਾ ਤੇ ਵੀ ਬਥੇਰਾ, ਸੋਹਣੇ ਸੋਹਣੇ ਕਿਤੇ ਮੁੰਡਾ ਕਮਲਾ ਗਾ, ਸੱਸ ਤੇਰੀ ਕੁੱਤਿਆ ਮੰਗਵਾਏ ਸੱਸ ਦੀ ਬਾਤ ਛੱਡ ਦੇ, ਅੱਜ ਇਹਦੇ ਕੋਲੇ ਕਹਿੰਦੀ ਕੱਲ ਨੂੰ ਹੋਰ ਗਵਾਂਢਰ ਸੱਦ ਕੇ ਲਿਓ, ਫਿਰ ਕੀ ਕਰਾਂਗੇ, ਟਿਕਦੀ ਟੁਕਦੀ ਨਹੀਂ ਬੁੜੀ ਤੈਨੂੰ ਚਿੱਤ ਚ ਹੋਵੇ, ਚੱਲ ਮੰਮੀ ਜੇ ਤੂੰ ਇੰਨੀ ਹਿੰਟ ਕਰਦੀ ਆ ਚੱਲ ਕੋਈ ਗੱਲ ਨੀ, ਤੂੰ ਲੈ ਹੀ ਨਾ, ਮੰਨ ਜਾ ਕੇ ਸਿਆਣੇ ਬੰਦੇ ਗੱਲ ਦੇਖ ਲੂੰਗੀ, ਜੇ ਫਿਰ ਅੱਜ ਤੇ ਤਾਏ ਨਹੀਂ ਆ ਕੱਲ ਨੂੰ ਗਵਾਂਢਰ ਲਿਓਗੀ, ਚੱਲ ਕੋਈ ਗੱਲ ਨੀ ਹੁਣ ਆਈ ਨੀ ਪਤਾ ਨੀ ਕਹਿ ਦੇ ਵੀ ਖੜੀਆਂ ਚੁਗਲੀਆਂ ਕਰੀ ਜਾਂਦੇ, ਚੱਲ ਮੈਂ ਤਾਂ ਫਿਰ ਭਾਗ ਜਾਂਦੀ, ਚੱਲ ਠੀਕ ਆ ਚੰਗਾ, ਚੱਲ ਕੋਈ ਨੀ ਦੇਖ ਲਈ ਤੂੰ, ਚੰਗਾ ਕੋਈ ਨੀ।
ਕੀ ਯਾਰ ਮੈਂ ਤਾਂ ਫਸਦੀ ਫਿਰ ਉਹੀ ਦੱਸਿਆ ਪਾ ਹੋ ਜਾਂਦਾ ਤਾਂ ਮਸਾਂ ਬਚਦੀ ਹੈਗੀ। ਇੱਕ ਵਾਰੀ ਦੇਖ ਲੈਂਦੀ ਹਾਂ ਮੁੰਡੇ ਨੂੰ ਹਨਾ, ਕੀ ਪਤਾ ਕੋਈ ਮਨ ਹੀ ਲੱਗ ਜੇ ਗੱਲ ਮੇਰੇ, ਫਿਰ ਮੈਨੂੰ ਛੱਡਣ 'ਚ ਕੀ ਦਿੱਕਤ ਹੈ, ਜੇ ਮੇਰੇ ਪਸੰਦ ਹੋਇਆ ਫਿਰ ਮੈਂ ਕੀ ਕਰਾਉਣਾ ਗਾ। ਚੰਗੀ ਤਰ੍ਹਾਂ ਕੋਈ ਗੱਲ ਦੇਖ ਸੁਣ ਤਾਂ ਲਿਆ ਕਰੋ, ਉਹੀ ਇਲਜ਼ਾਮ ਲਾਉਣ ਲੱਗ ਜਾਂਦੀ। ਮੈਂ ਹੁਣ ਚੰਗੀ ਤਰ੍ਹਾਂ ਦੇਖ ਕੇ ਆਇਆ, ਦੇਖ ਕੇ ਨੀ ਆਇਆ ਤੁਹਾਨੂੰ ਖੜੇ ਨੂੰ ਖੜਿਆ ਨੀ ਦੇਖਿਆ ਗਾ, ਫਿਰ ਉਹਦੇ ਚ ਕੀ ਹੱਥ ਜਾਂ ਹੱਥ ਬਾਜ ਤਾਂ ਖੜੇ ਸੀਗੇ ਆਪ ਚ, ਮੈਂ ਤਾਂ ਉਹਨੂੰ ਉੱਥੇ ਲੰਮਾ ਪਾਉਣ ਲੱਗਿਆ ਸੀ, ਮੈਂ ਚੁੱਪ ਕਰਕੇ ਮੈਂ ਕਿਹਾ ਛੱਡ ਪਰੇ। ਮੈਂ ਹੱਥ ਚ ਹੱਥ ਕਦੋਂ ਪਾਏ ਸੀ, ਉਹ ਤਾਂ ਬੇਸੀ ਮਜ਼ਾਕ ਕਰੀ ਜਾਂਦਾ ਸੀ, ਕਹਿੰਦਾ ਕਿ ਗੰਡੇ ਭਾਬੀ ਮੈਂ ਵੀ ਲੈ ਕੇ ਜਾਣੀ ਸੀ, ਮੈਂ ਆਖਿਆ ਆ ਜਾ ਦਿਓ ਨਾ ਮੇਰੇ ਨਾਲ ਤਾਂ ਤਕੜਾ ਹੀ ਆ, ਮੈਂ ਹਲ ਚੱਕ ਮੈਂ ਕਿਹਾ ਗੰਡਿਆਂ ਦੀ ਕੀ ਲੋੜ ਹੈ ਕਰ ਲੱਗੀ। ਨਹੀਂ ਨਹੀਂ ਨੇਰੀ ਬਾਤ ਸਭ ਦੇ ਉੱਤੇ ਟੱਪ ਕੇ ਜਾਂਦੀ ਹੈ ਬਈ, ਇਹ ਪਤਾ ਕਿਵੇਂ ਨਾ ਲੱਗੇ ਗੱਲ ਦਾ। ਫਿਰ ਇਹ ਜੀ ਦਾ ਕੋਈ ਗੱਲ ਹੀ ਨਹੀਂ ਸੀ ਜੀ, ਗੱਲ ਕਿਉਂ ਨਹੀਂ ਸੀ, ਮੇਰੀ ਮੰਮੀ ਬੈਠੀ ਪਿੰਡ ਵਾਲੀ ਕਹਾ ਮੇਰੀ ਸੱਸ ਦੀ ਕੰਨ ਭਰੇ ਤੇ ਉਹ ਮੇਰੇ ਨਾਲ ਲੜੋ ਲੜਾਈ, ਉਸ ਤੋਂ ਬਾਅਦ ਮੰਮੀ ਨੂੰ ਬੁਲਾ ਲਿਆ, ਕਿੰਨਾ ਕੁਛ ਉਹਦੇ ਮੂੰਹ ਤੇ ਕਿਹਾ ਗਾ, ਉਹੀ ਗੱਲ ਕਿੰਨਾ ਸਿਰਨੀਮਾ ਕਰਕੇ ਮੇਰੀ ਮਾਂ ਘਰੋਂ ਤੁਰੀ ਹੈਗੀ, ਨਾਲੇ ਮੇਰੇ ਤੇ ਗਾਲਾਂ ਪਈਆਂ ਦੋਨੇ ਪਾਸੇ। ਨਹੀਂ ਮੈਂ ਅੱਖੀ ਦੇਖ ਲਿਆ ਬਈ, ਇਹ ਗੱਲ ਸਹੀ ਹੈਗੀ, ਮੈਂ ਤਾਂ ਸਮਝਿਆ ਉਹਨੂੰ ਬਣਾਉਣਾ ਸੀ, ਉਹਦੀ ਢਾਉਣ ਲੱਗਿਆ ਸੀ, ਮੈਂ ਚੁੱਪ ਕਰ ਗਿਆ। ਫਿਰ ਰਾਜ ਨੂੰ ਤੁਸੀਂ ਪੁੱਛਿਆ ਹੋਊਗਾ, ਰਾਜ ਨੇ ਤੁਹਾਨੂੰ ਕੁਛ ਕਿਹਾ ਵੀ ਕੋਈ ਇਹੋ ਜਿਹੀ ਗੱਲ ਹੈਗੀ ਸੀ, ਉਹਨੇ ਐਂ ਹੀ ਕਿਹਾ ਹੋ, ਵੈਸੇ ਤਾਂ ਵੈਸੇ ਹੀ ਖੜੇ ਸੀਗੇ ਨਾ, ਹੁਣ ਤਾਂ ਵੈਸੇ ਖੜੇ ਸੀ, ਹੁਣ ਮੈਂ ਤਾਂ ਆਪਦੇ ਅੱਖੀ ਦੇਖ ਲੈਣਾ ਹੈਗਾ ਖੜੇ। ਉਹ ਤਾਂ ਤੁਹਾਡੀ ਹੁਣ ਸੋਚ ਹੈ, ਤੁਸੀਂ ਸੋਚਦੇ ਕੀ ਸੋਚਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਹੈਗਾ ਨਾ ਦੂਜੇ ਤੇ, ਉਹ ਤਾਂ ਹੁਣ ਤਾਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕੀ ਸੋਚ ਰਹੇ ਹੋ ਕੀ ਨਾ। ਨਹੀਂ ਮੈਂ ਅੱਖੀ ਦੇਖ ਲਿਆ ਬਈ ਜਾਵਾਂ, ਇਹ ਅੱਖੀ ਦੇਖਣ ਵਾਲੀ ਕੀ ਗੱਲ ਸੀ, ਜਦੋਂ ਆਉਂਦੇ ਜਾਂਦੇ ਹੋਗੇ, ਹੁਣ ਮੈਂ ਤੁਹਾਡੇ ਘਰੇ ਆ ਗਈ, ਮੈਂ ਕੋਈ ਮਾੜੀ ਹੋ ਕੇ ਆ ਗਈ ਫਿਰ? ਨਹੀਂ ਨਹੀਂ ਅੱਖੀ ਮੈਂ ਦੇਖੇਗਾ, ਅੱਖੀ ਦੇਖੇ ਤੋਂ ਬਿਨਾਂ ਤਾਂ ਮੈਂ ਉਹੀ ਨੀ ਕਰਦਾ ਸੀਗਾ, ਪਹਿਲਾਂ ਤਾਂ ਮੈਂ ਸਮਾਂ ਦੀ ਉਲਝਣ 'ਚ ਹੀ ਰਿਹਾ, ਸਮਾਂ ਦੀ ਮੈਂ ਆਪਦੇ ਅੱਖੀ ਦੇਖ ਕੇ ਸਮਾਂ ਦੀ ਮੈਨੂੰ ਸਾਰਾ ਪਤਾ ਲੱਗ ਗਿਆ। ਨਹੀਂ ਮੈਂ ਕੁੜਦਾ ਉਹਨੂੰ ਉੱਥੇ ਪਾਉਂਦਾ ਸੀ ਲੰਮਾ ਮੈਂ। ਫਿਰ ਇਹ ਜੀ ਦਾ ਕੋਈ ਗੱਲ ਹੀ ਨਹੀਂ ਸੀ ਜਿਹਦੇ ਨਾਲ ਤੁਸੀਂ ਇੰਨਾ ਝੱਜੂ ਪਵਾਤਾ ਘਰੇ, ਮਸਾਂ ਮੈਂ ਮਾੜਾ ਜਿਹਾ ਸੈੱਟ ਕਰਿਆ ਸੀ, ਮੈਨੂੰ ਆਏ ਆਗਾ ਵੀ ਤੇਰਾ ਭਤੀਜਾ ਹੋ ਜੇ ਠੀਕ, ਕੋਈ ਦਵਾਈਆਂ ਬੁੱਟੀਆਂ, ਚੱਲ ਰਾਜ ਹੈਗਾ ਮਾੜੀ ਜਿਹੀ ਹਿੰਮਤ ਵਾਲਾ, ਪੜ੍ਹਿਆ ਲਿਖਿਆ ਗਾ, ਤੁਰਿਆ ਫਿਰਦਾ ਗਾ, ਲੈ ਕੇ ਮੇਰੀ ਵੀ ਜ਼ਿੰਦਗੀ ਸਵਰ ਜੂ, ਮੇਰਾ ਘਰ ਬਸ ਜੂਗਾ, ਤੇ ਤੁਸੀਂ ਹੋਰ ਨਾ, ਪਹਿਲਾਂ ਤਾਂ ਮੇਰੀ ਮੰਮੀ ਨੀ ਲੋਟ ਆਉਂਦੀ ਸੀਗੀ, ਰਹਿੰਦਾ ਖੁੰਦਾ ਤੁਸੀਂ ਅੱਗ ਤੇ ਫੂਸ ਹੋਰ ਪਾਤਾ, ਤੁਸੀਂ ਤਾਂ ਹੋਰ ਭੜਕਾ ਤੇ। ਨਹੀਂ ਮੈਂ ਤਾਂ ਫਿਰ ਪੈਸੇ ਫੜਾਉਣ ਹੀ ਗਿਆ ਸੀ, ਮੈਂ ਤਾਂ ਫਿਰ ਉਦੋਂ ਹੀ ਅੱਖੀ ਦੇਖਿਆ ਨਾ ਫਿਰ ਖੜੇ, ਪੈਸੇ ਫੜਾ ਉਹਦੇ ਵਾਸਤੇ ਫੜਾਉਣ ਗਿਆ ਸੀ, ਜਸ ਵਾਸਤੇ ਪੈਸੇ, ਮੈਂ ਦਵਾਈ ਵੀ ਦਵਾ ਲਿਆ ਉਹਨੂੰ। ਤਾਏ ਜੀ ਪਹਿਲਾਂ ਮੈਨੂੰ ਤਾਂ ਪੁੱਛ ਲੈਂਦੇ ਨਾ ਵੀ ਕੀ ਗੱਲ ਹੈ, ਤੁਸੀਂ ਇੱਥੇ ਕਿਉਂ ਖੜੇ ਹੋਗੇ, ਕਿਵੇਂ ਖੜੇ ਹੋ, ਫੇਰ ਇਹ ਗੱਲ ਕਹਾਂ ਕਰਦੇ, ਤੁਸੀਂ ਤਾਂ ਜਾ ਕੇ ਸਿੱਧਾ ਮੇਰੀ ਮੰਮੀ ਦਾ ਕੰਨ ਭਰਤੇ। ਮੈਂ ਫਿਰ ਤੁਹਾਡੇ ਕੋਲ ਖੜਕੇ ਨਹੀਂ ਆ ਬਈ, ਖੜਕੇ ਗਿਆ ਉੱਥੇ ਦੇਖ ਕੇ ਗਿਆ, ਉੱਥੇ ਤੁਸੀਂ ਕੁਛ ਨਹੀਂ ਕਿਹਾ ਸੀਗਾ, ਤੁਹਾਨੂੰ ਵੀ ਪਤਾ, ਦੇਖ ਮੈਂ ਵੀ ਉੱਥੇ ਖੜੀ ਸੀ, ਤੁਸੀਂ ਐਂ ਕਹਿ ਸੀ ਮੁੰਡਾ ਇੱਥੇ ਖੜਾ ਕੀ ਕਰਦਾ ਚੱਲ ਕਰੇ, ਹੋਰ ਤਾਂ ਤੂੰ ਕੁਛ ਨਹੀਂ ਕਿਹਾ ਹੈਗਾ। ਨਹੀਂ ਆਖਿਆ ਕਿਉਂ ਨਹੀਂ, ਮੈਂ ਲੱਤਾਂ ਤੋੜ ਦੂੰ, ਮੈਂ ਇੱਥੇ ਕਰਨਾ ਖੜਾ, ਉਹ ਤਾਂ ਚੱਲ ਹੁਣ ਤੇਰਾ ਪੁੱਤ ਸੀ ਤੂੰ ਕਹਿਣਾ ਹੀ ਸੀਗਾ, ਫਿਰ ਇਹ ਜੀ ਕੋਈ ਗਲਤ ਗੱਲ ਤਾਂ ਹੈ ਹੀ ਨਹੀਂ ਸੀ ਜਿਹ ਚ ਖੜੇ ਸੀ ਉੱਥੇ। ਨਹੀਂ ਹੱਥ ਚ ਹੱਥ ਪਾਈ ਖੜੇ ਸੀ ਬਾਈ ਤੁਸੀਂ, ਮੈਂ ਹੁਣ ਮੁਕਰੋ ਨਾ, ਕਿੱਥੋਂ ਹੱਥ ਚ ਹੱਥ ਪਾਏ ਹੋਏ ਸੀਗੇ ਜਦੋਂ ਆਮਣ ਸਾਹਮਣੇ ਖੜੇ ਸੀਗੇ, ਐ ਲੱਗੇ ਕਰਨ, ਫਿਰ ਕੀ ਹੋ ਗਿਆ ਜੇ ਹੱਥ ਨਾਲ ਹੱਥ ਭਿੜ ਗਿਆ, ਕੀ ਵੱਡੀ ਗੱਲ ਹੈ ਇਹਦੇ ਚ। ਮੈਂ ਤਾਂ ਕੁਦਰਤ ਤੋਂ ਵਾ ਗਿਆ ਬਾਈ, ਪੈਸੇ ਫੜਾਉਣ ਗਿਆ ਸੀਗਾ ਉਹਨਾਂ ਨੇ, ਮੈਨੂੰ ਕੀ ਪਤਾ ਲੱਗਿਆ, ਹੁਣ ਮੈਂ ਅੱਖੀਂ ਦੇਖ ਲਿਆ ਸਮਝ। ਤੁਹਾਨੂੰ ਲੱਗਦਾ ਗਲਤ ਆ ਪਰ ਮੈਨੂੰ ਨਹੀਂ ਲੱਗਦਾ। ਨਹੀਂ ਗਲਤ ਮੈਂ ਆਪ ਹੀ ਦੇਖ ਲਿਆ, ਅੱਖੀਂ ਦੇਖ ਲਿਆ। ਰਾਜ ਕਿੱਥੇ ਹੈਗਾ? ਰਾਜ ਹੁਣ ਘਰੇ ਹੈ ਨੀਗਾ, ਮੈਂ ਉਹਦੇ ਨਾਲ ਵੀ ਗੱਲ ਕਰਕੇ ਜਾਣੀ ਸੀ, ਤੁਹਾਡੇ ਮੂੰਹ ਤੇ ਗੱਲ ਕਰ ਦਿੰਦੀ ਨਾਲ। ਮੈਂ ਕਰ ਲਿਓ ਕੋਈ ਨੀ। ਹਾਂ ਹੁਣ ਦੱਸ ਦੇ ਯਾਰ ਮੈਂ ਕੀ ਕਰਾਂ, ਹੁਣ ਮੈਂ ਤੈਨੂੰ ਕੀ ਦੱਸਾਂ,
ਯਾਰ ਹੁਣ ਤਾਂ ਤੀਜਾ ਮਹੀਨਾ ਲੱਗ ਗਿਆ, ਦੇਖੀ ਮੈਂ ਕਿਵੇਂ ਕੀ ਕਹਾਂ ਘਰੇ, ਮੈਨੂੰ ਐਂ ਤਾਂ ਦੱਸ ਦੇ। ਯਾਰ ਸੁਣ ਲੂ ਹੁਣ ਮੈਂ ਕੀ ਕਰਾਂ ਸੁਣੀ ਯਾਰ, ਮੈਂ ਤਾਂ 20 ਵਾਰੀ ਤਾਂ ਹੁਣ ਜਸਨ ਦਵਾਈ ਦਵਾ ਲਿਆ, ਜੇ ਉਹਨੂੰ ਕੋਈ ਟਾਈਮ ਨਾਲ ਦਵਾਈ ਦਊਂ ਤਾਂ ਠੀਕ ਹੋਵੇ। ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਜੇ ਤੂੰ ਮੰਨੇਗਾ ਦੱਸ ਆਪਾਂ ਵਾਸ਼ਿੰਗ ਕਰਵਾ ਦਿੰਦੇ। ਉਹ ਯਾਰ ਪਾਗਲ ਆ ਤੂੰ, ਦੇਖੀ ਜਵਾਕ ਪਿੱਛੇ ਇੰਨਾ ਕੁਛ ਕੀਤਾ, ਹੁਣ ਤੇ ਤੂੰ ਆਹ ਗੱਲਾਂ ਕਰਦੀਆਂ, ਮੈਂ ਤਾਂ ਆਪਦਾ ਜਵਾਕ ਰੱਖੂਗਾ ਠੀਕ ਆ, ਇਹ ਪਾਗਲਪਣ ਵਾਲੀਆਂ ਗੱਲਾਂ ਹੀ ਨਾ ਕਰਿਆ ਕਰ ਆਪਦੀਆਂ ਨਾਲੇ। ਫਿਰ ਹੋਰ ਮੈਂ ਕੀ ਕਰਾਂ ਯਾਰ, ਮੈਂ ਤੈਨੂੰ ਦੱਸਤੀ ਗੱਲ, ਆਹ ਗੱਲ ਤਾਂ ਸੋਚੀ ਵੀ ਨਾ ਕਦੇ ਠੀਕ ਆ ਨਾ। ਫਿਰ ਜੇ ਘਰੇ ਪਤਾ ਲੱਗ ਗਿਆ ਯਾਰ, ਹੁਣ ਤਾਂ ਮੇਰਾ ਪੇਟ ਵੀ ਵਧੀ ਜਾਂਦਾ ਗਾ, ਮੈਂ ਕੀ ਕਹੂੰਗੀ। ਤੈਨੂੰ ਮੈਂ ਉਦੋਂ ਕੀ ਸਮਝਾਇਆ ਸੀ, ਉਦੋਂ ਸਮਝਾਇਆ ਸੀ ਨਾ ਤੈਨੂੰ ਇਹ ਗੱਲਾਂ, ਮੈਂ ਕਿਹਾ ਐਂ ਹੋਜੂ ਤੇ ਨਾ ਐਂ ਹੋਜੂ, ਮੈਂ ਫਿਰ ਕੀ ਆਖੇਂਗੀ ਘਰੇ, ਉਹ ਤਾਂ ਤੂੰ ਕਹਿੰਦੀ ਮੈਂ ਆਪੇ ਸੰਭਾਲੂ ਗੱਲ, ਤੇ ਹੁਣ ਯਾਰ ਮੈਂ ਸੰਭਾਲ ਵੀ ਲੈਂਦੀ ਇਹ ਗੱਲ, ਕਰ ਵੀ ਉਧਰ ਤਾਂ ਤੇਰਾ ਡੈਡੀ ਕੁਛ ਨਾ ਕੁਛ ਕਹਿ ਦਿੰਦਾ, ਉਧਰ ਮੰਮੀ ਨੀ ਹਟਦੀ ਹੈਗੀ, ਉਧਰ ਪਿੰਡ ਵਾਲੀ ਮੰਮੀ ਨੂੰ ਵੀ ਦੱਸਤਾ, ਤੇ ਮੈਂ ਤਾਂ 4 ਸਪੇਰੇ ਫਸੀ ਬੈਠੀ ਹੈਗੀ ਹੁਣ। ਫਿਰ ਹੁਣ ਤਾਂ ਮੈਂ ਕਦੇ ਘਰੇ ਵੀ ਨੀ ਆਇਆ, ਐਂ ਵੀ ਦੇਖਣਾ ਕਦੇ, ਹੁਣ ਤੂੰ ਕਦੇ ਆਇਆ ਵੀ ਨੀ, ਤੂੰ ਆਪੇ ਸੰਭਾਲ ਗੱਲ ਯਾਰ। ਤੂੰ ਤਾਂ ਨਹੀਂ ਆਇਆ, ਹੁਣ ਇਹਨੂੰ ਵੀ ਤਾਂ ਤੀਜਾ ਮਹੀਨਾ ਲੱਗ ਗਿਆ, ਤੇ ਪਤਾ ਤਾਂ ਲੱਗਦਾ ਹੀ ਆ ਨਾ। ਫਿਰ ਹੁਣ ਤਾਂ ਅੱਗੇ ਨੂੰ ਜਸ ਵੀ ਠੀਕ ਆ ਯਾਰ, ਹੁਣ ਗੱਲ ਟਾਲ ਕੇ ਦੇਖ ਲੈ, ਜਸ ਤੇ ਟਿਕ ਗਈ ਤਾਂ ਠੀਕ ਆ ਯਾਰ, ਨਹੀਂ ਉਦੋਂ ਬਾਅਦ ਦੇਖਾਂਗੇ ਕੀ ਬਣਦਾ। ਪਰ ਆਹ ਵੋਸ਼ਨ ਵਾਲੀ ਗੱਲ ਤਾਂ ਸੋਚੀ ਵੀ ਨਾ ਠੀਕ ਆ ਨਾ। ਚੱਲ ਕੋਈ ਗੱਲ ਨੀ, ਇੱਕ ਦਿਨ ਹੋਰ ਸਹੀ ਯਾਰ, ਦਿਨ ਟੱਪੀ ਜਾਂਦੇ ਹੈਗੇ ਜ਼ਿਆਦਾ, ਫਿਰ ਮੈਨੂੰ ਬਹੁਤ ਔਖਾ ਹੋ ਜੂਗਾ, ਮੁੜ ਕੇ ਤਾਂ ਕੋਈ ਹੱਲ ਹੀ ਨਹੀਂ ਹੈਗਾ। ਕੋਈ ਨਾ, ਆਪੇ ਕਰਾਂਗੇ ਹੱਲ, ਕੋਈ ਕਿਉਂ ਟੈਨਸ਼ਨ ਲਈ ਜਾਂਦੀ ਆ ਯਾਰ। ਪਰ ਆਹ ਗੱਲ ਨਾ ਸੋਚੀ ਠੀਕ ਹੈ, ਦੁਆ ਐਵੇਂ ਕਲੇਸ਼ ਕਰੇਂਗੀ, ਮੇਰੇ ਨਾਲ ਫਾਇਦਾ ਕੋਈ ਹੋਰ ਠੀਕ ਆ ਨਾ। ਹੁਣ ਤੂੰ ਜਾਣਾ ਕਿ ਮੰਮੀ ਨਾ ਜੇ ਇਧਰ ਉਧਰ, ਉਹਦਾ ਹੁਣ ਨਿਗਾਹ ਬਾਹਲੀ ਰੱਖਦੀ ਆ, ਨਿਗਾਹ ਤਾਂ ਰੱਖਦੀ ਹੈਗੀ, ਮੈਂ ਤਾਂ ਇੱਧਰ ਪੇਟੀ ਵਾਲਾ ਕਮਰੇ ਚ, ਫਿਰ ਮੈਨੂੰ ਤਾਂ ਮੈਂ ਚੱਲ ਇੱਧਰੋਂ ਮੈਂ ਟਾਕੀ ਖੋਲ ਲੈਣੀ, ਤਾਂ ਤੈਨੂੰ ਮੈਂ ਫੋਨ ਕਰਿਆ ਸੀ, ਮੈਂ ਕਿਹਾ ਇੱਧਰ ਦੀ ਆ ਜਾ, ਫਿਰ ਤਾਂ ਹੀ ਆਇਆ ਸੀ ਇੱਧਰ ਦੀ ਮੈਂ ਤਾਂ। ਚੱਲ ਠੀਕ ਆ ਫਿਰ, ਚੱਲ ਤੂੰ ਜਾ, ਦੱਸ ਦੀ ਯਾਰ ਸੋਚ ਕੇ ਕੀ ਕਰਨਾ, ਮੈਨੂੰ ਫੋਨ ਤੇ ਦੱਸ ਦੀ। ਹਾਂ ਮੈਂ ਤੈਨੂੰ ਦੱਸਦਾ, ਜਾ ਕੇਰਾਂ ਦਾ ਅੱਜ ਨਹੀਂ ਤਾਂ ਕੱਲ ਨੂੰ ਦੱਸਣਾ ਤਾਂ ਪਊਗਾ ਜੀ, ਦੱਸਣਾ ਤਾਂ ਪਊਗਾ। ਮੈਨੂੰ ਹੱਲ ਦੱਸ ਫਿਰ ਕੀ ਕਰਨਾ, ਉਹ ਵੀ ਕਰ ਲਾਂਗੇ ਆਪਾਂ ਦੋਨੇ। ਚੱਲ ਠੀਕ ਆ, ਚੱਲ ਜਾ ਫਿਰ ਤੂੰ। ਚੱਲ ਮੋਬਾਈਲ ਵੀ ਲੋ ਹੋਇਆ ਪਿਆ ਯਾਰ, ਘਰੇ ਵੀ ਨਹੀਂ ਕੋਈ ਟਾਈਮ ਪਾਸ ਹੀ ਨਹੀਂ ਹੁੰਦਾ, ਘਰੇ ਨਹੀਂ ਹੈ ਕੋਈ। ਤਾਇਆ ਜੀ, ਤਾਇਆ ਜੀ, ਕੌਣ ਬੋਲ ਮਾਰੀ ਜਾਂਦਾ? ਕਿੱਪੂ ਤਾਇਆ, ਉਹ ਤਾਂ ਹੈ ਨਹੀਂ ਗਏ, ਵਧੀਆ ਗਾ। ਤਾਇਆ ਕਿੱਥੇ? ਉਹ ਦਵਾਈ ਜੀ ਲੈਣ ਗਏ ਹੋਏ ਆ। ਤੇ ਰਾਜ? ਉਹਨਾਂ ਨਾਲ ਹੀ ਗਏ ਹੋਏ ਆ ਉਹ ਵੀ। ਅੱਛਾ, ਨਾਲ ਗਏ ਹੋਏ ਆ। ਹੂੰ ਚਲ, ਹੋਰ ਕਿਵੇਂ ਆ? ਮੈਂ ਤਾਂ ਵਧੀਆ, ਤੁਸੀਂ ਦੱਸੋ? ਵਧੀਆ ਹੈ, ਤੂੰ ਆ ਵੀ ਗਿਆ ਹੈ? ਕਿਉਂ ਲੈ, ਮੈਂ ਤਾਂ ਇੱਥੇ ਆ। ਅੱਛਾ, ਉਦੋਂ ਦਾ ਇੱਥੇ ਆ, ਮੈਂ ਕਿਤੇ ਚਲਿਆ ਗਿਆ ਸੀ। ਲੈ, ਮੇਰੀ ਮਾਸੀ ਦਾ ਘਰ ਆ, ਜਿੰਨਾ ਮਰਜ਼ੀ ਚਿਰ ਰਹਾ। ਚਲ, ਮੈਂ ਕਿਹੜਾ ਪ੍ਰੋਬਲਮ ਆ ਕੋਈ ਤੁਹਾਨੂੰ? ਮੈਨੂੰ ਤਾਂ ਕੀ ਪ੍ਰੋਬਲਮ ਹੋਣੀ ਆ? ਬਸ ਫਿਰ, ਤੇ ਮੈਂ ਤਾਂ ਨਾ ਦੁੱਧ ਲੈਣ ਆਈ ਸੀਗੀ, ਸਾਡਾ ਨਾ ਦੁੱਧ ਖਰਾਬ ਹੋ ਗਿਆ ਸੀ, ਮੈਂ ਚਲ ਮੈਂ ਤਾਏ ਕੋ ਪਵਾ ਕੇ ਲਿਆਉਣੀ ਹੈਗੀ। ਆ ਫਰਿੱਜ ਚ ਪਿਆ ਹੋਊਗਾ ਭਾਈ, ਲੈ ਜਾਓ, ਮੈਨੂੰ ਤਾਂ ਪਤਾ ਨਹੀਂ, ਦੁੱਧ ਦਾ ਤਾਂ ਭੇਤ ਨਹੀਂ ਹੈਗਾ ਇਹਨਾਂ ਦਾ। ਅੱਛਾ ਭਾਈ, ਲੈ ਜਾਓ। ਹੋਰ ਫਿਰ ਕੀ ਕਹਾ, ਖੰਡ ਕਹਿ ਦਿੰਦਾ ਕਹਿਦੀ, ਮੈਂ ਰੋਕਿਆ ਮਿੱਠੀ ਉਹ ਪਿਆ, ਫਰਿੱਜ ਲੈ ਜਾ, ਜਿੰਨਾ ਲੈ ਜਾ ਫਰਿੱਜ ਹੀ ਲੈ ਜਾ। ਵਿਆਹ ਕੇ ਤੇਰੇ ਤਾਏ ਨੇ ਪੁੱਛਿਆ ਫਰਿੱਜ ਕਿੱਧਰ ਗਿਆ, ਫੇਰ ਬਸ ਮੈਂ ਆਪੀ ਜਵਾਬ ਦੇ ਦੂੰ, ਤੂੰ ਕਰਾ ਲੈ ਜਾਣ ਵਾਲੀ ਤਾਂ ਬਣ। ਹਾਂ ਕਿਵੇਂ ਮਹਿਸੂਸ ਜਿਹਾ ਬੈਠਾ ਹੋਇਆ?
ਨਾ ਵੀ ਉਹ ਨਹੀਂ ਲੱਗਦਾ ਤੈਨੂੰ। ਚੱਲ ਕੋਈ ਨਹੀਂ, ਹਾਂ ਦੁੱਧ ਫ੍ਰਿਜ ਚ ਹੈਗਾ ਵੀ ਆ। ਹਾਂ ਪਾ ਲਓ ਦੁੱਧ ਤਾਂ। ਹਾਂ ਹੋਊਗੀ ਦੁੱਧ। ਚੱਲ ਮੈਂ ਦੇਖਦੀ ਹਾਂ ਪੱਕ ਗਿਆ ਨਹੀਂ। ਆਉਣੀ ਜਾਣੀ ਜੀ ਵਧਾਈ ਹੈ ਤੂੰ ਵੀ ਹਨਾ, ਫਿਰ ਮੋਹ ਪ੍ਰੇਮ ਵਧੂਗਾ, ਉਹਦੇ ਕਿੰਨੀ ਧਿਆਨ ਘਟੂਗਾ। ਚੱਲ ਕੀ ਪਿਆ ਸੀਗਾ ਦੁੱਧ ਥੋੜਾ ਜਿਹਾ, ਕੁਛ ਤਾਂ ਮੈਂ ਲੈ ਗਈ ਕੁਛ ਪਿਆ ਫ੍ਰਿਜ ਚ। ਨਹੀਂ ਜੇ ਤਾਜ਼ਾ ਲੈ ਜਾਣਾ ਤਾਂ ਗਾਈਆਂ ਚੋਲੋ। ਨਾ ਨਾ ਬਸ ਲੋੜ ਹੀ ਨਹੀਂ, ਥੋੜਾ ਜਿਹਾ ਵਾਧੂ ਹੈਗਾ, ਸ਼ਾਮ ਨੂੰ ਤਾਂ ਫਿਰ ਆਏਗੀ, ਚੱਲ ਮੱਝ ਮਿਲੀ ਪਊਗੀ ਫਿਰ ਤਾਂ ਚੋ ਲਾਂਗੇ। ਸੱਚ ਆਪਦੇ ਘਰ ਵਾਲੇ ਨਾਲ ਤਾਂ ਮਿਲਿਆ ਦੇ ਯਾਰ। ਕੋਈ ਗੱਲ ਨੀ, ਆ ਜੀ ਰਾਜ ਨਾਲ। ਚੱਲ ਕੋਈ ਨੀ ਆ ਜੀ ਰਾਜ ਨੂੰ ਲੈ ਕੇ ਨਾਲ, ਮੈਂ ਵੀ ਦੇਖ ਲੂੰਗਾ ਮੈਂ ਕਿੰਨੀ ਕਿਸਮਤ ਚੰਗੀ ਆ ਉਹਦੀ। ਚੰਗੀ ਆ ਕਿਸਮਤ, ਮਾਨਾ ਚੱਲੀ ਚੱਲੀ ਜਾਂਦੀ ਆ। ਰਾਜ ਨੂੰ ਲੈ ਕੇ ਆ ਜੀ ਨਾਲ ਘਰੇ ਆ ਜੀ। ਨਾ ਕੋਈ ਨਾ ਆਊਂਗਾ ਮੈਂ ਮਾਰੂੰਗਾ ਗੇੜਾ। ਚੱਲ ਮੈਂ ਚੱਲਦੀ ਆ ਫਿਰ। ਹੋਰ ਲੈ ਆਣਾ ਭਾਈ ਚੋ ਕੇ ਲੈ ਜਾ। ਬਸ ਬਹੁਤ ਆ ਇੰਨੇ ਹੀ। ਕੀ ਹੋ ਗਿਆ ਓਏ, ਐ ਬੈਠੀ ਆ। ਕਿਉਂ ਓਏ ਕਿਉਂ ਓਏ, ਦਰਦ ਹੋਣ ਲੱਗ ਗਿਆ। ਹੋ ਕੀ ਗਿਆ? ਉਹ ਬਸ ਕੰਮ ਧੰਦੇ ਕਰਦੇ ਆ ਜਦੋਂ ਉਦੋਂ ਦਰਦ ਹੋਣ ਲੱਗ ਜਾਂਦਾ। ਓਏ ਮਾਰਦੀ ਆ, ਓਏ ਮਾਰਦੀ ਆ ਤੂੰ। ਤੇਰਾ ਨਾ ਢਿੱਡ ਦੁਖਦਾ ਹੁੰਦਾ? ਦੁਖਦਾ ਹੁੰਦਾ ਫੇਰ ਆਈ ਮੇਰਾ ਢਿੱਡ ਦੁਖਣ ਲੱਗ ਗਿਆ। ਸੱਚੀ ਦੁਖਦਾ? ਸੱਚੀ ਦੁਖਦਾ। ਕਿੰਨਾ ਕੁ ਦਰਦ ਹੁੰਦਾ? ਮਾੜਾ ਮਾੜਾ ਹੁੰਦਾ। ਫਿਰ ਤੂੰ ਆਏ ਕਾ ਤੂੰ ਬੈਠੀ ਆ, ਫਿਰ ਤਾਂ ਮਾੜਾ ਮਾੜਾ। ਚੰਗਾ ਲੈ ਆਈ ਦੇ ਜਾਨੀ ਆ, ਇੱਥੇ ਹੁੰਦਾ ਮਾੜਾ ਮਾੜਾ ਹੁੰਦਾ। ਮੋ ਠੀਕ ਹੋ ਜੂ, ਠੀਕ ਹੋ ਜੂ, ਦਵਾਈ ਲੈ ਲੈ। ਹਾਂ ਦਵਾਈ ਤਾਂ ਮੈਂ ਲੈ ਲੂੰਗੀ, ਤੇ ਮੈਂ ਤੈਨੂੰ ਐ ਕਹਿੰਦੀ ਸੀ ਹੁਣ ਤੂੰ ਇਧਰੋਂ ਬਾਹਰੋਂ ਆਇਆ, ਮੰਮੀ ਨੇ ਕੁਛ ਕਿਹਾ ਤਾਂ ਨੀ ਤੈਨੂੰ? ਨਾ ਵੀ ਹੈ, ਨਾ ਵੀ। ਤੇ ਮੰਮੀ ਨੇ ਤੈਨੂੰ ਆਇਆ ਤਾਂ ਨੀ ਕਿਹਾ ਵੀ ਤੂੰ ਸੋਨੀ ਨੂੰ ਬੁਲਾਇਆ ਨਾ ਕਰ ਜਾਂ ਉਹਦੇ ਕੋਲ ਪਿਆ ਨਾ ਕਰ? ਨਾ ਵੀ ਕੁਛ ਨੀ ਕਿਹਾ ਨਾ। ਨਾ ਵੀ ਠੀਕ ਆ। ਤੇ ਹੁਣ ਤੂੰ ਮੇਰੇ ਕੋਲ ਹੀ ਪਹਿਨਾ ਹੁੰਦਾ ਹਨਾ? ਹਾਂ ਹੈ। ਜੇ ਤੈਨੂੰ ਮੰਮੀ ਐ ਪੁੱਛੂਗੀ ਨਾ ਵੀ ਤੂੰ ਸੀ ਚੌੜ ਕਰਦੇ ਹੁੰਨੇ ਹੋ ਵੀ ਤੂੰ ਖੇਡਦੇ ਹੁੰਨੇ ਹੋਗੇ, ਤੂੰ ਕਹਿੰਦੀ ਕਿ ਹਾਂ ਠੀਕ ਹੈ। ਜੇ ਤੈਨੂੰ ਮੰਮੀ ਕੁਛ ਵੀ ਪੁੱਛੇ ਵੀ ਤੂੰ ਕਿੱਥੇ ਪਹਿਨਾ ਹੁੰਦਾ, ਕਿਵੇਂ ਬਿੱਡ ਤੇ ਪਹਿਨਾ ਹੁੰਦਾ ਨਾ, ਹਨਾ ਮੇਰੇ ਕੋਲੇ ਪਹਿਨਾ ਹੁੰਦਾ ਨਾ ਬਿੱਡ ਤੇ, ਹਨਾ ਵੀ ਜੇ ਤੈਨੂੰ ਕੋਈ ਵੀ ਪੁੱਛੇ ਚਾਹੇ ਮੰਮੀ ਪੁੱਛੇ ਚਾਹੇ ਕੋਈ ਹੋਰ ਪੁੱਛੇ ਹਨਾ ਕਿ ਹਾਂ ਮੈਂ ਤਾਂ ਕੋਲੇ ਪਹਿਨਾ ਹੁੰਦਾ ਗਾ ਬਿੱਡ ਤੇ, ਅਸੀਂ ਦੋਨੇ ਪਹਿਨੇ ਹੁੰਦੇ ਹਾਂ, ਕੋਈ ਨੀ ਹੁੰਦਾ ਸਾਡੇ ਕੋਲੇ। ਚੰਗਾ ਕੋਈ ਵੀ ਗੱਲ ਕੁਛ ਨੀ ਪੁੱਛਣੀ ਆ ਵੀ ਤੁਸੀਂ ਕੀ ਕਰਦੇ ਹੁੰਦੇ ਹੋ ਕੀ ਨਹੀਂ ਕਰਦੇ, ਜੇ ਕੋਈ ਪੁੱਛਣਗੇ ਵੀ ਆਹ ਗੱਲ ਆਈ ਆ ਹਾਂ ਹੀ ਕਹਿਣਾ ਤੂੰ, ਨਾ ਕਹਿਣੀ ਨੀ। ਠੀਕ ਹੈ ਠੀਕ ਹੈ ਠੀਕ ਹੈ। ਹਾਂ ਜੇ ਤੂੰ ਕਹੇਗਾ ਵੀ ਤੂੰ ਉਹਦੀ ਸੋਨੀ ਦੀ ਹਰ ਗੱਲ ਮੰਨਦਾ, ਤੂੰ ਕਹਿੰਦੀ ਕਿ ਹਾਂ ਮੰਨਦਾ। ਜੇ ਤੂੰ ਤੈਨੂੰ ਉਹ ਪੁੱਛਣਗੇ ਵੀ ਤੂੰ ਦੂਜੇ ਸੋਨੀ ਕੁਛ ਕਹਿੰਦੀ ਆ ਤੂੰ ਮੰਨ ਜਾਨਾ ਗਾ ਫਿਰ ਕਿ ਹਾਂ ਮੰਨ ਜਾਨਾ, ਜਿਵੇਂ ਉਹ ਕਹਿੰਦੀ ਮੈਂ ਉਵੇਂ ਕਰਦਾ। ਮੇਰੀ ਗੱਲ ਧਿਆਨ ਨਾਲ ਸੁਣ, ਹਾਂ ਸੁਣੀ ਤਾਂ ਜਾਨਾ ਗਾ। ਚੁੱਪ ਹੌਲੀ, ਮੰਮੀ ਸੁਣ ਲੂਗੀ। ਮੈਂ ਕਿਵੇਂ ਸੁਣ ਲੂਗੀ? ਬਸ ਤੂੰ ਹਾਂ ਚ ਗੱਲ ਕਰ ਲੈ, ਕਹਿ ਦੂੰਗਾ ਮੈਂ। ਫਿਰ ਖਿਜਦਾ ਕਾਤੋਂ ਆ? ਫਿਰ ਤੂੰ ਆਏਗਾ ਤੂੰ ਕਰਦੀ ਆ, ਤੂੰ ਧਿਆਨ ਨਹੀਂ ਦਿੰਦਾ ਹੈਗਾ। ਧਿਆਨ ਦੇ ਤਾਂ ਮੁੜ ਕੇ ਕਹਿ ਦੇਗਾ ਮੈਂ ਤਾਂ ਭੁੱਲ ਗਿਆ। ਸੁਣੀ ਤਾਂ ਜਾਨਾ ਗਾ ਹੁਣ। ਬਸ ਤੂੰ ਸਾਰੀ ਗੱਲ ਹਾਂ ਚ ਕਹਿਣੀ ਹੈ ਕਿ ਨਾ ਚ ਕੋਈ ਗੱਲ ਨਹੀਂ ਕਹਿਣੀ। ਚੰਗਾ ਠੀਕ ਹੈ ਚੰਗਾ, ਤੇ ਜਿਹੜਾ ਕੁਛ ਵੀ ਮੰਗੇਗਾ ਮੈਂ ਤੋਂ ਮੈਂ ਤੈਨੂੰ ਦਊਂਗੀ। ਚੰਗਾ ਠੀਕ ਹੈ ਚੰਗਾ ਚੰਗਾ ਚੰਗਾ। ਐ ਕਦੋਂ ਹੱਸਦੀ ਆ ਫਿਰ ਤੂੰ? ਐ ਖਿਜ ਕੇ ਬੋਲਦਾ ਤਾਂ ਹੱਸਦੀ ਆ ਫਿਰ ਤੂੰ? ਐ ਕਦੋਂ ਆਖਿਆ ਮੈਨੂੰ?
ਲੈ ਮੈਂ ਤੇਰੀ ਹਰ ਇੱਕ ਗੱਲ ਮੰਨਦੀ ਆ, ਜੇ ਕੋਈ ਤੈਨੂੰ ਕੁਛ ਵੀ ਕਹਿੰਦਾ ਮੈਂ ਸਾਰੀ ਗੱਲ ਹਾਂ ਚ ਕਹਿਣੀ ਆ, ਜੋ ਕਹਿੰਦੇ ਅਗਰ ਤੈਨੂੰ ਦੁਖੀ ਤਾਂ ਨੀ ਕਰਦਾ ਤਾਂ ਮੈਂ ਕਹਿੰਦੀ ਨਾ ਵੀ ਦੁਖੀ ਨੀ ਕਰਦਾ। ਫੇਰ ਤੂੰ ਹਾਂ ਚ ਕਦੋਂ ਗਈ ਆ? ਨਹੀਂ ਫਿਰ ਇਹ ਹਾਂ ਹੀ ਹੋਗੀ ਨਾ ਵੀ ਮੈਨੂੰ ਦੁਖੀ ਨੀ ਕਰਦੀ। ਨਾ ਹੋਗੀ ਝੂਠੀ, ਆਪ ਤਾਂ ਤੂੰ ਨਾ ਕਹੀ ਜਾਂਦੀ, ਮੈਂ ਤਾਂ ਹਾਂ ਕਹੀ ਜਾਂਦੀ। ਦੇਖ ਮੇਰੀ ਮੰਮੀ ਮੈਨੂੰ ਲੈ ਕੇ ਜਾਂਦੀ ਸੀ ਹਨਾ, ਤੇ ਤੈਨੂੰ ਕੀ ਮੈਂ ਕਿਹਾ ਨੀ, ਮੈਂ ਕਿਹਾ ਮੈਂ ਤਾਂ ਜਾਊਂਗੀ ਇੱਥੇ ਰਹਿੰਦੀ, ਤੂੰ ਕਹਿੰਦਾ ਇੱਥੇ ਰਹੇ, ਮੈਂ ਕਿਹਾ ਹਾਂ ਠੀਕ ਗਈ ਗਾ ਤੂੰ ਨੀ ਤੂੰ, ਤੇ ਤੂੰ ਹੀ ਮੈਨੂੰ ਕਿਹਾ ਸੀ ਇੱਥੇ ਰਹੇ ਮੇਰੇ ਪੀ ਤਾਂ ਰਹੀ ਆ ਤਾਂ ਰਹੀ ਆ। ਚੱਲ ਝੂਠੀ, ਮੈਂ ਤੇਰੀ ਹਰੇਕ ਗੱਲ ਚ ਹਾਂ ਕਹਿੰਦੀ ਆਗੀ, ਤੇਰੀ ਮੈਂ ਸਾਈਡ ਲੈਂਦੀ ਆ, ਜੇ ਮੰਮੀ ਕੁਛ ਵੀ ਕਹਿੰਦੀ ਆ ਤਾਂ ਹਾਂ, ਫਿਰ ਮੈਂ ਤਾਂ ਹੀ ਤੈਨੂੰ ਕਹਿੰਦੀ ਆ ਵੀ ਮੇਰੀ ਗੱਲ ਕੋਈ ਵੀ ਤੈਨੂੰ ਕੁਛ ਕਹੇ ਤਾਂ ਤੂੰ ਹਾਂ ਹੀ ਕਹਿਣੀ ਆ। ਚੰਗਾ ਚੰਗਾ ਤੇ ਮੋਬਾਈਲ ਤਾਂ ਦੇ ਕੇ ਮੈਂ ਸੁਣਨੀ। ਸਤਿ ਸ਼੍ਰੀ ਅਕਾਲ ਮਾਂ। ਸਤਿ ਸ਼੍ਰੀ ਅਕਾਲ, ਹੋਰ ਠੀਕ ਆ? ਹਾਂ ਵਧੀਆ, ਬਾਈ ਬੈਠ। ਹੋਰ ਠੀਕ ਹੈ? ਵਧੀਆ, ਤੂੰ ਸੁਣਾ? ਵਧੀਆ ਠੀਕ ਠਾਕ। ਚੱਲ ਤੁਸੀਂ ਬੈਠੋ, ਮੰਮੀ ਨੂੰ ਬੁਲਾ ਲਿਆ। ਕੋਈ ਨੀ ਬੁਲਾ ਲਿਆ। ਚੱਲ ਚੰਗਾ, ਆ ਗਏ ਮੰਮੀ। ਆ ਗਏ ਮੰਮੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਬਹਿ ਜਾ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਆ? ਹਾਂ ਵਧੀਆ। ਇਹ ਮੁੰਡਾ ਕਹਣਾ ਭੈਣੇ? ਇਹਦਾ ਮੇਰਾ ਭਾਣਜਾ ਹੈਗਾ, ਇਹ ਦੋਨੇ ਮੇਰੇ ਪੇਕੀ ਪੜਦੇ ਹੁੰਦੇ ਸੋਨੀ ਤੇ ਇਹ। ਅੱਛਾ, ਹਾਂ। ਮੈਂ ਚੱਲ ਆਪਾਂ ਮਿਲਿਆ ਵਾਂਗੇ ਦੋਨੇ, ਕਹਿੰਦਾ ਮੈਂ ਵੀ ਜਾ ਆਉਂ। ਚੱਲ ਬਸ, ਕਹਿੰਦਾ ਚੱਲ ਮੈਂ ਬਾਗ ਚੱਲੂਗੀ ਨਾਲ। ਹੋਰ ਠੀਕ ਆ? ਦੱਸ ਚੱਲ ਵਧੀਆ। ਉਹ ਫਿਰ ਉਹ ਪੁੱਛਣਾ ਸੀਗਾ, ਮੈਂ ਪੁੱਛ ਲਾਂ ਫਿਰ। ਹਾਂ ਪੁੱਛ ਲਾ ਤੂੰ, ਸੋਨੀ ਨੇ ਕੀ ਪੁੱਛਣਾ? ਪੁੱਛਾ ਉਹ ਤਾਂ ਕੋਈ। ਆ ਜਾ ਫਿਰ ਉੱਥੇ ਕਮਰੇ 'ਚ ਹੀ ਆ ਜਾ। ਹਾਂ ਹੁਣ ਇੱਥੇ ਬੈਠ ਆ ਜਾਂਦੇ ਕਰ ਲੋ ਗੱਲ। ਆ ਜਾ, ਗਰਮੀ ਵਾਲੀ ਆ ਨਾਲੇ ਬਾਹਰ। ਇੱਥੇ ਹੋਇਆ ਪਰ ਜਨਾਬ ਦਾ ਵਿਆਹ ਨੇ। ਮੇਰਾ ਵਿਆਹ ਤਾਂ ਇੱਥੇ ਹੋਇਆ, ਤੂੰ ਕੀ ਮੈਂ ਇੱਥੇ ਇੱਥੇ ਵੀ ਆ ਜਾ, ਤੂੰ ਮੇਰੇ ਮਗਰ ਕੀ ਕਰਨ ਆਇਆ ਤੂੰ ਇੱਥੇ? ਕਿਸਮਤ ਨੇ ਮਿਲਾਤਾ, ਫਿਰ ਮੈਂ ਕੀ ਕਰਨ ਆਉਣਾ ਸੀਗਾ ਇੰਨੇ ਸਾਲਾਂ ਬਾਅਦ ਹੈ। ਹਾਂ ਇੰਨੇ ਸਾਲਾਂ ਬਾਅਦ ਤੂੰ ਮੈਨੂੰ ਭੁੱਲਿਆ ਨੀ? ਸੱਚਾ ਪਿਆਰ ਕਦੇ ਭੁੱਲਿਆ ਜਾਂਦਾ ਯਾਰ? ਐ ਦੱਸ ਤੂੰ। ਫਿਰ ਕਾਲਜ ਟਾਈਮ ਦੇ ਯਾਰ ਉਹ ਗੱਲਾਂ ਕੁਛ ਹੋਰ ਸੀਗੀਆਂ। ਅੱਛਾ, ਹਾਂ ਤੂੰ ਤਾਂ ਭੁੱਲ ਗਈ ਹੋਏਗੀ, ਤੇਰੇ ਲਈ ਤਾਂ ਸਭ ਆਸਾਨ ਹੀ ਸੀਗਾ। ਆਸਾਨ ਨਹੀਂ ਸੀ, ਕਿਉਂ ਐਂ ਕਰਦਾ ਗਾ? ਦੇਖ ਕਿੰਨਾ ਆਪਾਂ ਨਾ ਮੌਜ ਮਸਤੀ ਕਰਦੇ ਸੀ, ਕਿੰਨੀ ਵਧੀਆ ਜ਼ਿੰਦਗੀ ਨਿਕਲਦੀ ਸੀ। ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਵਾਉਣਾ ਸੀ, ਫਿਰ ਮੈਂ ਹੋਰ ਕੀ ਕਰਦੀ? ਮੇਰੀ ਮਾਂ ਹੀ ਨਹੀਂ ਮੰਨੀ। ਮੈਂ ਤਾਂ ਇਹ ਵੀ ਕਹਿਤਾ ਸੀ ਮੇਰੀ ਮਾਂ ਨੂੰ, ਮੈਂ ਕਿਹਾ ਮੈਂ 2 ਸਾਲ ਹਜੇ ਵਿਆਹ ਕਰਵਾਉਣਾ ਨਹੀਂ, ਮੈਂ ਕੁਛ ਕਰਨਾ ਜ਼ਿੰਦਗੀ 'ਚ। ਜ਼ਮੀਨ ਦੇਖ ਲਈ ਤੁਸੀਂ ਤਾਂ ਇਕੱਲੀ? ਉਹ ਯਾਰ ਮੈਂ ਮੇਰੇ ਕੋਲ ਘਾਟਾ ਸੀ ਕਿਸੇ ਚੀਜ਼ ਦਾ ਯਾਰ। ਮੈਂ ਕਿਹਾ ਗਾ ਇਹ ਕਿ ਮੈਂ ਸੋਹਣਾ ਨਹੀਂ ਸੀਗਾ? ਐ ਕਿਉਂ ਕਹਿਣਾ, ਮੇਰੇ ਤਾਂ ਅੱਜ ਵੀ ਦਿਲ 'ਚ ਤੂੰ ਹੈਗਾ, ਮੈਂ ਭੁੱਲੀ ਥੋੜੀ ਹਾਂ ਤੈਨੂੰ। ਹਾਂ ਫਿਰ ਰੱਬ ਨੇ ਦੂਜਾ ਮੌਕਾ ਦਿੱਤਾ, ਹੁਣ ਹੋ ਜਾ ਮੇਰੀ। ਹੁਣ ਮੈਂ ਕਿਵੇਂ ਹੋ ਜਾ ਤੇਰੀ? ਮੈਂ ਵਿਆਹੀ ਆ, ਮੈਨੂੰ ਕਿੰਨਾ ਚਿਰ ਹੋ ਗਿਆ ਇੱਥੇ ਵਿਆਹੀ ਨੂੰ, ਤੈਨੂੰ ਵੀ ਪਤਾ ਗਾ। ਫਿਰ ਮੈਂ ਹੁਣ ਇਹ ਕਿਵੇਂ ਕਰਨ ਚੱਕਾ, ਤੂੰ ਵੀ ਦੱਸ ਮੈਨੂੰ। ਹੁਣ ਤੂੰ ਐਂ ਦੱਸ, ਮੇਰੇ ਲਈ ਫੀਲਿੰਗਸ ਹੈਗੀਆਂ ਨੇ ਕਿ ਮਰ ਗਈਆਂ? ਫੀਲਿੰਗਾਂ ਤਾਂ ਪਹਿਲੇ ਪਿਆਰ ਦੀਆਂ ਮਰੀਆਂ। ਜੇ ਹੈਗੀਆਂ ਨੇ ਫਿਰ ਤਾਂ ਹੁਣ ਵੀ ਕੁਛ ਹੋ ਸਕਦਾ, ਛੱਡ ਵੀ ਸਕਦੀ ਆ ਇਹਨੂੰ ਤੂੰ, ਵਧੀਆ ਤੇਰੀ ਜ਼ਿੰਦਗੀ ਸੌਖੀ ਹੋ ਜਾਊਗੀ। ਆਪਣਾ ਤਾਂ ਯਾਰ ਇੰਨਾ ਪਿਆਰ ਸੀ, ਪੁਰਾਣਾ ਵਕਤ ਤਾਂ ਯਾਦ ਕਰ ਯਾਰ, ਕਿੰਨੇ ਇੰਜੋਏ ਕਰਦੇ ਹੁੰਦੇ ਸੀਗੇ ਆਪਾਂ। ਨਹੀਂ ਭੁੱਲਿਆ ਜਾਂਦਾ, ਮੈਨੂੰ ਪਤਾ ਹੈਗਾ ਉਹ ਵਕਤ ਕਿਵੇਂ ਭੁੱਲ ਜਾਂਦੇ ਨੇ। ਤੂੰ ਇੱਥੇ ਆ ਕੇ
ਫਸ ਗਈ ਮੰਮੀ ਜੀ ਦੱਸਦੇ ਸੀਗੇ ਤੁਹਾਡੇ ਕਿੰਨੀ ਕੁ ਸੁਖੀ ਆ ਤੂੰ ਮੰਮੀ ਨੇ ਤਾਂ ਫਸਾਇਆ ਗਾ ਇੱਥੇ ਮੈਨੂੰ ਮੰਮੀ ਦੀ ਮਰਜ਼ੀ ਨਾਲ ਹੀ ਹੋਇਆ ਸ਼ੌਕ ਹੁਣ ਫਿਰ ਸਭ ਕੁਛ ਸਹੀ ਹੋ ਸਕਦਾ ਜੇ ਤੂੰ ਚਾਹੇ ਜੇ ਭਾਈ ਤੂੰ ਹੀ ਦੁਖੀ ਰਹਿਣਾ ਗਾ ਆਪਦੀ ਜ਼ਿੰਦਗੀ ਸੌਖੀ ਨਹੀਂ ਕਰਨੀ ਫਿਰ ਕੱਟੀ ਜਾ ਇੱਥੇ ਤੇਰੇ ਕੋਲੇ ਹੁਣ ਰੱਬ ਨੇ ਮੌਕਾ ਦਿੱਤਾ ਗਾ ਜ਼ਿੰਦਗੀ ਸੁਧਾਰਨ ਦਾ ਮਨ ਚਾਹਿਆ ਤੈਨੂੰ ਪਿਆਰ ਮਿਲਦਾ ਮੈਂ ਮਿਲ ਰਿਹਾ ਤੈਨੂੰ ਹੋਰ ਤੈਨੂੰ ਇਹਦੇ ਉੱਤੇ ਕੀ ਚਾਹੀਦਾ ਰੱਬ ਦੂਜਾ ਮੌਕਾ ਹਰ ਕਿਸੇ ਨੂੰ ਨਹੀਂ ਦਿੰਦਾ ਹੁੰਦਾ ਬਸ ਐਂ ਸਮਝ ਲਾ ਵੀ ਤੇਰੀ ਕਿਸਮਤ ਚੰਗੀ ਆ ਫਿਰ ਹੁਣ ਮੈਨੂੰ ਵੀ ਤੂੰ ਹੱਲ ਦੱਸ ਦੇ ਵੀ ਮੈਂ ਕਰਾਂ ਤਾਂ ਕੀ ਕਰਾਂ ਜਿਹਨੂੰ ਵਿਆਹੀ ਆ ਐਡਾ ਭੋਲਾ ਪੰਛੀ ਆ ਵੀ ਮੈਂ ਉਹਨੂੰ ਛੱਡ ਕੇ ਜਾ ਹੀ ਨਹੀਂ ਸਕਦੀ ਮੈਂ ਤਾਂ ਆਪਦੇ ਆਪ ਨੂੰ ਫਸੀ ਹੋਈ ਆ ਦੇਖ ਯਾਰ ਸੋਨੀ ਦੋਵਾਂ ਚੋਂ ਇੱਕ ਨੂੰ ਤਾਂ ਚੁਣਨਾ ਪਊਗੀ ਉਹ ਹੁਣ ਤੇਰੇ ਤੇ ਡਿਪੈਂਡ ਰਹਿ ਗਿਆ ਤੂੰ ਕਿਹਦੇ ਨਾਲ ਜ਼ਿੰਦਗੀ ਕੱਟਣੀ ਆ ਦੋਵਾਂ ਚੋਂ ਇੱਕ ਤਾਂ ਚੁਣਨੀ ਪਊਗੀ ਚੰਗੀ ਜ਼ਿੰਦਗੀ ਜਾਂ ਇੱਕ ਜੇਲ ਉਹ ਹੁਣ ਤੇਰੇ ਤੇ ਡਿਪੈਂਡ ਰਹਿ ਰਿਹਾ ਮੈਂ ਵੀ ਤੇ ਜ਼ਿੰਦਗੀ ਜਿਉਣਾ ਚਾਹੁੰਦੀ ਆ ਮੇਰੀ ਵੀ ਲਾਈਫ ਆ ਮੈਨੂੰ ਵੀ ਐਂ ਲੱਗਦਾ ਮੈਂ ਜ਼ਿੰਦਗੀ ਜਿਉਵਾਂ ਆਪਦੀ ਮੈਂ ਖੁਸ਼ ਰਹਾਂ ਜ਼ਿੰਦਗੀ ਚ ਮੈਂ ਐਂ ਥੋੜੀ ਚਾਹੁੰਦੀ ਆ ਵੀ ਮੈਂ ਜੇਲ ਚ ਹੀ ਰਹਾਂ ਫਿਰ ਤੈਨੂੰ ਮੌਕਾ ਮਿਲ ਰਿਹਾ ਯਾਰ ਫਿਰ ਯਾਰ ਮੈਂ ਜਿਹਨੂੰ ਵਿਆਹ ਇਹਨੂੰ ਕਿਵੇਂ ਮੈਂ ਧੋਖਾ ਦੇ ਦਾਂ ਇੰਨਾ ਭੋਲਾ ਬੰਦਾ ਵਾ ਜਿੰਨਾ ਵੀ ਤੂੰ ਕਹਿਦੇ ਤੂੰ ਦੇਖਿਆ ਦੇਖਿਆ ਹੀ ਹੋਊਗਾ ਤੂੰ ਤਾਂ ਪਹਿਲਾਂ ਤੋਂ ਵੀ ਆਉਂਦਾ ਜਾਂਦਾ ਗਾ ਇੱਧਰ ਉੱਧਰ ਰਾਜ ਕਹਿੰਦੀ ਆਉਂਦਾ ਸੀ ਤੂੰ ਦੇਖਿਆ ਹੀ ਹੋਊਗਾ ਦੇਖਿਆ ਫਿਰ ਮੈਂ ਕਿਵੇਂ ਛੱਡਦਾ ਉਹਨੂੰ ਉਹਦੇ ਖਾਤਰ ਮੈਂ ਜ਼ਿੰਦਗੀ ਜਿਉਂ ਜਾਂਦੀ ਯਾਰ ਜੇ ਜ਼ਿੰਦਗੀ ਜਿਉਣਾ ਚਾਹੁੰਦੀ ਆ ਤਾਂ ਤੈਨੂੰ ਮੈਂ ਭਿਆ ਕੇ ਲੈ ਚੱਲਦਾ ਏਡੀ ਕਿੱਡੀ ਕੁ ਗੱਲ ਹੈ ਨਹੀਂ ਯਾਰ ਮੈਂ ਐਂ ਭੱਜ ਕੇ ਨਹੀਂ ਜਾ ਸਕਦੀ ਯਾਰ ਮੈਥੋਂ ਨਹੀਂ ਦੇਖੀ ਜਾਂਦੀ ਆ ਤੂੰ ਜੇਲ੍ਹ ਜੀ ਕੱਟਦੀ ਜ਼ਿੰਦਗੀ ਪਰ ਮੈਂ ਇੱਥੋਂ ਭੱਜਣਾ ਨਹੀਂ ਚਾਹੁੰਦੀ ਠੀਕ ਹੈ ਨਾ ਯਾਰ ਇੱਕ ਵਾਰੀ ਸੋਚ ਤਾਂ ਦੇਖ ਆਪਣੀ ਦੋਵਾਂ ਦੀ ਜ਼ਿੰਦਗੀ ਦੇਖ ਅੱਗੇ ਦੇਖ ਜਮਾਂ ਇੰਜੋਏ ਕਰਾਂਗੇ ਸਾਰੀ ਜ਼ਿੰਦਗੀ ਖੁਸ਼ ਰਹਾਂਗੇ ਮੰਮੀ ਤੇਰੀ ਬਾਹਰ ਨੂੰ ਪਾ ਗਈ ਸਬਜ਼ੀ ਸੁਬਜ਼ੀ ਲੈਣ ਅੱਛਾ ਉਧਰ ਪੱਟਣ ਗਈ ਹੋ ਬਾਰੀ ਹਾਂ ਬਾਰੀ ਚ ਗਈ ਆ ਹੋਰ ਹੋਈ ਗੱਲ ਬਾਤ ਕੋਈ ਕਿਹੜੀ ਗੱਲ ਆਂਟੀ ਹਾਂ ਕੀ ਹੋ ਗਿਆ ਤੁਹਾਡੀ ਕੁੜੀ ਨੇ ਤਾਂ ਜਮਾਂ ਜ਼ਿੰਦਗੀ ਬਰਬਾਦ ਕਰਨੀ ਹੈ ਕਿਸੇ ਲਈ ਤੇ ਨਹੀਂ ਕਹਿੰਦੀ ਮੈਂ ਇੱਥੇ ਹੀ ਰਹੀ ਨਾ ਭੋਲਾ ਚਿਹਰਾ ਜਾ ਦੇਖ ਜਾਂਦਾ ਐ ਨੀ ਦੇਖਦਾ ਵੀ ਮੇਰੀ ਸਾਰੀ ਜ਼ਿੰਦਗੀ ਜ਼ਿੰਦਗੀ ਕੀ ਹੈ ਸਾਰੀ ਉਮਰ ਕਿਵੇਂ ਕੱਢੇਗੀ ਇਹਦੇ ਨਾਲ ਕੱਲਾ ਭੋਲਾ ਚਿਹਰਾ ਦੇਖ ਲਿਆ ਨਾ ਇਹਨੂੰ ਐ ਪਤਾ ਲੱਗਦਾ ਮੇਰੀ ਸੱਸ ਕੀ ਗੱਲਾਂ ਕਰਦੀ ਹੈ ਪਤਾ ਨੀ ਕੀ ਦਿਮਾਗ ਤੇ ਟਿਕਰਾ ਵੱਜਣ ਨੂੰ ਪੁੱਤਿਆਂ ਦੀ ਮੈਂ ਤਾਂ ਹੁਣੇ ਵਿਆਹ ਤੇ ਕਰਾਉਣ ਨੂੰ ਤਿਆਰ ਆ ਮੈਂ ਤਾਂ ਹੁਣ ਲੈ ਜਾਂਦਾ ਵਿਆਹ ਦੀ ਵੀ ਲੋੜ ਕੀ ਪਤਾ ਭਾਈ ਮੈਂ ਇੰਨਾ ਕਹਿੰਦੀ ਬੋਲ ਸੋਨੀ ਮੈਂ ਕੀ ਬੋਲਣਾ ਮੰਮੀ ਤੈਨੂੰ ਪਤਾ ਤਾਂ ਹੈਗਾ ਮੈਂ ਤੈਨੂੰ ਕਿਹਾ ਤਾਂ ਹੈਗਾ ਸੀਗਾ ਪਛਤਾਵੇਗੀ ਬਾਅਦ ਚ ਚੱਲ ਕੋਈ ਮੰਮੀ ਫਿਰ ਮੈਨੂੰ ਸੋਚਣ ਦਾ ਤਾਂ ਮੌਕਾ ਦੇ ਕੋਈ ਨੀ ਮੈਂ ਦੱਸ ਦੂੰਗੀ ਫਿਰ ਸੋਚ ਲਾ ਤੈਨੂੰ ਅੱਜ ਤਾਂ ਪਤਾ ਮੇਰੀ ਸੱਸ ਕੀ ਕੀ ਗੱਲਾਂ ਕਰਦੀ ਹੈ ਕਰੀ ਜਾਣਦੇ ਮੰਮੀ ਮੈਂ ਕੀ ਲੈਣਾ ਗਾ ਮੈਂ ਜਿਹਨੂੰ ਵਿਆਹੀ ਹੈਗੀ ਜਦੋਂ ਉਹ ਨੀ ਕੁਛ ਕਹਿੰਦਾ ਹੈਗਾ ਫਿਰ ਜ਼ਰੂਰੀ ਹੈ ਕੋਈ ਸੱਸ ਦਾ ਚੱਲ ਉਹ ਤਾਂ ਮੈਂ ਤੇਰੀ ਗੱਲ ਮੰਨ ਗਈ ਹੁਣ ਤੇਰੇ ਲਿਆ ਕੇ ਮੈਂ ਤਾਂ ਮੇਰੇ ਸਰਾਣੇ ਖੜਾ ਤਾਂ ਫਿਰ ਮੇਰੇ ਆਉਣ ਦੀ ਵੀ ਇੱਥੇ ਤਰਕ ਕੀ ਹੈ ਫਿਰ ਮੈਨੂੰ ਤਾਂ ਗੁੱਸਾ ਫੇਰ ਆਉਂਦਾ ਵਾਲਾ ਤਾਂ ਹੀ ਮੈਂ ਇਹਨੂੰ ਲੈ ਕੇ ਆਈ ਸੀ ਮਹਾਂ ਚੱਲ ਜਾਣਾ ਵੱਡਿਆ ਜਾ ਅੱਖੀ ਦੇਖ ਲੂਗੀ ਆਪਦੀ
ਚੱਲ ਕੋਈ ਨੀ ਫਿਰ ਮੈਂ ਸੋਚ ਲੂੰ। ਚੱਲ ਸੋਚ ਲੈ ਕੋਈ ਗੱਲ ਨੀ, ਸੋਚਣ ਦਾ ਮੌਕਾ ਦਿੰਦੇ ਤੈਨੂੰ ਅਸੀਂ, ਠੀਕ ਹੈ ਪੁੱਤ? ਹਾਂ ਚਲੋ ਚੱਲ ਚਲੀ ਗਈ ਫਿਰ, ਇਹਨੇ ਤਾਂ ਉਹ ਵੀ ਬਾਣੀ ਪਾ ਰੱਖਿਆ ਆਪੇ ਫਿਰ ਉਹ ਕਰੂਗੀ। ਕਿਪੂ ਰੁਕੀ, ਕਿਪੂ ਇਹ ਨੰਬਰ ਤਾਂ ਦੇ ਜਾ ਮੋਬਾਈਲ ਦੇ। ਫੋਨ ਫਾਨ ਹੀ ਲਾ ਲਿਆ ਕਰਾਂਗੇ, ਕੀ ਪਤਾ ਪਿਆਰ ਦੁਬਾਰ ਸੀ ਉਹ ਜਾਗ ਜੇ। ਹੋਰ ਮਨ ਮਨ ਜੇ ਤੇਰਾ ਚੰਗਾ, ਚਲੋ ਚੰਗਾ ਕਰ ਲਈ ਕਾਲ, ਠੀਕ ਹੈ। ਮਾਂ ਆਊਗੀ ਪਤਾ ਨੀ ਕੀ ਕੁਛ ਕਹੂਗੀ, ਲੈ ਹੁਣ ਮੈਂ ਤਾਂ ਡਰ ਲੱਗੀ ਜਾਂਦਾ ਵਾ, ਪਤਾ ਨੀ ਕੀ ਬੇਟਣਾ ਪਾਊਗੀ, ਦੇਖੋ ਆਏ ਤਾਂ ਪਤਾ ਲੱਗੂਗਾ। ਕਿਵੇਂ ਕੀ ਕਹਿੰਦੀ ਤੂੰ? ਮੈਂ ਤਾਂ ਐ ਕਹਿੰਦੀ ਸੀ ਤੈਨੂੰ, ਉਹਦੀ ਮਾਂ ਆਈ ਸੀਗੀ ਕੱਲ, ਪਤਾ ਨੀ ਕੀ ਪੜਾ ਕੇ ਗਈ ਆ, ਇੱਕ ਮੁੰਡੇ ਨੂੰ ਲਈ ਸੀਗੀ, ਪਤਾ ਨੀ ਕੀ ਕੰਨ ਭਰ ਕੇ ਗਈ ਆ ਕੀ ਨਾ ਭਰ ਕੇ ਗਈ, ਪੁੱਛ ਲਾ ਕੀ ਪਤਾ ਕੌਣ ਸੀਗਾ, ਜੇ ਤੈਨੂੰ ਸੱਚ ਦੱਸ ਦੂਗੀ। ਥੋੜਾ ਤਾਂ ਮੈਂ ਬੜਾ ਪੰਗੇ ਚ ਫਸਿਆ, ਥੋੜਾ ਰੋਜ਼ ਦਾ ਕੰਜਰ ਖਾਨਾ ਹੈ ਨਾ ਜੀ, ਹਟਦੀ ਨੀ ਹੈਗੀ ਬੋਲਣ, ਕੁਛ 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 ਉਹਦੀ ਮਾਂ ਕੰਨ ਭਰ ਜਾਂਦੀ ਆ, ਫਿਰ ਉਹ ਮੇਰੇ ਨਾਲ ਲੜ ਪੈਂਦੀ ਆ ਜੀ, ਉਦੋਂ ਨਹੀਂ ਰੋਟ ਹੁੰਦੀ ਜੀ ਉਹਦੀ ਮਾਂ ਜੀ, ਹਾਂ ਰੋਜ਼ ਆ ਜਾਂਦੀ ਆ ਮੰਗਰ ਪੈਂਦਾ, ਬੁਰੇ ਲੱਗਦੇ ਆ ਅਲਾ, ਕਹਿੰਦਾ ਕੁੜਮਣੀ ਦੇ ਮੰਗਰ ਪੈਂਦਾ ਘਰੋਂ। ਤੂੰ ਸਮਝਾ ਉਹਨੂੰ ਮਾੜਾ ਮੋਟਾ ਕਹੇ ਕੁਛ ਵੀ, ਰੋਜ਼ ਭਈ ਇਹ ਕੀ ਕਰਨ ਆਉਂਦੀ ਆ ਤੇਰੀ ਮਾਂ। ਪੁੱਛੂ ਸੋਨੀ ਨੂੰ, ਤੂੰ ਨਾ ਪਹਿਲਾਂ ਬੜਾ ਕੁਛ ਬੋਲੀ। ਮੈਂ ਤਾਂ ਕੁਛ ਨੀ ਕਹਿੰਦੀ, ਰਹਿੰਦੀ ਖੂੰਦੀ ਉਹਦੀ ਮਾਂ ਵਾਲੇ, ਪਤਾ ਨੀ ਕਿਹਨੂੰ ਨਾਲ ਲੈ ਆਈ ਮੁੰਡੇ ਜੇ ਨੂੰ। ਕੀ ਪਤਾ ਹੁਣ ਕੌਣ ਗਾ ਮੁੰਡਾ, ਕਹੀ ਤੂੰ ਉਹਨੂੰ ਸਮਝਾਈ ਮਾੜਾ ਮੋਟਾ, ਠੀਕ ਮੈਂ ਪੁੱਛਦਾ, ਦੇਖ ਲਾ ਪਤੀ ਨੀ ਕੀ ਕੁਛ ਕਰੂਗੀ ਕੁਛ ਨਾ ਕਰੂਗੀ, ਰਹਿੰਦੀ ਖੂੰਦੀ ਉਹਨੂੰ ਲੈ ਆਈ, ਬੀਨ ਪੁੱਤੇ ਦਾ ਚੁੱਲ੍ਹੇ ਦਾ ਖਰਚਾ ਤਾਂ ਅੱਗੇ ਵੱਧ ਹੋਈ ਜਾਂਦਾ, ਚਾਹ ਕਰੂ ਪਾਣੀ ਧਾਣੀ ਠੰਡਾ ਤੱਤਾ ਲਿਆਉਂਗੀ, ਪਤਾ ਨੀ ਕੀ ਕੁਛ ਕਰਦੀ ਫਿਰਦੀ ਆ ਗਈ। ਤੈਨੂੰ ਇੱਕ ਕੰਮ ਕਹਿੰਦਾ ਸੀ, ਮੈਂ ਕੰਮ ਜਾਂਦਾ ਜਾਂਦਾ ਪੁੱਠਾ ਮੁੜ ਕੇ ਆਇਆ। ਦੱਸੋ ਕੀ ਕਹਿੰਦੇ ਸੀ? ਤੈ ਤੇਰੀ ਬੀਬੀ ਨੇ ਤੂੰ ਰੋਜ਼ ਸੱਦ ਲਾਉਣੀ ਆ, ਕੀ ਗੱਲ ਹੈਗੀ? ਜਿਹੜੀ ਮੈਂ ਕਦੋਂ ਬੁਲਾਇਆ ਗਾ ਉਹ ਤਾਂ ਆਪੇ ਆ ਜਾਂਦੀ ਹੈਗੀ, ਚੱਲ ਮਿਲਣ ਆ ਜਾਂਦੀ ਹੈ, ਫਿਰ ਕੀ ਹੋ ਗਿਆ? ਫਿਰ ਮੈਨੂੰ ਐ ਨਾ ਕਹਿੰਦੀ ਵੀ ਮੰਗਰ ਪੈ ਜਾ, ਮੈਂ ਮੰਗਰ ਵੀ ਪਈ, ਗੱਲ ਕੋਈ ਹੋਰ ਹੁੰਦੀ ਹੈ ਵਿੱਚ, ਤੂੰ ਸਹੀ ਗੱਲ ਨੀ ਦੱਸਦੀ, ਤੂੰ ਮੈਨੂੰ ਦੱਸ ਵੀ ਕੀ ਗੱਲ ਹੈ, ਕਿਉਂ ਜਿਹੜੀ ਕੋਈ ਗੱਲ ਨੀ ਹੈਗੀ ਇਹ ਜੀ, ਉਹ ਤਾਂ ਬਸ ਵੈਸੀ ਰਿਸ਼ਤੇਦਾਰੀ ਚ ਹੋਰ ਆਈ ਸੀਗੀ ਤੇ ਨਾਲ ਮੇਰੀ ਮਾਸੀ ਦਾ ਮੁੰਡਾ ਸੀ ਦੂਜੀ ਦਾ, ਉਹ ਨਾਲ ਆ ਗਿਆ, ਫਿਰ ਉਹ ਕਹਿੰਦਾ ਚੱਲ ਮੈਂ ਵੀ ਜਾ ਆਉਣਾ, ਉਹਨੂੰ ਥੋੜਾ ਜਿਹਾ ਪਹਿਲਾਂ ਅਸੀਂ ਦੇਖ ਇਕੱਠੇ ਪੜ੍ਹਦੇ ਸੀਗੇ ਨਾ, ਉਹਦਾ ਕਰਕੇ ਕੰਮ ਸੀਗਾ ਤੇ ਉਹ ਨਾਲ ਹੀ ਆ ਗਿਆ, ਹੋਰ ਤਾਂ ਕੋਈ ਗੱਲ ਨੀ ਸੀਗੀ। ਫਿਰ ਮੰਮੀ ਉਧਰੋਂ ਇੱਧਰ ਨੂੰ ਆ ਗਈ ਸੀ ਚੋਂ, ਕਹਿੰਦੇ ਨਾਲ ਮਿਲ ਜੂਗੀ ਨਾਲੇ ਕਿਪੂ ਮਿਲ ਗਿਆ, ਆਈ ਆਏ ਸੀਗੇ, ਫਿਰ ਹੋਰ ਤਾਂ ਕੋਈ ਗੱਲ ਨਹੀਂ ਸੀ। ਹੋਰ ਲੂਤੀਆਂ ਲਾਈ ਜਾਂਦੀਆਂ ਉਹਨੇ, ਲੈ ਡੈਡੀ ਤੁਹਾਨੂੰ ਪਤਾ ਨਹੀਂ ਲੱਗੂਗਾ, ਜੇ ਮੁੰਡਾ ਮਾੜਾ ਮੁੰਡਾ ਹੋਊਗਾ ਮੈਨੂੰ ਲੱਗਦਾ ਸੱਕ ਜਾ ਵੀ ਉਹ ਤਾਂ ਗੇੜੇ ਮਾਰਦੀ ਆਨੇ ਬਾਨਿਆਂ ਨੂੰ। ਆਏ ਤਾਂ ਹੁਣ ਡੈਡੀ ਉਹੀ ਗੱਲ ਆਪਦੀ ਧੀ ਕੋਲੇ ਤਾਂ ਆਉਣਾ ਹੀ ਆ ਹੁਣ, ਆ ਤਾਂ ਜਾ ਬੜੀ ਖੁਸ਼ੀ ਆ ਮੈਨੂੰ, ਉਹਦੇ ਆ ਰੂਹ ਜੀ ਖਰਾਬ ਲੱਗੀ ਥੋੜੀ ਜੀ। ਉਹੀ ਡੈਡੀ ਤੁਹਾਨੂੰ ਬਹਿਮ ਹੋ ਰਿਹਾ ਹੈਗਾ, ਬਹਿਮ ਅੱਗੇ ਆਉਂਦੀ ਹੈ ਅੱਗੇ ਆਪਾਂ ਨਾ ਕਿਹਾ। ਚਾ ਕੋਈ ਗੱਲ ਨੀ, ਤੁਸੀਂ ਫੇਰ ਆਈ ਤੁਸੀਂ ਬਹਿ ਕੇ ਗੱਲ ਕਰ ਲਿਓ, ਪੁੱਛ ਲਈ ਤੇਰੀ ਕੁੜਮਣੀ ਆ ਗਈ ਕਹੇ ਜੀ, ਵੀ ਦੱਸ ਕੁੜਮਣੀ ਤੂੰ ਤੀਜੇ ਕਦੇ ਨਾ ਜਾਨੀ ਆ ਗਈ, ਹੋਰ ਦੱਸ ਫਿਰ।
ਕਾਫੀ ਟਾਈਮ ਤੋਂ ਸੀਗੀ, ਹੁਣ ਥੋੜਾ ਜਾ ਮਹੀਨੇ ਬੀਤੀ ਦੁੱਖ ਗੇੜੇ ਮਾਰ ਗਈ, ਉਹ ਵੀ ਰਿਸ਼ਤੇਦਾਰੀ ਚ ਆਈ ਕਰਕੇ ਨਾ ਗਾਹਾਂ ਨੇੜੇ ਪੈਂਦਾ ਸਿੱਧਰ ਤਾਈਓ ਆ ਗਈ, ਕੁਛ ਹੋ ਜਿੱਦ ਕਰੀ ਜਾਂਦਾ ਸੀ। ਮੈਂ ਤਾਂ ਕੋਈ ਗੱਲ ਨੀ ਆ ਜੇ ਵੀ ਗੱਲ ਕਰ, ਕੋਈ ਹੋਰ ਤਾਂ ਨੀ ਕੋਈ ਗੱਲ ਬਾਤ? ਨਹੀਂ ਨਹੀਂ ਕੋਈ ਏਦਾਂ ਦੀ ਕੋਈ ਗੱਲ ਨੀ ਹੈਗੀ, ਬਸ ਤੁਸੀਂ ਟੈਨਸ਼ਨ ਨਾ ਲਓ। ਕਿਹਦਾ ਟੱਕਰੇ ਕੋਲ ਜਾਊਂ ਮੈਂ, ਆਊਂ ਪਤਾ ਹੀ ਲੱਗੂਗਾ ਵੀ ਕੀ ਬੋਲਦੀ ਆ। ਕੋਈ ਗੱਲ ਨੀ, ਕੋਈ ਨੀ ਇਹੋ ਜਿਹੀ ਤਾਂ ਕੋਈ ਗੱਲ ਨੀ ਹੈਗੀ ਡੈਡੀ, ਜਾ ਆਓ ਕਿੱਥੇ ਜਾਂਦੇ ਸੀਗੇ, ਮਾੜਾ ਜਿਹਾ ਕੰਮ ਜਾ ਕੇ ਜਾਇਓ ਜਾਇਓ ਨਾ, ਉੱਥੋਂ ਮਾਰ ਕੇ ਮੁੜ ਕੇ ਆਇਆ। ਲੈ ਆ ਡੈਡੀ ਨੂੰ ਕੀ ਹੋ ਗਿਆ? ਆਈ ਨੀ ਪਤਾ, ਮੰਮੀ ਨੇ ਇਹਦੇ ਕੰਨ ਭਰਤੇ ਹੋਣਾ ਹਨਾ, ਵੀ ਇਹਦੀ ਮਾਂ ਰੋਜ਼ ਆ ਜਾਂਦੀ ਹੈਗੀ, ਕਹਿੰਦਾ ਖੁੰਦਾ ਐਂ ਕਹਿਤਾ ਹੋਵੇ ਉਹ ਮੁੰਡਾ ਕੌਣ ਅੱਗੇ ਤੱਕ ਆਇਆ ਨਾ ਕਰਿਆ, ਮੰਮੀ ਨੇ ਕੰਨ ਭਰੇ ਹੋਣਗੇ ਡੈਡੀ, ਤਾਂ ਏਦਾਂ ਦਾ ਹੈ ਹੀ ਨੀ ਗਾ। ਤੇ ਮੰਮੀ ਨੇ ਫੋਨ ਤੇ ਗੱਲ ਕਰੂੰਗੀ ਵੀ ਐਂ ਕਹਿੰਦਾ ਸੀਗਾ ਡੈਡੀ। ਹੋਰ ਭਾਈ ਠੀਕ ਹੈ, ਸਤਿ ਸ੍ਰੀ ਅਕਾਲ ਜੀ। ਕੋਈ ਨੀ ਕੋਈ ਨੀ, ਮੈਂ ਕਰ ਲੈਣਾ ਉਰੇ। ਠੀਕ ਹੈ ਵਧੀਆ, ਬਸ ਠੀਕ ਹੈ ਨਾ ਸਾਰੇ? ਠੀਕ ਹੈ, ਮੈਂ ਤਾਂ ਆਇਆ ਸੀ ਲਾਂਭਾ ਦੇਣਾ। ਕਾਹਦਾ ਕੀ ਹੋ ਗਿਆ? ਵੀ ਤੁਸੀਂ ਤੀਜੇ ਦਿਨ ਘਰੇ ਬੈ ਜਾਂਦੇ ਹੋ, ਕਿਤੇ ਕਿਸੇ ਮੁੰਡੇ ਨੂੰ ਜਾਣਦੇ ਜਾਣਦੇ ਨੇ ਉਹ ਮੁੰਡੇ ਨੂੰ, ਆਂਢੀ ਨੀ ਜਾਣਦੇ, ਗੁਆਂਢੀ ਨੀ ਜਾਣਦਾ, ਕੋਈ ਰਿਸ਼ਤੇਦਾਰੀ ਹੈਗੀ ਆ ਮੰਨੀ ਗੱਲ ਵੀ ਬੁਰਾ ਲੱਗਦਾ ਬੰਦਾ ਰੋਜ਼ ਤੀਜੇ ਆਲਾ ਕਹਿੰਦਾ ਵੀ ਪਹਿਲਾਂ ਤੂੰ ਹੱਟ ਕੇ ਕਮਾ ਕੇ ਤੁਸੀਂ ਰਿਸ਼ਤਾ ਲੈ ਲੈ ਕਮਲੀ ਮਾੜਾ ਮੋਟਾ ਦਵਾਈ ਦਵਾਈ ਜਾਂਦੇ ਸੀਗੇ, ਫਿਰ ਬੰਦਾ ਭੈੜਾ ਲੈਂਦਾ ਰੋਜ਼ ਤਾਂ ਕਿਉਂ ਕੀ ਗੱਲ? ਤੁਹਾਡੇ ਘਰੇ ਸੀ ਵੀ ਆ ਸਕਦੇ ਹੋ, ਸਾਡੇ ਵੀ ਆ ਸਕਦੇ ਹੋ, ਅਸੀਂ ਰੋਜ਼ ਤਾਂ ਨੀ ਆਉਂਦੇ ਨਾ। ਵੀ ਲਾਂਭਾ ਦੇਣ ਕਾਹਦਾ ਆਉਂਦੀ ਆ, ਉਹ ਕਿਵੇਂ ਆਉਂਦੀ ਆ ਵੀ ਰੌਲਾ ਤਾਂ ਰੋਜ਼ ਪਾ ਕੇ ਜਾਂਦੀ ਆ। ਨਿਬੜੀ ਜਾਂਦਾ ਭਲਾ, ਘਰ ਵਸਾਉਂਦੇ ਹੁੰਦੇ ਕਿ ਜਾੜਦੇ ਹੁੰਦੇ ਨਾ? ਤੂੰ ਕਿੱਥੇ ਆਏ ਕਹਿ ਵੀ ਚੱਲ ਕੋਈ ਗੱਲ ਨੀ, ਦਵਾਈ ਬੂਟੀ ਦਵਾ ਦਿਓ ਉਹਨੂੰ, ਫਿਰ ਦਵਾਈ ਦਵਾਈ ਜਾਂਦੇ ਅਸੀਂ, ਹੋਰ ਸਾਡੇ ਕੀ ਸਾਰੇ ਮੈਂ ਤਾਂ ਘਰੇ ਵੀ ਨੀ ਸੀਗਾ ਜਦੋਂ ਤੁਸੀਂ ਗਏ ਹੋ। ਘਰੇ ਨੀ ਅੱਗੇ, ਮੈਂ ਘਰੇ ਨੀ ਸੀਗਾ ਜਦੋਂ ਤੁਸੀਂ ਗਏ। ਨਿਬੜੀ
ਉਹਨੂੰ ਦਵਾਈ ਦਵਾਈ ਜਾਂਦੇ ਚੱਲ ਹੈਗਾ ਮਾੜਾ ਮੋਟਾ ਤੁਹਾਨੂੰ ਦੱਸਦਾ ਵੀ ਫਿਰ ਤੂੰ ਕੁੜੀ ਨੂੰ ਪੁੱਛ ਕੇ ਦੇਖੀ ਉਹਨੂੰ ਕਿੰਨਾ ਲੜਦੇ ਆ ਉਹਨੂੰ ਤਾਂ ਮੈਂ ਵੀ ਕਹਿ ਦੇਣਾ ਭਾਈ ਬੋਲੀ ਨਾ ਤੂੰ ਸਿਰ ਵਾਲਾ ਮੈਂ ਕਹਿ ਦਾਂਗਾ ਫਿਰ ਸਹੀ ਗੱਲ ਤਾਂ ਕਹੀ ਜਾਂਦੀ ਆ ਬਸ ਚਾਹ ਪਾਣੀ ਤਾਂ ਮੈਂ ਰੱਜ ਕੇ ਆਇਆ ਚਾਹ ਪਾਣੀ ਪਿਆ ਤਾਂ ਤੁਸੀਂ ਪਹਿਲੀ ਲੜ ਪਏ ਮੈਂ ਤੂੰ ਤਾਂ ਲੜਨ ਲੱਗ ਗਈ ਪਹਿਲੀ ਚਾਹ ਪਾਣੀ ਪਿਆ ਸੁਣੀ ਨਾ ਜਾਵੇ ਐ ਥੋੜੀ ਹੁੰਦਾ ਫਿਰ ਇਹਦੀ ਤਾਂ ਲੇਲੇ ਪੇਪੇ ਰੱਖਦੇ ਆ ਪਤਾ ਨੀ ਆਂਢੀ ਗੁਆਂਢੀ ਕਹਿ ਦਿੰਦੇ ਆ ਕਿ ਉਹ ਬੁੜੀ ਵੀ ਕਿਸੇ ਕਿਸੇ ਨੂੰ ਲੈ ਕੇ ਆ ਜਾਂਦੀ ਆ ਕਿਸੇ ਕਿਸੇ ਨੂੰ ਲੈ ਕੇ ਆ ਜਾਂਦੀ ਆ ਤੂੰ ਕੱਲੀ ਆਈ ਚੱਲ ਦਿਨ ਆਈ ਚੱਲ ਰਾਤ ਆਈ ਮੈਂ ਕੱਲੀ ਆਈ ਚੱਲ ਦਿਨ ਆਈ ਚੱਲ ਰਾਤ ਆਈ ਚੱਲ ਅਗਲਾ ਕਹਿੰਦਾ ਵੀ ਮਾਂ ਆਈ ਆ ਚੱਲ ਇਹ ਤਾਂ 20 ਵਾਰੀ ਕਹਿਤਾ ਵੀ ਬਾਹਰ ਜਾਇਆ ਕਰੋ ਜਾਇਆ ਕਰੋ ਇਹਦੀ ਕਿਹੜਾ ਰੋਕਦੇ ਉਹਨਾਂ ਨੂੰ ਫਿਰ ਆਉਣ ਆ ਜਾਣ ਨਾ ਮੁੰਡੇ ਨੂੰ ਤੇ ਕੁੜੀ ਨੂੰ ਬੀਸੀ ਕੀ ਰੋਕਦੇ ਇਹ ਤਾਂ 20 ਵਾਰੀ ਕਹਿਤਾ ਵੀ ਜਾਇਆ ਭਾਈ ਜਾਇਓ ਨਹੀਂ ਆਉਂਦੇ ਉਹਨਾਂ ਦੀ ਮਰਜ਼ੀ ਆ ਕੁੜੀ ਨੂੰ ਤਾਂ ਪਤਾ ਹੀ ਆ ਵੀ ਜਾ ਕੇ ਆਉਣਾ ਚੱਲ ਉਹ ਤਾਂ ਮਾੜਾ ਮੋਟਾ ਮੈਟਰ ਹੈਗਾ ਜਮਾ ਫਿਰ ਦਵਾਈ ਦਵਾਈ ਜਾਂਦੇ ਆ ਆ ਦਿਨ ਤਾਂ ਮਾੜਾ ਕੋਈ ਨੀ ਕਹਿੰਦਾ ਹੁੰਦਾ ਉਹ ਆਖੂਗੀ ਪਾਪਾ ਮੇਰੇ ਨਾਲ ਆਏ ਆ ਉਹ ਮੈਂ ਫੇਰ ਵੀ ਬਰਿਆ ਕੇ ਰੱਖਦਾ ਵੀ ਕੋਈ ਗੱਲ ਨੀ ਪੁੱਤ ਵੀ ਕੰਮ ਤਾਂ ਕਰਦੀ ਆ ਬੇਚਾਰੀ ਨੂੰ ਉਹਨੂੰ ਐਂ ਕਿਉਂ ਕਹਿੰਦੇ ਮਾੜੀ ਵੀ ਉਹ ਕੰਮ ਨੀ ਕਰਦੀ ਜਾਂ ਐਂ ਨੀ ਕਰਦੀ ਪੱਟ ਤਾਂ ਜ਼ਰੂਰ ਲੈ ਔਖਾ ਤਾਂ ਵਸਾਉਣਾ ਹੀ ਆ ਇਹ ਗੱਲਾਂ ਤੂੰ ਵੀ ਸਿਆਣੀ ਪੈਣੀ ਆ ਤੂੰ ਵੀ ਉਹ ਕਰ ਐ ਤਾਂ ਨਹੀਂ ਕਹੀਦਾ ਮਨ ਦਾ ਮੈਂ ਵੀ ਤੀਜੇ ਦਿਨ ਐ ਦੇਖਣਾ ਐ ਕਹਿੰਦਾ ਕਿ ਯਾਰ ਉਹ ਕਿਤੇ ਕਿਸੇ ਨੂੰ ਲੈ ਕੇ ਬਾਦਲ ਕੇ ਕਿਤੇ ਕਿਸੇ ਨੂੰ ਮੈਂ ਉਹਨੂੰ ਪੁੱਛਦਾ ਉਹ ਮੈਨੂੰ ਵੀ ਨੀ ਦੱਸਦੀ ਕੁੜੀ ਵੀ ਪੁੱਤ ਤੈਨੂੰ ਕੁਛ ਕੋਈ ਉਹ ਤਾਂ ਨੀ ਵੀ ਤੂੰ ਆਪਦੀ ਬੀਬੀ ਕੋਲੇ ਨਾ ਉਹਨਾਂ ਨੂੰ ਤਕਲੀਫ਼ ਨਾ ਦਿਆ ਕਰ ਉਹ ਫਿਰ ਤੇਰੇ ਕੋਲੇ ਪਤਾ ਨੀ ਕਿਵੇਂ ਗੱਲਾਂ ਦੱਸਦੇ ਮੈਨੂੰ ਐਂ ਨੀ ਕਹਿ ਸਕਦੀ ਵੀ ਆਹ ਗੱਲਾਂ ਆ ਚਾਚੇ ਪਾਪਾ ਤੂੰ ਐਂ ਕਰੀ ਕੁੜੀ ਨੂੰ ਪੁੱਛ ਕੇ ਦੇਖ ਲਈ ਮੂੰਹ ਤੇ ਹਾਂ ਕਦੇ ਜੇ ਮੈਂ ਪੁੱਤ ਤੋਂ ਬਿਨਾਂ ਬੋਲਿਆ ਭਾਵੇਂ ਸਵੇਰੇ ਆ ਜੀ ਆ ਹੁਣ ਆ ਜੀ ਘੰਟੇ ਨੂੰ ਆ ਜੀ ਦੋ ਨੂੰ ਆ ਜੀ ਪੁੱਛ ਕੇ ਦੇਖ ਲਈ ਵੀ ਤੇਰੇ ਪਾਪਾ ਬੋਲਿਆ ਕੁਛ ਹਾਂ ਜੇ ਪੈਸੇ ਲੱਗੇ ਦੀ ਲੋੜ ਤਾਂ ਵੀ ਮੈਂ ਕਹਿੰਦਾ ਨਾ ਚੱਕ ਪੁੱਤ ਥੋ ਦੀ ਸਾਂ 500 ਚੱਕ ਹਾਂ ਪੁੱਛ ਕੇ ਦੇਖ ਲਈ ਫਿਰ ਤੂੰ ਆ ਜੀ ਜੇ ਵੀ ਸ਼ਰਮ ਲੈ ਰਹੀ ਰਸੋਂ ਦੀ ਸਹੁਰੇ ਦੀ ਤਾਂ ਘਰੇ ਢਾਉਣ ਆ ਗਿਆ ਲੈ
ਆਖੇ ਤੁਸੀਂ ਉਹ ਕਮੇ ਆਇਆ ਮੁੰਡਾ ਫਲਾਨਾ ਆਇਆ ਜਮੀ ਸ਼ਰਮ ਹੀ ਲਈ ਹੈ। ਮੈਂ ਤਾਂ ਲੱਗਦਾ ਲੱਸਣ ਹੀ ਨਹੀਂ ਹੈਗੇ ਇਹਨਾਂ ਦੇ ਘਰ ਵਸਾਉਣ ਵਾਲੇ ਦੇਣੇ ਪਊ ਇਹਨਾਂ ਨੂੰ ਤਲਾਕ ਕਾਹਨੂੰ ਵਸਾਉਂਦੇ ਨੇ ਇਹ ਬਾਹਲੇ ਮਾੜੇ ਬੰਦੇ ਨਿਕਲੇ ਫਲਾਨਾ ਕਵੇ ਆਇਆ ਝਿਪਕਾ ਕਵੇ ਆਇਆ ਫਿਰ ਕੀ ਹੋ ਗਿਆ ਅਗਰ ਮੈਂ ਕੰਮ ਨੀ ਕਰਦੀ ਹੈਗੀ ਮੈਂ ਕਰ ਲੂੰਗੀ ਐਂ ਕਰ ਚੱਲ ਆਰਾਮ ਕਰ ਲੈ ਤੂੰ ਮੈਂ ਕਰ ਲੈਣੀ ਹੈ ਚਾਹ ਕੋਈ ਨਾ ਹੈਂ ਦੁੱਧ ਪਾ ਦੂੰਗੀ ਮੈਂ ਚੱਲ ਤੇਰੀ ਮੰਮੀ ਮਰਜ਼ੀ ਆ ਗਈ ਵੈਸੇ ਤਾਂ ਮੈਂ ਬਣਾ ਲਈ ਸੀਗੀ ਮੈਂ ਖਾ ਚੱਲ ਲਈ ਚੱਲਦੀ ਹੈਗੀ ਮੈਂ ਪਾ ਕੇ ਲੈ ਆਉਂਗੀ ਤੁਸੀਂ ਬੈਠੇ ਸੀਗੇ ਅੰਦਰ ਜੱਸ ਕਿੱਧਰ ਗਿਆ ਗਾ ਇੱਧਰ ਹੀ ਹੋਊਗਾ ਵਗ ਜਾਂਦੇ ਕੋਲੇ ਤੂੰ ਹੈ ਨਹੀਂ ਗਾ ਘਰੇ ਤਾਂ ਕਮਰੇ ਚ ਹੀ ਆਈ ਹੈਗੀ ਉੱਠ ਕੇ ਮੈਂ ਕਿਹਾ ਚੱਲ ਚਾਹ ਬਣਾ ਲਓ ਦਵਾਈ ਦਾ ਟਾਈਮ ਹੋਇਆ ਪਿਆ ਸੀਗਾ ਲੈ ਲਈ ਦਵਾਈ ਉਹਨੇ ਲੈਤੀ ਨਹੀਂ ਹਜੇ ਚੱਲ ਨਾ ਤੂੰ ਦਵਾਈ ਦੇ ਦੇ ਪੁੱਤ ਉਹਨੂੰ ਜਾ ਕੇ ਤੇ ਨਾ ਤੂੰ ਆਰਾਮ ਕਰ ਲੈ ਪਾਣੀ ਲੈ ਜਾ ਤੇ ਮੈਂ ਚਾਹ ਫਾਂਖਾ ਨਾਲ ਹੀ ਲੈ ਜਾਂਦੀ ਫਿਰ ਕਮਰੇ ਚ ਫਿਰ ਮੈਂ ਦਵਾਈ ਦੇ ਦੂੰਗੀ ਚਾਹ ਤੂੰ ਚੱਲ ਤੇਰੀ ਮਰਜ਼ੀ ਆ ਗਈ ਨਾ ਮੈਂ ਪੜਾਇਆਉਂਗੀ ਤੂੰ ਵਗ ਜਾ ਹੋਰ ਚੰਗਾ ਆ ਕੀ ਚੱਕਰ ਆ ਗਿਆ ਇਹ ਰਾਤ ਨੂੰ ਸੂਰਜ ਕਿੱਧਰੋਂ ਚੜ ਗਿਆ ਅੱਗੇ ਤਾਂ ਮੰਮੀ ਮੂੰਹ ਨਹੀਂ ਬੋਲਦੀ ਹੁੰਦੀ ਅੱਜ ਕਿਉਂ ਇੰਨਾ ਕਰਦੀ ਹੈ ਤਾਂ ਹੀ ਕਹਿੰਦੀ ਨਾ ਫੜਾਇਆ ਨਹੀਂ ਤੂੰ ਆ ਜਾ ਘਰੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਗੱਲ ਵੀ ਅੱਜ ਆਏ ਜੇ ਕਾਹਤੋਂ ਕਰਨ ਲੱਗੀ ਇਹ ਚੱਲ ਜਸ ਕੋਲ ਬਹਿ ਜਾਂਦੀ ਕਮਰੇ ਜਾ ਕੇ ਆਪੇ ਲੈ ਆਊਗੀ ਚਾਹ ਬਣਾ ਕੇ ਫਿਰ ਮੇਰੇ ਤਾਂ ਕੋਈ ਪੱਲੇ ਨਹੀਂ ਪਈ ਗੱਲ ਇਹਦੀ ਉਹ ਤਾਂ ਕੀ ਕਹਿੰਦਾ ਸੀ ਤੂੰ ਮੈਂ ਤੈਨੂੰ ਐਂ ਕਹਿੰਦਾ ਸੀਗਾ ਮੈਂ ਤੂੰ ਦਵਾਈ ਦੁਵਾਈ ਲੈ ਆਇਆ ਕਰ ਹੁਣ ਲੈ ਲਿਆ ਕਰ ਲੈਣਾ ਲੈਣ ਜਾਊਂਗਾ ਰਾਜ ਨਹੀਂ ਜਾਂਦਾ ਹੈਗਾ ਯਾਰ ਰਾਜ ਜਾਂਦਾ ਨਹੀਂ ਹੈਗਾ ਜਾਂਦਾ ਕਿਉਂ ਨਹੀਂ ਰਾਜ ਲਾਰੇ ਲਾਉਂਦਾ ਰਾਜ ਨੂੰ ਤਾਂ ਮੈਂ ਕਹਿ ਦੂੰਗਾ ਰਾਜ ਤਾਂ ਭਗ ਜੂਗਾ ਫਿਰ ਤੂੰ ਕਹਿ ਤੂੰ ਦਵਾਈ ਲੈ ਆਇਆ ਕਰ ਤੇ ਲੈ ਲਿਆ ਕਰ ਨਹੀਂ ਤੈਨੂੰ ਮੈਂ ਬੰਨ ਕੇ ਕੁੱਟਾਂਗੇ ਅਸੀਂ ਜਿਵੇਂ ਪਹਿਲਾਂ ਕੁੱਟਦੇ ਹੁੰਦੇ ਸੀ ਕਿਉਂ ਕਿਉਂ ਫਿਰ ਦਵਾਈ ਨਹੀਂ ਲੈਂਦਾ ਜਦੋਂ ਫਿੱਟ ਹੋ ਜਾਏਗਾ ਸਮੇਂ ਦਵਾਈ ਨਾ ਮੈਂ ਕੀ ਕੀਤਾ ਯਾਰ ਤਾਇਆ ਉਹੀ ਮਾਰੀ ਆ ਨਾ ਤੂੰ ਨਹੀਂ ਯਾਰ ਦਵਾਈ ਲਿਆ ਤੂੰ ਜਾ ਕੇ ਤੇ ਦਵਾਈ ਲਿਆ ਕਰ ਰੋਜ਼ ਕੋਈ ਨਾ ਲੈਣਾ ਹੁੰਦਾ ਗਾ ਮੈਂ ਨਾ ਇੱਧਰ ਨੰਗਿਆ ਜਾਂਦਾ ਮੈਂ ਕੋਠੇ ਤੇ ਮੈਂ ਕੋਠੇ ਤੇ ਸੀ ਤੇ ਤੇਰੇ ਲਵੇ ਖੜੀ ਗੱਲਾਂ ਕਰੀ ਜਾਂਦੀ ਸੀਗੀ ਤੂੜੀ ਵਾਲੀ ਚ ਮੈਨੂੰ ਤੂੰ ਆਇਆ ਤੂੰ ਪਹਿਲਾਂ ਵੀ ਮੇਰੇ ਨਾਲ ਗੜਬੜ ਤੂੰ ਤਾਂ ਨੀ ਆਏ ਕਹਿੰਦਾ ਵੀ ਮੈਂ ਸੋਨੀ ਨੂੰ ਰੱਖ ਲੂੰਗਾ ਰਾਜ ਲਈ ਨਹੀਂ ਨਹੀਂ ਰਾਜ ਵੀ ਬਾਹਲਾ ਹੀ ਆਉਂਦਾ ਜਾ ਰਹਿੰਦਾ ਗਾ ਗੱਲਾਂ ਜਾਂ ਕਰਦਾ ਰਹਿੰਦਾ ਫੋਨ ਤੇ ਵੀ ਮੈਂ ਤੈਨੂੰ ਇੱਕ ਗੱਲ ਹੋਰ ਦੱਸ ਦਾਂਗਾ ਫੋਨ ਤੇ ਨਾ ਸੋਨੀ ਨਾਲ ਗੱਲਾਂ ਕਰਦਾ ਹੁੰਦਾ ਰਾਜ ਅੱਛਾ ਹਾਂ ਕਰਦਾ ਹੋਊ ਕੋਈ ਮੈਂ ਤੇ ਉਹ ਰੱਖੂਗਾ ਸੋਨੀ ਨੂੰ ਤੂੰ ਐ ਕਰ ਨਾ ਉਹਦਾ ਵਿਆਹ ਕਰ ਦੇ ਨਾ ਯਾਰ ਵਿਆਹ ਕਿਹਦੇ ਨਾਲ ਕਰਦੇ ਉਹਦੇ ਨਾਲ ਕੁੜੀ ਨਾਲ ਹੀ ਕਰੇਗਾ ਹੋਰ ਕੁੱਤੀ ਨਾਲ ਕਰੇਗਾ ਜਿੱਥੇ ਜਾਂਦਾ ਹੁੰਦਾ ਤੂੰ ਕਹਿੰਦਾ ਸੀਗਾ ਉੱਥੇ ਜਾਂਦਾ ਹੁੰਦਾ ਨਾ ਉੱਥੇ ਰੱਖੀ ਹੋਊਗੀ ਪੱਕਾ ਉਹਨੇ ਹੋ ਸਕਦਾ ਨੀ ਤੂੰ ਪਤਾ ਕਰ ਲਾੜੀ ਆ ਫਿਰ ਤੂੰ ਐ ਜੇ ਝਾਕੇਗਾ ਤੂੰ
ਪਤਾ ਕਰਦੇ ਆ ਉਹ ਬਟਰ ਬਟਰ ਜੇ ਕਹਿੰਦੇ ਤੇ ਬਟਰ ਬਟਰ ਜੇ ਝਾਕੇਗਾ ਤੂੰ ਅੱਛਾ ਤੈਨੂੰ ਗੱਲੇ ਨੂੰ ਛੱਡ ਜੂਗਾ ਮੈਂ ਨਹੀਂ ਰੋਟੀ ਰਾਟੀ ਦੇਣੀ ਹੈਗੀ ਫਿਰ ਮੈਂ ਪਤਾ ਲੈਣਾ ਫਿਰ ਕੋਈ ਹਾਂ ਨਾਲੇ ਉਹਨੂੰ ਕਹਿ ਦੀ ਯਾਰ ਵੀ ਉਹਨੂੰ ਰਾਤ ਮੇਰੇ ਵਾਲੀ ਨੂੰ ਨਾ ਫੋਨ ਲਾਇਆ ਕਰੇ ਚੱਲ ਉਹ ਤਾਂ ਮੈਂ ਕਹਿ ਦੂੰ ਉਹ ਤਾਂ ਮੈਂ ਪਹਿਲਾਂ ਵੀ ਝਾੜਿਆ ਸੀ ਮੈਂ ਵਾਲੇ ਵਾਰੀ ਸੁਣ ਜਾਗਾ ਉਹਨੂੰ ਨਹੀਂ ਨਹੀਂ ਉਹਨੂੰ ਮੈਂ ਸਮਝਾਉਂਗਾ ਉਹਨੂੰ ਜਾ ਤੂੰ ਐਂ ਕਰ ਜੇ ਰਾਤ ਤੋਂ ਤੈਨੂੰ ਡਰ ਲੱਗਦਾ ਗਾ ਹੈ ਤੂੰ ਮੇਰੇ ਵਾਲੀ ਬਹੂ ਕਟਾ ਦੇ ਮੇਰੇ ਨਾਲ ਆਪਾਂ ਕੁੱਟੀਏ ਮੇਰੀ ਬਹੂ ਉਹਨੂੰ ਕਿਉਂ ਕੁੱਟ ਗਏ ਉਹ ਫਿਰ ਉਹ ਹਟ ਜੂਗੀ ਫੋਨ ਲਾਉਣਾ ਉਹਨੂੰ ਸਮਝਾ ਰਹੇ ਨੇ ਆਪਾਂ ਮੈਨੂੰ ਤਾਂ ਕੁੱਟ ਦਾਂਗੀ ਹੋਰ ਮੇਰੀ ਬਹੁ ਲੱਪੜ ਲੁੱਪੜ ਮਾਰਦੀ ਆ ਯਾਰ ਮੇਰੇ ਭੈਣ ਦੀ ਸਾਰੇ ਕੁੱਟ ਦਾਂਦੇ ਆ ਮੈਨੂੰ ਜਾਣ ਨੀ ਜਿੰਦਣੀ ਨਹੀਂ ਉਹ ਤਾਂ ਹੈਗੀ ਆ ਉਹੀ ਉਹੀ ਕੁੱਟ ਦਾਂਦੇ ਆ ਤੂੰ ਐ ਕਰ ਤੂੰ 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 ਕਹੀ ਉਹਨੂੰ ਆ ਜਾ ਸੋਨੀ ਨੂੰ ਹੁਣੀ ਕਹਿ ਕੇ ਆ ਹਾਂ ਭਾਈ ਕਰੀ ਸੀਗੇ ਦੇਖੋ ਰਾਜ ਕਿੱਥੇ ਹੈ ਰਾਜ ਤੋਂ ਟਾਈ ਕਰਾਉਣਾ ਭਾਈ ਕੰਮ ਸੀਗਾ ਤਾਂ ਕੀ ਗਾ ਇਹ ਜਿਹਾ ਕੰਮ ਕਿਸੀ ਤੂੰ ਆਇਆ ਨਾ ਕਰ ਭਾਈ ਛੱਡ ਕੇ ਲੈ ਤਾਂ ਕਿਉਂ ਕਿਉਂ ਨਾ ਮਾ ਮੈਂ ਕੀ ਗੱਲ ਨਾ ਲੈ ਤੁਸ ਤਾਂ ਮੈਨੂੰ ਲੱਗਦਾ ਉਦੇ ਦੀ ਗੱਲ ਦਾ ਗੁੱਸਾ ਲਈ ਬੈਠੇ ਹੋਗੇ ਹਜੇ ਵੀ ਮਨ ਚ ਹੈ ਹੋਰ ਉਹਦੇ ਨਾਲ ਕੋਈ ਗੱਲ ਨੀ ਸੀ ਕੋਈ ਬਾਤ ਨੀ ਸੀਗੀ ਉਹੀ ਵੈਸੀ ਬਸ ਤੁਸੀਂ ਤਾਂ ਆਪਦੇ ਮਨ ਚ ਵਹਿਮ ਪਾ ਲਿਆ ਇਹੋ ਜਿਹੀ ਗੱਲ ਹੀ ਨੀ ਸੀਗੀ ਫਿਰ ਮੈਂ ਖੜੇ ਤਾਂ ਦੇਖੀ ਸੀ ਨਾ ਫਿਰ ਭਾਈ ਚਲ ਹੁਣ ਆਏ ਤਾਂ ਤਾਏ ਹੁਣ ਆਪਾਂ ਵੀ ਤਾਂ ਖੜੀ ਹੈਗੇ ਉਹੀ ਗੱਲ ਪਿਓਤੀ ਆ ਫਿਰ ਕੀ ਹੋਗਾ ਜੇ ਪਰਜਾਈ ਖੜ ਕੇ ਭੈਣ ਭਾਈਆਂ ਵਰਗਿਆਂਗੇ ਹਾਂ ਐਵੇਂ ਨਹੀਂ ਟੈਨਸ਼ਨ ਲਈਦੀ ਹੁੰਦੀ ਤੂੰ ਐਂ ਦੱਸ ਰਾਜ ਹੈ ਕਿੱਥੇ ਰਾਜ ਤਾਂ ਮੈਨੂੰ ਤਾਂ ਦੱਸ ਕੇ ਨਹੀਂ ਗਿਆ ਵੀ ਕਿੱਥੇ ਗਿਆਗਾ ਐਵੇਂ ਤੁਹਾਨੂੰ ਕਹਿੰਦਾ ਮੈਂ ਤਾਂ ਮੇਰੇ ਪੇਕੀ ਜਾਣਾ ਸੀਗਾ ਮੰਮੀ ਦਾ ਫੋਨ ਆਇਆ ਸੀ ਕਹਿੰਦੀ ਹੁਣੇ ਹੁਣ ਆਇਆ ਹੁਣ ਮੈਂ ਇਕੱਲੀ ਜਾ ਨਹੀਂ ਸਕਦੀ ਮੈਨੂੰ ਐਸੀ ਮੈਂ ਰਾਜ ਨੂੰ ਨਾਲ ਲੈ ਜੂੰਗੀ ਤਾਂ ਮੰਡੀ ਮੁੰਡੀ ਆਦਾ ਸੀ ਜਾਣ ਨੂੰ ਕਹਿੰਦਾ ਮੰਡੀ ਜਾ ਕੇ ਉਹਨਾਂ ਨੂੰ ਦਵਾਈ ਦੂਈ ਲਿਆਉਂਦਾ ਕੋਈ ਅੱਜ ਫਿਰ ਹੁਣ ਮੈਂ ਕੀ ਕਰਾਂ ਵਾਸਤੇ ਤਾਂ ਫਿਰ ਐ ਕਰੋ ਤੁਸੀਂ ਵਗ ਚੱਲੋ ਦੋ ਨੇ ਭਾਈ ਛੋਟੇ ਘਰੇ ਉਹਨਾਂ ਤੋਂ ਲੈ ਕੇ ਜਾ ਤੇਰੇ ਪਿਓ ਨੂੰ ਡੈਡੀ ਨੂੰ ਲੈ ਜਾ ਡੈਡੀ ਨੂੰ ਕਿੱਥੋਂ ਕੋਈ ਗੱਲ ਗੱਡੀ ਗੁੱਡੀ ਚਲਾਉਣੀ ਆਉਂਦੀ ਕਾਸੇ ਦੇ ਵਿੱਚ ਮਾਰੂਗਾ ਉਹ ਤੇ ਜੱਸ ਦਾ ਤੁਹਾਨੂੰ ਪਤਾ ਹੀ ਹੈਗਾ ਜੱਸ ਦਾ ਤਾਂ ਪਤਾ ਹੀ ਹੈ ਖੈਰ ਉਹਨੂੰ ਡੈਡੀ ਨੂੰ ਲੈ ਜਾ ਤੇਰੇ ਨੂੰ ਟਰੈਕਟਰ ਟੂਟਰ ਸਭ ਕੁਝ ਜਾਣਦਾ ਉਹ ਤਾਂ ਐ ਸੀਗਾ ਮੈਂ ਨਾ ਦੱਸ ਕੇ ਜਾਣਾ ਸੀ ਮੈਨੂੰ ਜ਼ਰੂਰੀ ਕੰਮ ਸੀਗਾ ਮੈਂ ਤਾਂ ਕਰਕੇ ਰਾਜ ਤਾਂ ਹੀ ਤਾਂ ਲੜਾਈ ਪੈਂਦੀ ਹੈ ਤੁਹਾਡੇ ਘਰੇ ਜਾ ਕੇ ਦੱਸ ਕੇ ਨਹੀਂ ਜਾਣਾ ਸੀ ਤਾਂ ਉਹ ਚੱਲ ਹੁਣ 100 ਪਰਸਨਲ ਗੱਲਾਂ ਹੁੰਦੀਆਂ ਮਾਮਾ ਤੀਆਂ ਦੀਆਂ ਫਿਰ ਕੀ ਕਰਾਂ ਫਿਰ ਘਰੇ ਕਲੇਸ਼ ਪਾ ਲੈਂਦੇ ਆ ਗਏ ਤੈਨੂੰ ਕੀ ਪਤਾ ਤਾਂ ਮੈਂ ਕਿਵੇਂ ਕੱਟਦੀ ਆਂਗੀ ਉਹਨਾਂ 'ਚ ਹੁਣ ਦੁੱਖ ਸੁੱਖ ਆ ਕੋਈ ਉਹੀ ਗੱਲ ਮੈਂ ਤੁਹਾਡੇ ਨਾਲ ਤੇ ਰਾਜ ਨਾਲ ਹੀ ਸਾਂਝਾ ਕਰਦੀ ਆਂਗੀ ਹੋਰ ਕੌਣ ਆ ਮੇਰਾ ਇੱਥੇ ਸੁਣਨ ਵਾਲਾ ਚੱਲ ਬਾਗ ਚੱਲਾਂਗੇ ਬਈ ਫਿਰ ਕੋਈ ਗੱਲ ਨਹੀਂ ਮੈਂ ਤਾਂ ਕਰਕੇ ਹੀ ਕਹਿੰਦੀ ਸੀਗੀ ਚੱਲ ਬਾਗ ਚੱਲੋ ਬਸ ਸਾਡੇ ਘਰੇ ਨਾ ਗੱਲ ਕਰੋ ਮੈਂ ਇੱਧਰ ਤੇ ਇੱਧਰ ਹੀ ਜਾਂਦੀ ਲੈ ਉੱਥੇ ਹੀ ਆ ਗਈ ਨਾ ਮੁੜ ਕੇ ਗੱਲ ਫਿਰ ਜੇ ਕੱਲ ਨੂੰ ਮੈਨੂੰ ਲੜਨ ਲੱਗ ਗਏ ਵੀ ਤੂੰ ਕਿੱਥੇ ਲੈ ਕੇ ਗਿਆ ਸੀ ਤੂੰ ਐ ਕਹਿ ਦੀ ਕਿ ਦਵਾਈ ਲੈਣ ਗਏ ਸੀ ਬਸ ਐ ਕਹਿ ਦੀ ਐ ਨਾ ਦੱਸੀ ਪੇਕੀ ਦੇ ਕੇ ਗਿਆ ਸੀ ਤਾਂ ਕੋਈ ਗੱਲ ਨਹੀਂ ਬਸ ਤੂੰ ਘਰੇ ਨਾ ਦੱਸੀ ਸਾਡੇ ਨਾ ਫੇਰ ਨਹੀਂ ਮੈਂ ਜਾਂਦਾ ਭਾਈ ਇਹ ਤਾਂ ਫਿਰ ਗਲਤ ਹੈ ਗੱਲ ਫਿਰ ਪਹਿਲਾਂ ਮੁੰਡਾ ਗਲਤ ਬਣਾਤਾ ਫਿਰ ਮੈਨੂੰ ਬਣਾ ਦੇਣਗੇ ਤਾਂ ਤਾਂ ਨਹੀਂ ਕਹਿੰਦੇ ਹੈਗੇ ਉਹ ਮੁੰਡੇ ਨੂੰ ਗੱਲ ਉਹ ਤਾਂ ਉਹੀ ਗਲਤ ਸੋਚੀ ਜਾਂਦੇ ਜਦੋਂ ਸੋਚ ਹੀ ਏਦਾਂ ਦੀ ਆ ਹੁਣ ਇਹ ਚ ਕਰ ਕੀ ਸਕਦੇ ਆਗੇ ਤਾਂ ਹੁਣ ਖੜੇ ਖੜੋਤਾਂ ਨੂੰ ਤੂੰ ਵੀ ਦੇਖ ਕੇ ਤਾਂ ਕਹੀ ਦਿੱਤਾ ਸੀਗਾ ਫਿਰ ਲੋਕਾਂ ਦੇ ਕਿਹੜਾ ਮੂੰਹ ਫੜ ਲੈਣੇ ਆਗੇ ਚੱਲ ਫਿਰ ਸੋਚਨੇ ਆ ਚੱਲ ਬਾਹਰ ਚੱਲਦੇ ਆ ਫਿਰ ਤਾਂ ਬਣ ਕੇ ਬਸ ਇੰਨੀ ਕੁ ਹੈਲਪ ਕਰ ਦੇ ਮੈਨੂੰ ਬਾਹਲਾ ਜ਼ਰੂਰੀ ਕੰਮ ਆ ਗਿਆ ਚੱਲ ਚੱਲਦੇ ਆ ਫਿਰ ਕੋਈ ਚੰਗਾ ਬਾਹਰ ਚੱਲਦੇ ਆ ਜੇ ਰਾਜ ਨੂੰ ਫੋਨ ਲਾ ਦੋਗੇ ਤਾਂ ਉਦੋਂ ਵਧੀਆ ਗੱਲ ਆ ਗਈ ਚਾਹੇ ਰਾਜ ਲੈ ਰਾਜ ਤਾਂ ਕੋਈ ਪਤਾ ਨਹੀਂ ਕਿੱਥੇ ਹੋਊਗਾ ਕਿਹੜਾ ਦੱਸ ਕੀ ਨਹੀਂ ਗਿਆ ਅੱਜ ਜਾਂ ਫੋਨ ਕਰ ਲਓ ਰਾਜ ਨੂੰ ਪੁੱਛ ਨਾ ਨਾ ਰਾਜ ਨੂੰ ਤਾਂ ਮੈਂ ਤੇਰੇ ਨਾਲ ਤੋਰਦਾ ਹੀ ਨਹੀਂ ਬਾਈ ਚੱਸ ਨੂੰ ਜ਼ਰੂਰ ਦਵਾਈ ਦਵਾਉਣ ਵਗ ਜੂਗਾ ਕੋਈ ਗੱਲ ਨਹੀਂ ਤਾਂ ਐਂ ਕਾਹਤੋਂ ਕਰਦੇ ਹੋਗੇ ਤੁਸੀਂ ਤਾਂ ਆਪ ਫਿਰ ਉਹੀ ਗੱਲ ਹਨਾ ਮੰਮੀ ਦੀ ਗੱਲ ਧੀੜੇ ਹੋਏ ਹੋਗੇ ਬਸ ਉਹੀ ਸੋਚੀ ਜਾਂਦੇ ਹੋਗੇ ਨਹੀਂ ਬਾਈ ਰਾਜ ਨੂੰ ਨਹੀਂ ਮੈਂ ਭੇਜਦਾ ਤੇ
ਹਾਂ ਜੱਸ ਬਾਰੇ ਜਦੋਂ ਮਰਜ਼ੀ ਸੱਦ ਲਿਓ, ਦਵਾਈ ਜਦੋਂ ਲਿਆਉਣੀ ਹੋਈ ਵਗ ਚੱਲੂਗਾ। ਚੱਲ ਕੋਈ ਗੱਲ ਨੀ, ਤਾਂ ਤੁਹਾਡੀ ਮਰਜ਼ੀ ਹੈਗੀ। ਦੇਖ ਮੈਂ ਤਾਂ ਕੁਛ ਨੀ ਕਹਿ ਸਕਦੀ ਹੈਗੀ, ਜਿਵੇਂ ਲੱਗਦਾ ਤੁਹਾਨੂੰ ਸਹੀ। ਚੱਲ ਐਂ ਕਰੋ ਫਿਰ ਤੁਸੀਂ ਵਗ ਜਾਓ। ਚਲੋ ਮੈਂ ਵਗ ਚੱਲਦਾ। ਚਲੋ ਠੀਕ ਹੈ, ਤਾਂ ਮੈਂ ਚੱਲਦੀ ਹੈਗੀ, ਮੈਂ ਘਰੋਂ ਮਾੜਾ ਜਿਹਾ ਚੱਕ ਲਿਆ ਮੈਂ ਪਰਸਾ। ਕੋਈ ਨੀ ਚੱਕ ਲਿਓ। ਲੈ ਯਾਰ ਹੁਣ ਹੱਦ ਹੋ ਗਈ ਜਮਾਂ, ਜੇ ਹੁਣ ਨਹੀਂ ਜਾਂਦੇ ਫੇਰ ਵੀ ਫਰਕ ਪੈਂਦਾ ਗੱਲ ਰੱਖਣਗੇ। ਐਂ ਸੀ ਕਮਲਿਆਂ ਚ ਵਸਾਈ ਬੈਠੀ ਸੀ ਘਰ ਮਾੜਾ ਮੋਟਾ ਵਿਚਾਰੀ। ਚੱਲ ਸੋਚਦੇ ਹਾਂ ਫਿਰ, ਕੋਈ ਗੱਲ ਨੀ, ਚੱਲਦੇ ਹਾਂ ਫਿਰ, ਜਾ ਹੀ ਆਵਾਂਗੇ। ਚੱਲ 10 ਮਿੰਟ ਹੋਰ। ਮੁੰਡੇ ਲੈ ਕੇ ਆ ਗਈ ਭਾਣ ਜੀ ਸਾਡੇ ਘਰੇ, ਦੀਪੂ ਨੂੰ ਕਹਿੰਦਾ ਤੇ ਫਿਰ ਲੈ ਕੇ ਨੀ ਆਉਣਾ ਸੀਗਾ ਕਿ ਮੇਰੇ ਤੇ ਦਿੱਤੀ ਹੋਈ ਆ ਉੱਥੇ। ਮੈਂ ਫਿਰ ਲੜੀ, ਮੈਂ ਇੱਥੋਂ ਕਿਹੜਾ ਫਿਰ ਖੰਡ ਪਵਾ ਕੇ ਗਿਆ। ਤਾਂ ਹੀ ਮੈਨੂੰ ਆਨੀ ਬਹਾਨੇ ਘਰੇ ਹਾਂ ਜੇ ਕਰੀ ਜਾਂਦਾ ਰਹਿੰਦਾ ਸੀ। ਕਈ ਵਾਰ ਮੈਨੂੰ ਪੁੱਛਿਆ ਕਹਿੰਦਾ ਭਾਈ ਤੇਰੀ ਮਾਂ ਰੋਜ਼ ਹੀ ਆ ਜਾਂਦੀ ਆ। ਆਈ ਮੈਨੂੰ ਕਹਿੰਦਾ ਕਹਿੰਦਾ ਰੋਜ਼ ਹੀ ਆ ਜਾਂਦੀ ਆ। ਮਾੜਾ ਮਾੜਾ ਦੇਖ ਕੇ ਕਹਿੰਦਾ ਕਿ ਕੁਛ ਚੱਲੀ ਜਾਂਦਾ ਹੈਗਾ ਤੇ ਦਿਮਾਗ 'ਚ ਮੈਨੂੰ ਦੱਸ ਕੋਈ ਗੱਲ ਹੈਗੀ। ਮੈਂ ਕਿਹਾ ਨਾ ਡੈਡੀ, ਹਜੇ ਤਾਂ ਕੋਈ ਗੱਲ ਹੀ ਨਹੀਂ ਹੈਗੀ, ਮੈਂ ਮੈਨੂੰ ਨਹੀਂ ਦੱਸਿਆ ਹੈਗਾ। ਫਿਰ ਇੱਥੇ ਆ ਕੇ ਬੋਲਿਆ ਭਾਈ, ਬੱਚੇ ਵੀ ਸੁਣਦੇ ਹੈਗਾ। ਡੈਡੀ ਇੱਥੇ ਆ ਕੇ ਕਹਿੰਦਾ ਲੰਬਾ ਦੇ ਜਾ ਕਹਿੰਦੀ ਅਸੀਂ, ਮੈਂ ਇਹਦਾ ਇਕੱਲਾ ਬਾਹਰ ਜਾਇਆ, ਮੇਰੇ ਪੇਕੇ ਵੀ ਆਉਣਗੇ ਭਾਈ ਤੇ ਕਹਾ ਭੂਆ ਪੁੱਤ ਵੀ ਆਉਣਗੇ, ਚਾਚੇ ਦੇ ਵੀ ਆਉਣਗੇ। ਇਹ ਗੱਲ ਹੋਈ ਕੋਈ ਕਿੱਤੀ ਪਿਆ ਸੀ ਤੇਰੇ ਘਰੇ ਪਹਿਲਾਂ ਮੈਂ ਤੁਸੀਂ ਰਾਜ ਨੂੰ ਕਹੀ ਗਏ ਹੁਣ ਮੈਂ ਮੇਰੇ ਭਾਣ ਜਾ ਚੜ ਗਿਆ ਗਾ। ਕਹਿੰਦਾ ਭੇੜੀ ਲੈ ਦੇ, ਮੈਂ ਕਿਹੜਾ ਕੰਜਰ। ਕਹਿੰਦਾ ਮਾਵਾ ਜੁੰਡੇ ਬਟ ਨੂੰ ਦਿਖਾਈ ਮੈਨੂੰ ਕਿਹੜਾ ਗਾ। ਅੱਛਾ ਮਾਵਾ ਭੇੜੀਆਂ ਲਾ ਦਿੰਦੀ ਆ ਘਰੇ ਹੁੰਦੀ ਹੈ। ਅਸ ਤਾਂ ਵਹਾਂ ਹੀ ਆਵਾਂਗੇ ਭਾਈ ਦਿਨ ਰਾਤ। ਮੈਨੂੰ ਤਾਂ ਐ ਸੀ, ਮੈਂ ਕਿਹਾ ਮੰਮੀ ਇਹ ਜੀ ਆ ਗਈ ਦੇਖ ਲਾ, ਤਾਂ ਡੈਡੀ ਵੀ ਨੇ ਸ਼ਰਮ ਨਹੀਂ ਆਈ ਹੋਈ ਇਹਨੂੰ ਉਰੇ ਆਉਂਦੇ ਨੂੰ। ਹਾਂ ਮੈਂ ਤਾਂ ਕਿਹਾ ਤੂੰ ਸੈਣਾ ਸਮਝਦੀ, ਤੈਨੂੰ ਮੈਂ ਅੱਜ ਤੂੰ ਸਿਰੇ ਵਾਲੇ ਲਿਖੜਾ ਦੂ ਵੀ ਮੈਂ ਸੁਣ ਕੇ ਗਿਆ ਬੁਲਾਈ। ਚਾਹ ਨੀ ਪੀਤੀ, ਉੱਡ ਗਿਆ ਫਿਰ ਕਦੋਂ ਸੋਤ ਲਾ ਤੂੰ। ਮੁੰਡਾ ਵਧੀਆ ਸੀਗਾ, ਅੱਖ ਦੇਖ ਲਾ ਕਿਹੜਾ ਮੰਮੀ ਬਸ ਕੀ ਕਰਾਉਣਾ ਘਰੇ ਆ ਕੇ ਘਰੇ ਨੀ ਬਣਦੇ, ਬਸ ਤੁਹਾਡੀ ਹੱਦ ਹੀ ਹੋ ਗਈ ਜਮੀ। ਭੈਣ ਭਾਈ ਆਉਂਦੇ ਹੁੰਦੇ ਨੇ, ਮੈਂ ਤਾਂ ਸੰਗਤ ਆ ਗਈ। ਮੈਂ ਆਖਾਂ ਮੱਖਾਂ ਮੰਮੀ ਨੇ ਆਏ ਤਾਂ ਕਦੇ ਕਹੀ ਨੀ, ਤਾਂ ਆਪ ਹੀ ਆ ਜਾਂਦੀ ਹੁੰਦੀ ਆ। ਅੱਜ ਮੈਂ ਮੈਨੂੰ ਕਹੀ ਤੂੰ ਆ, ਮੈਨੂੰ ਤਾਂ ਇੰਨੀ ਟੈਨਸ਼ਨ। ਤੂੰ ਕਹਿੰਦਾ ਕਦੋਂ ਮੈਂ ਇੱਥੇ ਗੱਲਾਂ ਕਰ, ਉੱਥੇ ਫੇਰ ਨੀ ਗੱਲ ਕਰਨ ਦੇ ਹੋ, ਉੱਤੇ ਬਹਿ ਜਾਂਦੇ ਚੜ ਕੇ। ਇੱਥੇ ਕਰਤਾ ਲਵਾਂਗੇ ਚਾਰ ਗੱਲਾਂ, ਆਲੇ ਦੁਆਲੇ ਬਹਿ ਜਾਂਦੇ ਆ ਗਿਆ ਸਾਰਾ ਟੱਬਰ। ਐਂ ਥੋੜ੍ਹੀ ਆ ਕੋਈ ਗੱਲ ਕਰਨ ਦੇ ਦੇਣਗੇ ਮਾਮਾ ਦੀਆਂ ਨੂੰ। ਨਾ ਵੀ ਇੱਦਾਂ ਇੰਨਾ ਸੁਖਣਾ ਸੋਨੀ ਦਿੱਤਾ ਸਾਥ ਦੀ, ਇਹਦਾ ਤੁਹਾਡਾ ਬੜਾ ਮੋਟਾ ਟਾਈਮ ਪਾਸ ਹੋਈ ਤੁਹਾਡਾ, ਇਹਨੇ ਚ ਬਸ ਸਿਰੇ ਵਾਲੀ ਤੁਹਾਡਾ ਬੁੜਾ ਬੁੜੀ ਤਾਂ ਕਹੇ। ਤੈਨੂੰ ਆਏ ਆਖਿਆ ਗਈ ਨੂੰ ਮੈਨੂੰ ਵੀ ਤੇਰੀ ਵੀ ਮੰਮੀ ਨਾਲ ਗੱਲਾਂ ਕਰ ਲਾ, ਮੈਂ ਮੈਕਅਪ ਕਰ ਲੂੰਗੀ। ਮਾਂ ਨਾਲ ਬੈਠੀ ਰਹਿੰਦੀ ਹੈ, ਉਹ ਤਾਂ ਕੋਲੇ ਬੈਠੀ ਰਹਿੰਦੀ ਹੈ, ਐਂ ਕਿੱਥੋਂ ਗੱਲ ਕਰਨ ਦਿੰਦੀ ਹੈ ਕਿ ਕੋਈ ਵੀ ਨਹੀਂ ਗੱਲ ਹੁੰਦੀ। ਪਹਿਲਾਂ ਇਹਨਾਂ ਦਾ ਮੁੰਡਾ ਸੱਜ ਚ ਬਾਬਾ ਛੱਡਦਾ, ਹੁਣ ਹੋਰ ਗੱਲ ਛੱਡਦਾ ਰਾਜ, ਸ਼ਰਮ ਲਾ ਛੱਡਿਆ ਜਾਵਾ ਨਾਲੇ ਕੋਈ ਗਲਤੀ ਨਹੀਂ ਵਾਧੂ ਦੀ ਸਜ਼ਾ। ਪੜ ਕੇ ਉਹਨਾਂ ਨੂੰ ਤਾਂ ਆਇਆ ਵੀ ਸਾਡਾ ਮੁੰਡਾ ਕਾਵਲਾ ਗਾ, ਡਰ ਹੈ ਨੀ ਤੇ ਮੁੰਡਾ ਸਿਆੜਾ ਹੋਵੇ ਦੋ ਦੋ ਮਾਰ ਸਪੂਤ ਛੱਡ ਦੇ, ਫਿਰ ਤਾਂ ਕਾਹਨੂੰ ਬੋਲਣਾ ਪਤਾ ਵਾ। ਨਹੀਂ ਇਹਦਾ ਤਾਂ ਹੁਣ ਫਰਕ ਹੈਗਾ ਥੋੜਾ ਜਿਹਾ, ਦਵਾਈ ਨਾਲ ਜੇ ਦਵਾਈ ਲਗਾਤਾਰ ਲਈ ਜਾਏ ਫਰਕ ਤਾਂ ਵਧੀਆ ਹੋ ਜੇ ਪਏਗਾ, ਜਸ ਦਾ ਫਰਕ ਤਾਂ ਪਏਗਾ ਕਿਉਂਕਿ ਹਰ ਹੁਣ ਕੋਈ ਵੀ ਗੱਲ ਹੈ ਨਾ ਯਾਦ ਰੱਖਦਾ ਗਾ, ਫਰਕ ਤਾਂ ਬਹੁਤ ਆ। ਜੇ ਸਿਆਣਾ ਮੁੰਡਾ ਹੋਵੇ ਫਿਰ ਇਹ ਗੱਲਾਂ ਨਹੀਂ ਕਰਦੇ, ਬਸ ਕੀ ਪਤਾ ਕਿਸ ਨੂੰ ਸਾਥ ਦੇਈ ਦੇਵੇ ਮੇਰਾ। ਮੈਨੂੰ ਜਿਹੜੀ ਉਮੀਦ ਲਾਈ ਬੈਠੀ ਆ ਇਸ ਘਰ ਚ,
ਵੀ ਚੱਲ ਹੋ ਜੂਗਾ ਠੀਕ, ਹੋ ਜੂ ਠੀਕ, ਖਬਰ ਮੇਰੀ ਮਿਹਨਤ ਪੱਲੇ ਪਈ ਜਾ। ਆਪਾਂ ਤਾਂ ਕਹਿੰਦੇ ਸ਼ੁਕਰ ਆ ਬਈ ਕੋਈ ਘਰ ਬਾਜ ਜੇ ਸਾਡਾ। ਉਦੋਂ ਉੱਤੇ ਦੇ ਇਹਨਾਂ ਦਾ ਧੰਨਵਾਦ ਜਿਹੜਾ ਪਿਓ ਪੁੱਤ ਸਾਥ ਦੇਈ ਜਾਂਦੇ ਆ, ਇੰਨਾ ਕੁਛ ਕਹਾ ਕੇ ਵੀ ਹਾਂ ਸਾਹ ਵੀ ਆਏ ਵਿਚਾਰੇ ਮੇਰਾ ਸਾਥ ਦਿੰਦੇ ਆ ਇਹ। ਧੰਨਵਾਦ ਮੈਂ ਤਾਂ ਆਪ ਕਹਿੰਦੀ ਆ ਬਈ, ਫਿਰ ਸਾਨੂੰ ਤਾਂ ਆਉਣਾ ਹੀ ਪੈਂਦਾ ਫਿਰ ਜਦੋਂ ਫੋਨ ਕਰ ਦਿੰਦੇ। ਦਵਾਈ ਦਵਾ ਕੇ ਨਾ ਫਿਰ ਕਦੇ ਕੁਛ ਕਰ ਦੇਣੇ ਚਾਹੀਦੇ, ਹਜੇ ਪੁੱਠਾ ਬੋਲਦੇ ਇਹਨਾਂ ਨੂੰ ਵੀ। ਰਾਜ ਦੋ ਤਿੰਨ ਵਾਰਾਂ ਦਵਾਈ ਦਵਾ ਕੇ ਲਿਆਉਂਦਾ ਹੈਗਾ ਜਾ ਕੇ। ਹੋਰ ਕੀ ਕਰੋ ਫਿਰ। ਅੱਜ ਵੀ ਮੈਂ ਤਾਂ ਹੁਣ ਕਿਹਾ ਮੈਂ ਕਿਹਾ ਲੈ ਕੇ ਚੱਲ ਮੈਨੂੰ, ਮੈਂ ਉਹਦਾ ਕੀ ਪਤਾ ਡੈਡੀ ਦਾ, ਕਹਿੰਦਾ ਡੈਡੀ ਲੈ ਜਾ, ਮੈਂ ਖਾਏ ਕੀ ਪਤਾ ਪਾਸੇ ਚ ਹੋਰ ਮਾਰੇ ਗੱਡੀ ਗੁੱਡੀ ਜਾਂ ਮੋਟਰਸਾਈਕਲ, ਮੈਂ ਤਾਂ ਮੈਂ ਯਕੀਨ ਨਹੀਂ ਹੈਗਾ ਇਹਨਾਂ ਤੇ ਤਾਂ। ਨਹੀਂ ਭੇਜੇ ਤੇ ਸੱਸਰੇ ਘੁਸ ਕੇ ਆ ਕੇ ਭਰੇ ਉਰੇ, ਬਾਹਲੀ ਬਾਰਾਂ ਤਾੜੀ ਆ ਉਹ, ਉਹ ਤਾਂ ਉਹਦੇ ਗਿੱਧਾ ਪਾਵੇ ਆਇਆ ਕਰਕੇ। ਮੈਂ ਕਿਹਾ ਤੂੰ ਸ਼ਰਮ ਬੰਨ, ਮੈਂ ਕਿਹਾ ਧੀ ਇਹ ਨਹੀਂ, ਉਹੀ ਤਾਂ ਕਰਦਾ ਹਾਂ ਤੇ ਧੀ ਨਾ ਹੁਣ ਫਿਰ ਪਤਾ ਲੱਗਦਾ ਹੈਗਾ ਵੀ ਆਈ ਧੀ ਦਾ ਦੁੱਖ ਹੁੰਦਾ ਹੈਗਾ। ਉਹ ਕਹਿੰਦੀ ਧੀ ਨੂੰ ਕਰਨਾ ਕਹਿਣਾ ਕਾਹਨੂੰ ਮੱਤ ਆਉਂਦੀ ਹੈਗੀ ਆਪਦੀ ਧੀ ਤੋਂ ਬਿਨਾਂ। ਤਾਂ ਇੱਥੇ ਚੋਰ ਕੇ ਭੇਜਿਆ ਬੜੀ ਹੋਰੀ ਬੁੜੀ ਇਹ ਗੱਲ ਲਿਬੜੀ ਤੁਹਾਡੇ ਕਮਲੇ ਮੁੰਡੇ ਨੂੰ ਵੀ ਤੂੰ ਸ਼ਰਮ ਲਾ ਰੱਖੀ। ਮੈਂ ਜੇ ਵੀ ਫਿਰ ਤਾਂ ਪੀਤੀ ਨਾ ਚਾਹ ਨਾ ਪਾਣੀ ਭਰੇ ਉੱਡ ਗਿਆ। ਮੈਂ ਜਿਹੜੀ ਚਾਹ ਬਣਾ ਕੇ ਦਿੰਦਾ ਘੁੱਟ ਹੋਰ ਫਿਰ ਉਹੀ ਗੱਲ ਤਾਂ ਹੁਣ ਮੇਰੀ ਕੀ ਗਲਤੀ ਇਹਦੇ ਚ, ਮੈਂ ਦੱਸ ਉੱਥੇ ਕਿਵੇਂ ਦਿਨ ਕੱਟੀਆਂ ਕਰਾਂ ਤੇਰੇ ਸਾਹਮਣੇ ਆ। ਹੁਣ ਸਾਰਾ ਟੱਬਰ ਹੀ ਇੱਕ ਪਾਸੇ ਹੋ ਰਿਹਾ ਉਹ ਜੱਸ ਆਇਆ ਜੱਸ ਤਾਂ ਬਸ ਤੈਨੂੰ ਆ। ਮੇਰੀ ਮਾਂ ਤਾਂ ਦੋਨੇ ਹੱਥੀ ਕਹਿੰਦੀ ਆ ਵੀ ਨਵੇੜ ਲਾ ਨਵੇੜ ਲਾ, ਇਹ ਤਾਂ ਮੈਂ ਹੀ ਚੁੱਪ ਕਰੀ ਬੈਠੀ ਵੀ ਚੱਲ ਘਰ ਪਾਸਿਆ ਰਹੂ ਕੀ ਹੁੰਦਾ ਵਾ। ਫਿਰ ਉਹੀ ਤਾਂ ਗੱਲ ਆ, ਮੈਂ ਤਾਂ ਹੈਰਾਨ ਹੀ ਆ ਸੁਣ ਕੇ ਵੀ ਲੈ ਦੇਖ ਲਾ, ਮੈਂ ਤਾਂ ਡੈਡੀ ਤੋਂ ਹੈਰਾਨੀ ਆਈ ਜਾਂਦੀ ਹੈਗੀ। ਚੱਲ ਦੀਵੀਆਂ ਦੀ ਤਾਂ ਕਹਿ ਦਿੰਦੇ ਨੇ ਆਤੀ ਇਹੋ ਜਿਹੀ ਹੁੰਦੀ ਆ ਵੀ ਹੜਦੀਆਂ ਨੇ ਗਿੱਚੀ ਪਿੱਛੇ ਮੱਤ ਹੁੰਦੀ ਆ ਤਾਂ ਬੋਲਦੀਆਂ ਰਹਿੰਦੀਆਂ ਹੈਗੀਆਂ। ਉਹ ਤਾਂ ਆਪਣੇ ਮਨ ਤੋਂ ਵੱਧ ਬੋਲਿਆ ਸਖਿਆ ਕੇ ਭੇਜਿਆ ਸੀ ਉਹ। ਇਹ ਤਾਂ ਤੂੰ ਜੋਰ ਨੂੰ ਦੇਖ ਲੈ ਹਨਾ, ਹੋਰ ਦੋੜਾ ਪਾ ਕੀ ਕਰਾਂ ਯਾਰ। ਰਾਜ ਵੀ ਕਹਿੰਦਾ ਸੀਗਾ ਘੁੰਮਣ ਜਾਣ ਨੂੰ, ਜੇ ਹੁਣ ਮੈਂ ਮੰਮੀ ਨੂੰ ਕਹਿੰਦੀ ਹੈਗੀ, ਮੰਮੀ ਤਾਂ ਪਹਿਲੇ ਹੀ ਮੇਰੇ ਤੇ ਇੰਨਾ ਸ਼ੱਕ ਕਰਦੀ ਆ, ਕੀ ਕਹਾਂ ਕਿਵੇਂ ਕਰਾਂ। ਇੱਕ ਮਿੰਟ ਡਰ ਵੀ ਬਹੁਤ ਲੱਗਦਾ ਹੁਣ, ਕਿਉਂਕਿ ਹੁਣ ਜੱਸ ਵੀ ਦਵਾਈ ਨਾਲ ਥੋੜ੍ਹਾ ਥੋੜ੍ਹਾ ਫਰਕ ਪੈਣ ਲੱਗ ਗਿਆ, ਹਰੇਕ ਗੱਲ ਯਾਦ ਰੱਖਦਾ ਗਾ, ਮਾੜਾ ਜਿਹਾ ਵੀ ਕੁਛ ਵੀ ਕਹਿੰਦਾ ਉਹਦੀ ਜਾ ਕੇ ਮੰਮੀ ਕੋਲੇ ਗੱਲ ਕਰੂਗਾ। ਮੈਨੂੰ ਤਾਂ ਹਰ ਕਦਮ ਨਾ ਫੂਕ ਫੂਕ ਕੇ ਧਰਨਾ ਪੈਣਾ ਗਾ, ਨਹੀਂ ਮੈਂ ਤਾਂ ਮਰੀ ਮਰਾਈ ਹੈਗੀ। ਫਿਰ ਮੈਂ ਹੁਣ ਕਰਾਂ ਕੀ। ਹਾਂ ਜੱਸ ਨੂੰ ਕਹਿੰਦੀ ਹੈਗੀ, ਆਪੇ ਕਮਲਾ ਜੀ ਆਪਦੀ ਮਾਂ ਨੂੰ ਮਨਾ ਹੀ ਲਊਗਾ ਜਿੱਦ ਕਰਕੇ, ਵੀ ਮੈਂ ਤਾਂ ਦਵਾਈ ਲੈ ਕੇ ਆਉਣੀ ਆ ਨਾਲੇ ਮੈਂ ਘੁੰਮ ਕੇ ਆਉਣਾ, ਵੀ ਰਾਜ ਨੂੰ ਲੈ ਕੇ ਜਾਵਾਂਗੇ। ਇਸੇ ਨੂੰ ਕਹਿੰਦੀ ਹੈਗੀ ਅਸੀਂ ਲੋਟ ਆਊਗਾ, ਜੇ ਮੈਂ ਕਿਹਾ ਮੇਰੀ ਗੱਲ ਤਾਂ ਮੰਮੀ ਨੇ ਪੁੱਠੀ ਲਿਜਾਣੀ ਆ। ਇਹਨੂੰ ਕਹਿੰਦੀ ਹੈਗੀ ਜੱਸ ਨੂੰ ਵੀ ਤੂੰ ਕਹੇ ਮੰਮੀ ਨੂੰ
ਮੰਮੀ ਅਸੀਂ ਤਾਂ ਜਾਣਾ ਗਾ, ਅਸੀਂ ਤਾਂ ਘੁੰਮਣ ਜਾਣਾ ਗਾ, ਅਸੀਂ ਤਾਂ 4 ਦਿਨ ਲਾ ਕੇ ਆਵਾਂਗੇ, ਨਾਲੇ ਮੈਂ ਸਾਰਾ ਕੁਛ ਦੇਖ ਕੇ ਆਊਂਗਾ, ਘੁੰਮ ਕੇ ਆਊਂਗਾ, ਅਸੀਂ ਲੋਟ ਆਉਣਾ ਗਾ। ਨਹੀਂ ਮੇਰੇ ਤੇ ਤਾਂ ਬੇਫਾਲਤੂ ਦੇ ਸ਼ੱਕ ਕਰੂਗੀ, ਜੱਸ ਨੂੰ ਕਹਿਣੀ ਹੈਗੀ, ਹੁਣ ਆਈ ਨਹੀਂ ਪਤਾ ਹੈਗਾ ਮੰਮੀ ਨੇ ਬੋਲ ਮਾਰਿਆ ਸੀਗਾ, ਮੁੜ ਕੇ ਅੰਦਰ ਨਹੀਂ ਮੁੜ ਆਇਆ ਕਮਰੇ 'ਚ ਵੀ, ਅਸੀਂ ਪਤਾ ਬਾਹਰ ਨੂੰ ਟੱਪ ਗਿਆ ਹੋਵੇ, ਇਸੇ ਨੂੰ ਕਹਿੰਦੇ ਬੋਲ ਮਾਰਾ ਕਿੱਥੇ ਆ, ਜੱਸ ਸੁਣਦੇ ਆ ਉਰੇ ਆਇਓ, ਜੱਸ ਕਿਹੜਾ ਸੁਣਨੀ ਆ ਗੱਲ, ਇੰਨੀ ਤੁਹਾਨੂੰ ਉੱਠ ਕੇ ਜਾਣਾ ਪਊ। ਕੀ ਆ, ਆ ਜਾਣਾ ਬਾਹਰ ਹੀ ਖੜਾਂਗਾ, ਬੋਲ ਬਹਿ ਜਾ, ਪਹਿਲਾਂ ਮੈਨੂੰ ਐ ਦੱਸ ਕੁਛ ਨੀ, ਮੈਂ ਤਾਂ ਤੇਰੀ ਦਵਾਈ ਕੱਢਦੀ ਸੀ, ਆ ਉਵੇਂ ਪਈਆਂ ਨੇ ਦਵਾਈਆਂ, ਲੈਤੀ ਕਿਉਂ ਨੀ ਗੋਲੀ ਅੱਜ, ਲੈ ਲਈ ਉਵੇਂ, ਕਿੱਥੋਂ ਲੈਤੀ ਹੈਗੀ, ਲੈ ਲਈ ਯਾਰ, ਦੁਪਹਿਰ ਵਾਲੀ ਗੋਲੀ ਲੈਤੀ ਨਹੀਂ ਲੈਤੀ, ਉਵੇਂ ਪਈਆਂ ਨੇ ਗੋਲੀਆਂ, 3 ਦਿਨਾਂ ਦੀਆਂ ਖਾਧੀਆਂ ਹੋਈਆਂ ਨੇ, ਮੈਂ ਤਾਂ ਰੋਜ਼ ਕੱਢ ਕੇ ਦਿੰਦੀ ਹੈਗੀ, ਮੈਂ ਹੁਣ ਦੇਖੀ ਇਹਦੇ ਚ, ਤੇ ਮੈਂ ਤੈਨੂੰ ਐਂ ਕਹਿੰਦੀ ਸੀ ਆਪਾਂ ਨਾ ਘੁੰਮਣ ਚੱਲੀਏ ਕਿਤੇ, ਉੱਥੇ ਏਡੇ ਏਡੇ ਪਹਾੜ ਨੇ, ਪੂਰੀਆਂ ਸਿਨਰੀਆਂ ਨੇ, ਇੰਨਾ ਠੰਡਾ ਠੰਡਾ ਮੌਸਮ ਆ, ਜਿਵੇਂ ਉਰੇ ਤੈਨੂੰ ਐਂ ਕਮਾ ਦਾਣਾ, ਉਹ ਨਹੀਂ ਐਂ ਹੱਥ ਜਿਹਾ ਫੜ ਕੇ ਐਂ ਜੀ ਕਰਦੇ ਹੁੰਦੇ ਐਂ ਜੀ, ਉਵੇਂ ਨਹੀਂ ਹੋਰ ਬਾਹਰ ਜਾਣਾ ਗਾ, ਜਿਵੇਂ ਸ਼ਿਮਲੇ ਜਾਣਾ ਹੋਵੇ ਜਾਂ ਕਿਤੇ ਹੋਰ ਜਾਣਾ ਹੋਵੇ, ਗਾਹਾਂ ਸ਼ਹਿਰ ਚ ਜਾਣਾ ਹੋਵੇ ਵੱਡੇ ਚ, ਇਸ ਤਰ੍ਹਾਂ ਜਿਵੇਂ ਆਪਾਂ ਮਾਨਸਾ ਸ਼ਹਿਰ ਚ ਜਾਂਦੇ ਬਾਜ਼ਾਰ ਚ, ਉਵੇਂ ਤਾਂ ਇੱਥੇ ਤਾਂ ਗਰਮੀ ਬਹੁਤ ਜ਼ਿਆਦਾ ਆ, ਬਾਹਰ ਚੱਲੀਏ ਆਪਾਂ ਕਿਤੇ, ਇੱਥੇ ਤਾਂ ਆਪਾਂ ਉਹਦੇ ਮੁੜੇ ਆਉਂਦੇ ਹੁੰਦੇ, ਤੇਰਾ ਜੀ ਨੀ ਕਰਦਾ ਜਾਣ ਨੂੰ, ਕਰਦਾ ਕਰਦਾ ਨਾ, ਫਿਰ ਆਪਾਂ ਚੱਲੀਏ ਤੂੰ ਮੈਂ ਕਿੱਥੇ, ਰਾਜ ਕਿੱਥੇ, ਸ਼ਿਮਲੇ, ਬੀਬੀ ਜਾਣ ਨੀ ਦੇਣੀ, ਬੀਬੀ ਨੇ, ਬੀਬੀ ਕੁਛ ਨੀ ਕਹਿੰਦੀ ਹੈਗੀ, ਤੂੰ ਆਏ ਕਹੀ ਮੰਮੀ ਨੂੰ ਕਿ ਮੰਮੀ ਅਸੀਂ ਦੋਨਾਂ ਹੀ ਜਾਣਾ, ਮੈਂ ਜਾਊ ਨਾਲ ਮੇਰੀ ਬਹੂ ਜਾਊਗੀ ਤੇ ਰਾਜ ਨੂੰ ਲੈ ਜਾਂਗੇ, ਰਾਜ ਦੀ ਗੱਡੀ ਚ ਵਗ ਜਾਂਗੇ ਆਪਾਂ, ਰਾਜ ਗੱਡੀ ਚਲਾ ਲੂਗਾ, ਆਪਾਂ ਦੋਨੇ ਮੰਗਰ ਬਹਿ ਜਾਂਗੇ, ਹੈ ਕੋਈ ਨਾ, ਤੂੰ ਮੰਮੀ ਨੂੰ ਕਹੇਗਾ, ਆਏ ਨਾ ਕਹੀ ਕਿ ਮੇਰੀ ਬਹੂ ਨੇ ਕਿਹਾ ਤਾ ਮੈਨੂੰ, ਤੂੰ ਆਏ ਕਹੀ ਕਿ ਮੇਰਾ ਘੁੰਮਣ ਜਾਣ ਨੂੰ ਮੰਮੀ ਬਾਲਾ ਜੀ ਕਰਦਾ, ਮੈਂ ਜਾਣਾ, ਮੈਂ ਰਾਜ ਨਾਲ ਜਾਊਂਗਾ ਨਾਲ ਮੇਰੀ ਬਹੂ ਜਾਊਗੀ, ਚੰਗਾ ਕਹਿਦੇਗਾ, ਮੇਰਾ ਨਾਂ ਨਾ ਲਈ, ਨਹੀਂ ਲੈਂਦਾ, ਕਰੀ ਜਾਊਗੀ, ਕੀ ਕਰੀ ਜਾਊਗੀ, ਆਏ ਕਾਹਤੋਂ ਦੁਖੀ ਜੇ ਹੋਰ, ਕਿ ਕਿਸੇ ਨਾਲ ਲੜਕੇ ਆ ਗਿਆ ਬਾਹਰ, ਨਾ ਬਈ, ਫੇਰ ਆਏ ਕਾਹਤੋਂ ਉਂ ਕਰਿਆ ਹੈ ਤੂੰ, ਉਈ ਉਈ, ਆ ਸਾਰਾ ਦਿਨ ਆਏ ਹੱਥ ਜਿਹਾ ਨਾ ਮਾਰਿਆ ਕਰ, ਅੱਖਾਂ ਚ ਉਂਗਲੀਆਂ ਮਾਰ ਲੈਣਾ ਫਿਰ ਤੂੰ, ਫਿਰ ਕਹਿੰਦੇ ਨੱਕ ਚ ਕੁਛ ਪੈ ਗਿਆ ਮੇਰੇ, ਸਾਰਾ ਦਿਨ ਆਈ ਕਰੀ ਜਾਊਗਾ, ਨੌ ਮਾਰੀ ਜਾਂਦਾ ਰਹਿੰਦਾ, ਟਿਕਦੇ ਨੀ ਹੈਗੇ ਹੱਥ, ਹੱਥ ਟਿਕਦੇ ਨੀ ਹੈਗਾ, ਬੱਤ ਬੰਨ ਦੂੰਗੀ ਐਂ ਕਰਕੇ ਨਾ, ਦੋਨੇ ਐਂ ਬੰਨ ਲੈਣੇ, ਫੇਰ ਟਿਕ ਜਾਣਗੇ, ਮੈਂ ਤੈਨੂੰ ਬੰਨ ਦੂ, ਮੈਂ ਤੇਰੀਆਂ ਲੱਤਾਂ ਵੀ ਬੰਨ ਦੂ, ਬੰਨ ਦੇ, ਬੰਨ ਦੇ ਕੋਈ ਗੱਲ ਨੀ, ਬੰਨੂਗਾ, ਆਹੋ ਬੰਨ ਦੇ, ਇਹ ਤੈਨੂੰ ਕਿੱਧਰੋਂ ਆਈਡੀਆ ਆ ਗਿਆ ਇਹ ਲੱਤਾਂ ਬੰਨਣ ਦਾ, ਮੇਰਾ ਮੈਨੂੰ ਮੇਰਾ ਪਾਪਾ ਬੰਨਦਾ ਹੁੰਦਾ ਸੀ, ਅੱਛਾ ਤਾਈਓ ਹੁਣ ਕਹੇ ਆ ਵੀ ਮੈਂ ਇਹਨੂੰ ਬੰਨਦਾ, ਬੜਾ ਖਰਾਬ ਆ ਤੂੰ ਹਨਾ, ਹੁਸ਼ਿਆਰ ਬਹੁਤ ਆ ਤੂੰ, ਚੰਗਾ ਹੁਣ ਤੂੰ ਮੰਮੀ ਨੂੰ ਪੁੱਛੀ, ਚੰਗਾ ਤੂੰ ਪੁੱਛ ਲੂੰਗਾ, ਫਿਰ ਐਂ ਦੁਖੀ ਕਾਹਤੋਂ ਹੁੰਦਾ, ਫਿਰ ਤੂੰ ਹੁਣ ਹੀ ਜਾਣਾਗਾ, ਨਾ ਅੱਜ ਤਾਂ ਨੀ ਜਾਣਾ, ਐਂ ਤਾਂ ਕੱਲ ਨੂੰ ਜਾਂ ਪਰਸੋਂ ਨੂੰ, 2-3 ਦਿਨਾਂ ਨੂੰ, ਅੱਜ ਹੀ ਨੀ ਜਾਣਾ, ਕੇਰਾ ਤੂੰ ਪੁੱਛ ਤਾਂ ਲਈ, ਫਿਰ ਪੈਸੇ ਵੀ ਆਪਾਂ ਨੂੰ ਬਾਹਲੇ ਚਾਹੀਦੇ, ਮੈਨੂੰ ਨਾ ਰਾਜ ਕਹਿੰਦਾ ਤੇਰੀ ਬਹੂ ਦੇ ਕਾਕਾ ਹੋਣਾ, ਕਦੋਂ ਕਹਿੰਦਾ ਸੀ, ਆਏ ਨੀ ਮੈਨੂੰ ਯਾਦ, ਇਹ ਕਿਵੇਂ ਹੁੰਦਾ, ਕਿਉਂ ਤੈਨੂੰ ਪਤਾ ਤਾਂ ਹੈਗਾ ਸਾਰਾ, ਤੈਨੂੰ ਪਤਾ ਨੀ, ਤੂੰ ਦੇਖ ਆਪਾਂ, ਤੂੰ ਮੈਨੂੰ ਵਿਆਹ, ਆਪਣਾ ਵਿਆਹ ਹੋਇਆ ਦੋਨਾਂ ਦਾ ਹਨਾ,
ਤੇ ਆਪਾਂ ਦੋਨੇ ਜਣੇ ਇਕੱਲੇ ਸੋਨੇ ਹੁੰਦੇ ਆਗੇ ਹਨਾ, ਇੱਥੇ ਹੋਰ ਕੋਈ ਨੀ ਨਾ ਪੈਂਦਾ ਆਪਣੇ ਕੋਲੇ ਹਨਾ। ਫਿਰ ਨਾ ਵਿਆਹ ਤੋਂ ਖਾਸਾ ਚਿਰ ਬਾਅਦ ਜਦੋਂ ਬਹੂ ਪ੍ਰਾਹੁਣਾ ਇਕੱਠੇ ਪੈਂਦੇ ਹੁੰਦੇ ਆਗੇ, ਫਿਰ ਉਹਨਾਂ ਦੇ ਕਾਕਾ ਹੋ ਜਾਂਦਾ ਹੁੰਦਾ ਹਾਂ। ਹੋਰ ਨਾ ਕਿਸੇ ਕੋਲੇ ਐ ਗੱਲ ਕਰੀ ਕਿਵੇਂ ਵੀ ਮੇਰੀ ਬਹੂ ਐ ਕਹਿੰਦੀ ਸੀ ਵੀ ਸੌਣ ਨਾਲ ਕਾਕਾ ਹੋ ਜਾਂਦਾ ਹੁੰਦਾ। ਫਿਰ ਐ ਜੇ ਮਤਲਬ ਵੀ ਐ ਤਾਂ ਫਿਰ ਅਸੀਂ ਇਕੱਠੇ ਲਿਹਾਜੀ ਪਏ ਹੁੰਦੇ ਆ ਤਿੰਨ ਤਿੰਨ ਜਾਣੇ। ਤੂੰ ਤਾਂ ਜਮੀ ਬਸ ਸਿੱਧਰਾਂਗਾ, ਉਹ ਮੁੰਡੇ ਮੁੰਡੇ ਹੁੰਦੇ ਆਗੇ, ਉੱਥੇ ਕਿਸੇ ਬਹੂ ਨਾਲ ਪੈਣਾ ਜਾ ਕੇ ਫਿਰ ਤੂੰ ਬੇਬੀ ਨੂੰ ਤਾਂ ਦੱਸੂਗੀ ਮੈਂ, ਭਾਪੇ ਨੂੰ ਵੀ ਦੱਸੂਗੀ, ਆਪਾਂ ਦੋਨੋਂ ਹੀ ਦੱਸਾਂਗੇ। ਰਾਜਾ ਦੱਸ ਕੇ ਹਜੇ ਨੀ ਕਿਉਂ ਨਹੀਂ, ਫੇਰ ਦੱਸਾਂਗੇ। ਫੇਰ ਕਦੋਂ? ਕੋਈ ਨੀ ਮੈਂ ਦੱਸੂਗੀ ਤੈਨੂੰ ਟਾਈਮ ਆਉਂਦੇ, ਹਜੇ ਨਾ ਤੂੰ ਦੱਸ ਨਾ ਦਈ ਨਾਲੇ। ਆਪਾਂ ਨਾ ਇੱਕ ਉਹ ਨੀ ਆਈ ਨੀ ਕਹਿੰਦੇ ਹੁੰਦੇ ਵੀ ਸਰਪ੍ਰਾਈਜ਼ ਦਿੰਦੇ ਆ ਹਨਾ, ਆਪਾਂ ਫਿਰ ਨਾ ਬੀਬੀ ਭਾਪੇ ਨੂੰ ਉਹਨਾਂ ਨੂੰ ਸਰਪ੍ਰਾਈਜ਼ ਦੇਵਾਂਗੇ। ਚੰਗਾ ਵੀ ਜਦੋਂ ਕਾਕਾ ਹੋ ਗਿਆ ਹਾਂ ਫਿਰ ਨਾਲੇ ਤੂੰ ਜਮਾ ਠੀਕ ਹੋ ਜਾਏਗਾ, ਫਿਰ ਕਾਕਾ ਗੋਦੀ ਚ ਚੱਕ ਕੇ ਫਿਰ ਆਪਾਂ ਮੰਮੀ ਡੈਡੀ ਦੋਨਾਂ ਨੂੰ ਦੱਸ ਦਾਂਗੇ, ਉਹਨਾਂ ਚੱਕਰ ਦੱਸਣਾ ਨੀ ਹੈਗਾ। ਤੂੰ ਮੈਂ ਜਦੋਂ ਟੀਵੀ ਦੇਖਦਾ ਹੁੰਦਾ ਗਾ ਉਦੋਂ ਵੀ ਪੈਂਦੇ ਹੁੰਦੇ ਆਏ ਪਏ ਹੁੰਦੇ ਆਏ ਆਏ ਕਰੋ ਉਧਰ ਨੂੰ ਕਰੇ ਉਧਰ, ਉਹਨਾਂ ਦੇ ਤਾਂ ਹੋਇਆ ਨੀ ਕਾਕਾ। ਉਹ ਟੀਵੀ ਚ ਤਾਂ ਤੂੰ ਦੋ ਮਿੰਟ ਦੇਖਦਾ ਆਏ, ਹੁਣ ਦੋ ਮਿੰਟਾਂ ਨਾਲ ਇੱਕ ਮਿੰਟ ਨਾਲ ਥੋੜੀ ਕਾਕੇ ਹੋ ਜਾਂਦੇ ਹੁੰਦੇ ਆ, ਸਾਲ ਲੱਗ ਜਾਂਦਾ ਹੁੰਦਾ ਪੂਰਾ, ਨੌ ਮਹੀਨੇ ਲੱਗਦੇ ਹੁੰਦੇ ਪੂਰੇ। ਆਪਣੇ ਵਿਆਹ ਨੂੰ ਕਿੰਨਾ ਚਿਰ ਹੋਗਾ ਪਤਾ ਨਾ ਤੈਨੂੰ, ਕਿੰਨਾ ਚਿਰ ਹੋਗਾ ਮੈਨੂੰ ਇਸ ਘਰ ਚ ਆਈ ਨੂੰ? ਕਿੰਨਾ ਤੈਨੂੰ ਨੀ ਪਤਾ? ਫਿਰ ਇਹ ਤਾਂ ਆਪਣੇ ਨੌ ਮਹੀਨਾ ਸਾਲ ਚ ਹੁੰਦਾ, ਫਿਰ ਆਪਣੇ ਹੁਣ ਤਾਂ ਢਾਈ ਜਵਾਕ ਹੋਣੇ ਸੀ। ਪਹਿਲਾਂ ਤੂੰ ਕਿਹੜਾ ਮੇਰੇ ਕੋਲੇ ਪੈਂਦਾ ਹੁੰਦਾ ਸੀ, ਮੰਮੀ ਕੋਲੇ ਪੈਂਦਾ ਹੁੰਦਾ ਸੀ ਨਾ, ਫਿਰ ਤੂੰ ਹੁਣ ਤਾਂ ਪੈਣ ਲੱਗਿਆ ਮੇਰੇ ਕੋਲੇ। ਮੈਨੂੰ ਨੀ ਸਮਝ ਜੀ ਲੱਗੀ, ਤੈਨੂੰ ਨੀ ਸਮਝ ਆਉਂਦੀ ਹੈਗੀ, ਬਸ ਤੂੰ ਕਿਸੇ ਕੋਲੇ ਵੀ ਗੱਲ ਕਰਨੀ ਨੀ, ਮੂੰਹ ਆਪਦਾ ਜਮਾ ਐ ਬੰਦ ਰੱਖਣਾ। ਮੂੰਹ ਚੋ ਬਾਹਰ ਆ ਗਈ ਗੱਲ, ਫੇਰ ਆਏ ਕੀ ਹੁੰਦਾ ਯਾਰ, ਉਹ ਹੀ ਨਾ ਤੂੰ ਮਾਰਿਆ ਕਰ। ਮਾਰਿਆ ਯਾਰ ਤੇਰੇ ਦੇਖੀ, ਉਹ ਗੱਲ ਨਾ ਕਰ, ਮੈਂ ਤੇਰੇ ਮਾਰਿਆ ਗਾ ਹੈ? ਨਹੀਂ ਮਾਰਿਆ ਨਾ, ਮੈਂ ਤੈਨੂੰ ਪਿਆਰ ਨਾਲ ਕਿਹਾਗਾ, ਮੈਂ ਕਿਹਾ ਐ ਮੂੰਹ ਬੰਦ ਰੱਖੀ, ਕਿਸੇ ਕੋਲ ਇਹ ਗੱਲ ਨੀ ਕਰਨੀ ਹੈਗੀ, ਇਹ ਬਹੂ ਪਰਾਉਣੀ ਦੀ ਗੱਲ ਹੁੰਦੀ ਆ ਦੋਨਾਂ ਦੀ, ਕਿਸੇ ਨੂੰ ਦੱਸਦੇ ਨਹੀਂ ਹੁੰਦੇ। ਪਤਾ ਲੱਗੂਗੀ ਰਾਜ ਨੂੰ, ਕਿਹਨੇ ਦੱਸਤਾ ਰਾਜ ਨੂੰ, ਕਿਵੇਂ ਪਤਾ? ਉਹ ਰਾਜ ਤਾਂ ਫਿਰ ਡਾਕਟਰਾਂ ਕੋਲੇ ਜਾਂਦਾ ਨਾ, ਉਹਨਾਂ ਨੇ ਦੱਸਤਾ ਹੋਊਗਾ, ਜਦੋਂ ਮੈਂ ਬਿਮਾਰ ਨੀ ਹੋਈ ਸੀ ਦਵਾਈ ਲੈਤੀ ਸੀ ਉਦੋਂ ਡਾਕਟਰ ਨੇ ਨਾ ਦੱਸਤਾ ਹੋਵੇ, ਰਾਜ ਨੂੰ ਤਾਂ ਪਤਾ ਲੱਗ ਗਿਆ। ਡਾਕਟਰ ਨੂੰ ਵੀ ਪਤਾ ਹੁੰਦਾ ਤੇ ਡਾਕਟਰ ਨੂੰ ਤਾਂ ਪਤਾ ਹੁੰਦਾ ਹੀ ਆ ਫਿਰ। ਮੈਂ ਮੇਰੇ ਲਾਜੀ ਨੂੰ ਵੀ ਪੁੱਛੂਗਾ ਵੀ ਆਏ ਕਿਵੇਂ ਜੀ ਹੋ ਗਿਆ। ਉਹ ਕਿਸੇ ਨੂੰ ਨੀ ਪੁੱਛਣਾ ਹੈਗਾ ਤੂੰ, ਫਿਰ ਤੂੰ ਕਹੇਗਾ ਮੈਨੂੰ ਗੁੱਸੇ ਨਾਲ ਬੋਲਦੀ ਆ, ਮੈਂ ਤੈਨੂੰ ਇੰਨੇ ਪਿਆਰ ਨਾਲ ਸਮਝਾਉਣੀ ਹੈਗੀ, ਦੇਖ ਕਿਸੇ ਕੋਲੇ ਗੱਲ ਨੀ ਕਰਨੀ ਹੈਗੀ, ਚੰਗਾ? ਇਹ ਬਹੁਤ ਵੱਡੀ ਗੱਲ ਹੁੰਦੀ ਆ, ਬਾਹਲੀ ਵੱਡੀ ਹੁੰਦੀ ਆ, ਐਡੀ ਗੱਲ ਹੁੰਦੀ ਆ, ਐਡੀ ਕੁ ਗੱਲ ਨੀ ਹੁੰਦੀ ਹੈਗੀ, ਚੰਗਾ? ਹਾਂ।
ਤੂੰ ਨਾਲੇ ਬਸ ਤੂੰ ਆਹ ਗੱਲ ਤਾਂ ਭੁੱਲ ਜਾ ਦਿਮਾਗ ਚੋਂ, ਕੱਢ ਰਹੇ ਨੂੰ ਦਿਮਾਗ ਚ, ਬਸ ਇਹ ਗੱਲ ਨੂੰ ਇਹ ਦਿਮਾਗ ਚ ਨਾ ਰੱਖ, ਆਪਾਂ ਘੁੰਮਣ ਜਾਣਾ ਵਾ। ਮੈਨੂੰ ਸੋਚ ਜੀ ਲੱਗ ਰਹੀ ਆ। ਕਾਹਦੀ ਸੋਚ ਲੱਗ ਰਹੀ ਆ? ਕਾਕਾ ਹੋ ਕਿਵੇਂ? ਉਹ ਤਾਂ ਨਾ ਉਵੇਂ ਕਹਿ ਦਿੰਦੇ ਹੁੰਦੇ ਆ ਗੇ ਵੀ ਕਾਕਾ ਹੋਣ ਵਾਲਾ ਹਨਾ, ਜਦੋਂ 9 ਮਹੀਨੇ ਹੋ ਜਾਣਗੇ ਤੇ ਉਦੋਂ ਬਾਅਦ ਜਦੋਂ ਮੇਰੇ ਨੂੰ ਡਾਕਟਰ ਕੋਲੇ ਲੈ ਕੇ ਜਾਣਗੇ ਹਨਾ, ਫਿਰ ਉਹ ਬਸ ਨਾ ਰੱਬ ਕੋਲ ਹੀ ਆ ਜਾਂਦਾ ਹੁੰਦਾ ਗਾ, ਫਿਰ ਬਸ ਡਾਕਟਰ ਲਿਆ ਕੇ ਦੇ ਦਿੰਦੇ ਹੁੰਦੇ ਵੀ ਆਹ ਕਾਕਾ ਤੁਹਾਡਾ ਹੋਇਆ ਭਾਈ, ਚਾਹੇ ਕਾਕੀ ਹੋ ਜਾਏ ਚਾਹੇ ਕਾਕਾ ਹੋ ਜਾਏ, ਐਂ ਹੁੰਦਾ ਹੁੰਦਾ ਗਾ। ਮੇਰੇ ਟੀਕਾ ਲਾਉਣਗੇ ਨਾਲੇ, ਹੈਂ ਠੀਕ ਹੈ, ਹੈਂ ਚੰਗਾ, ਫਿਰ ਉਹ ਆਪੇ ਮੈਨੂੰ ਕਾਕਾ ਦੇ ਦੇਣਗੇ, ਫਿਰ ਆਪਾਂ ਲੈ ਕੇ ਘਰੇ ਆ ਜਾਵਾਂਗੇ, ਚੰਗਾ। ਮੈਨੂੰ ਅੱਜ ਪਤਾ ਨੀ ਕੌਣ ਸੀ ਬੁੱਢੀ, ਪਤਾ ਨੀ ਕੁੜੀ ਜੀ ਸੀ, ਕਹਿੰਦੀ ਕਹਿੰਦੀ ਹੁਣ ਤੂੰ ਸੋਹਣਾ ਬਣਨ ਲੱਗ। ਤੇ ਕਹੀ ਆ ਕਿ ਮੈਂ ਸੋਹਣਾ? ਮੈਂ ਤਾਂ ਇੰਨਾ ਸੋਹਣਾ ਕਿ ਮੇਰੀ ਬਹੂ ਵੀ ਕਹਿੰਦੀ ਹੁੰਦੀ ਹੈ ਬਾਲਾ ਸੋਹਣਾ ਤੂੰ, ਤੂੰ ਆਈ ਨੀ ਕਿਹਾ? ਕੋਈ ਨੀ, ਹੁਣ ਤਾਂ ਤੂੰ ਦਵਾਈ ਖਾਨਾ ਗਾ ਦੇਖ ਹਨਾ, ਵਧੀਆ ਸੋਹਣਾ ਹੋ ਗਿਆ ਨਾ, ਹੁਣ ਤੇਰੇ ਸਾਰਾ ਕੁਛ ਯਾਦ ਰਹਿੰਦਾ ਨਾ, ਜਿਹੜੀ ਗੱਲ ਮੈਂ ਕਹਿਨੀ ਹੈਗੀ ਤੂੰ ਯਾਦ ਰੱਖਦਾ ਨਾ, ਅੱਗੇ ਭੁੱਲ ਜਾਂਦਾ ਹੁੰਦਾ ਤੇ ਅਗਲਾ ਮੈਨੂੰ ਤਾਂ ਪਤਾ ਹੀ ਨੀ ਕੀ ਕਿਹਾ ਤੇ ਹਨਾ, ਹੁਣ ਤੇਰੇ ਸਾਰਾ ਯਾਦ ਰਹਿੰਦਾ, ਹੁਣ ਤੂੰ ਬਹੁਤ ਸੋਹਣਾ ਹੋ ਗਿਆ। ਲੈ ਹੁਣ ਤੈਨੂੰ ਦਿਨੇ ਨੀਂਦ ਆਉਣ ਲੱਗ ਗਈ, ਅੱਖਾਂ ਚੁੰਬੜੀਆਂ ਮਾਰਨਾ ਹੜਦਾ ਨੀ ਹੈਗਾ, ਤਾਂ ਹੀ ਮੈਂ ਤਾਂ ਤੇਰੀਆਂ ਅੱਖਾਂ ਦੁਖਦੀਆਂ, ਫਿਰ ਚੱਲ ਚੰਗਾ ਜਾ ਸੌਂ ਜਾ ਯਾਰ। ਆ ਰਾਜ ਨੇ ਤਾਂ ਹੋਰ ਹੀ ਕੰਡੇ ਬੀਜ ਤੇ, ਦੱਸਣਾ ਤਾਂ ਮੈਂ ਆਪਦੇ ਤਰੀਕੇ ਨਾਲ ਸੀ ਵੀ ਮੈਂ ਆਪੇ ਦੱਸ ਦੂੰਗੀ ਨਾਲੇ ਇਹਨੂੰ ਸਮਝਾ ਦੂੰਗੀ, ਪਹਿਲੀ ਗੱਲ ਤਾਂ ਸਾਰਾ ਨਾ ਮੰਮੀ ਤੇ ਡੈਡੀ ਨੂੰ ਸਮਝਾਉਣਾ ਸੀਗਾ ਮੈਂ, ਹੈਂ ਇਹਨੇ ਤਾਂ ਚੱਕ ਰਾਜ ਨੇ ਤਾਂ ਇਹਨੂੰ ਦੱਸਤਾ, ਹੁਣ ਜੇ ਇਹਨੇ ਮੰਮੀ ਨੂੰ ਕੀ ਕਹਿਤਾ ਇਹ ਤਾਂ ਹੋਰ ਹੀ ਕੰਡੇ ਬੀਜਦੇ ਨੇ, ਤਾਂ ਰਾਜ ਨੂੰ ਕੀ ਲੋੜ ਪੈਂਦੀ ਸੀਗੀ ਗੱਲ ਕਰਨ ਦੀ, ਇਹ ਉਦੋਂ ਹੁਣ ਮੇਰੇ ਨਾਲ ਧੋਖਾ ਕਰੂਗਾ ਮੈਨੂੰ ਲੱਗਦਾ, ਇਹਨੂੰ ਐਂ ਹੋ ਰਿਹਾ ਵੀ ਹੁਣ ਇਹਦਾ ਜਮਾਂ ਖੇੜਾ ਛੱਡਦੇ ਹੁਣ ਮੇਰੇ ਜੋਗਰੀ ਹੋ ਜਾਏ, ਉਦੋਂ ਮੈਂ ਵਾਸ਼ਨ ਦੀ ਗੱਲ ਕਰਤੀ ਨਾ, ਮੈਂ ਐਂ ਕਹਿਤਾ ਵੀ ਮੈਂ ਇਹ ਬੱਚਾ ਰੱਖਣਾ ਨੀ ਹੈਗਾ, ਹੁਣ ਇਹਨੂੰ ਐਂ ਮੈਂ ਪਹਿਲੀਆਂ 'ਚ ਦੱਸਦਾ ਫਿਰ ਕੁਛ ਕਰਨ ਜੋਗਰੀ ਰਹਿਣੀ ਨੀ ਹੈਗੀ, ਯਾਰ ਰਾਜ ਨਾਲ ਗੱਲ ਕਰਨੀ ਪੈਣੀ ਹੈਗੀ ਵੀ ਇਹਨੂੰ ਦੱਸਣ ਦੀ ਕੀ ਲੋੜ ਸੀ, ਮੈਂ ਤਾਂ ਐਂ ਹੈਰਾਨ ਹਾਂ, ਹੁਣ ਮੈਨੂੰ ਡਰ ਵੀ ਲੱਗੀ ਜਾਂਦਾ, ਅੱਗੇ ਨਾਲੋਂ ਇਹਦਾ ਫਰਕ ਵੀ ਬਹੁਤ ਹੈਗਾ, ਹਰੇਕ ਗੱਲ ਯਾਦ ਰੱਖਦਾ, ਐਂ ਨੀ ਪਤਾ ਤਾਂ ਮੰਮੀ ਨੂੰ ਐਂ ਕਹਿੰਦੇ ਮੰਮੀ ਰਾਜ ਐਂ ਕਹਿੰਦਾ ਸੀ ਤੇਰੀ ਬਹੂ ਕੋਲੇ ਜਵਾਕ ਹੋਣ ਵਾਲਾ, ਮੰਮੀ ਨੇ ਤਾਂ ਜਮੀ ਉਲਟ ਚੱਲਣਾ ਗਾ, ਉਹਨੇ ਤਾਂ ਸ਼ਰਿਆਂ ਵੀ ਕਹਿ ਦੇਣਾ ਵੀ ਬੱਚਾ ਹੀ ਰਾਜ ਦਾ ਗਾ, ਬਸ ਪਹਿਲੀ ਨੀ ਮਾਨ ਹੈਗੀ। ਮੈਂ ਕੀ ਕਹੂੰਗੀ, ਮੈਨੂੰ ਤਾਂ ਜਮੀ ਮਰਵਾਊਗਾ ਰਾਜ। ਹਾਂ ਆ ਗਿਆ, ਤੇ ਮੈਂ ਤਾਂ ਤੈਨੂੰ ਐਂ ਸੱਦਿਆ ਸੀਗਾ, ਫੋਨ ਤੇ ਤਾਂ ਮੇਰੀ ਗੱਲ ਨੀ ਹੁੰਦੀ। ਹਾਂ ਤੇ ਸਮਾਰਕ ਅਨਾਉਂਸਮੈਂਟ ਕਰਵਾ ਦੇਣਾ ਗੁਰਦੁਆਰੇ ਚ। ਕਾਦੀ ਕਾਦੀ? ਤੇ ਤੂੰ ਜਸ ਨੂੰ ਕਿਉਂ ਦੱਸਿਆ ਗਾ ਵੀ ਤੇਰੀ ਬਹੂ ਤੇ ਜਵਾਕ ਹੋਣ ਵਾਲਾ? ਓਏ ਯਾਰ ਸਮਾਰਕ ਅਨਾਉਂਸਮੈਂਟ ਕਰਵਾ ਦੇ ਵੀ ਮੇਰਾ ਤੇ ਸੋਨੀ ਦਾ ਬੱਚਾ ਆਏ ਕਿਹਦੇ ਨਾਲ। ਪਹਿਲਾਂ ਗੱਲ ਤਾਂ ਸੁਣ ਲਾ ਪੂਰੀ, ਉਹ ਡਾਕਟਰ ਨੇ ਮੈਨੂੰ ਕਿਹਾ ਸੀ ਕਹਿੰਦਾ ਇਹਨੂੰ ਕਿਸੇ ਤਰੀਕੇ ਨਾਲ ਨਾ ਮਾੜਾ ਮੋਟਾ ਝਟਕਾ ਦਿਓ, ਖੁਸ਼ੀ ਦਿਓ ਪੂਰੀ, ਕਹਿੰਦਾ ਇਹਨੂੰ ਕਹਿੰਦਾ ਇਹਦਾ ਦਿਮਾਗ ਸੈੱਟ ਹੋਣ ਲੱਗ ਜੇ। ਉਹ ਮੇਰੇ ਕੋਲੇ ਆ ਗਿਆ ਖੇਡੀ ਗਿਆ, ਮੈਂ ਕਹਿੰਦਾ ਤੂੰ ਆਪਦੇ ਘਰ ਵਾਲੀ ਨੂੰ ਹੁਣ ਤੰਗ ਨਾ ਕਰਿਆ ਘਰ, ਮੈਂ ਤੇਰੇ ਨਾਲ ਖੇਡਣ ਵਾਸਤੇ ਉਹਨੂੰ ਬੱਚਾ ਹੋਣ ਵਾਲਾ, ਮੈਂ ਕਿਹਾ ਛੋਟਾ ਜਿਹਾ ਕਾਕਾ ਆਊ ਤੂੰ ਉਹਦੇ ਨਾਲ ਖੇਡਿਆ ਕਰੀ ਆਇਆ ਕਰੀ, ਫੇਰ ਕੀ ਹੋਊਗਾ ਜੇ ਕਹਿਤਾ? ਹਾਂ ਡਾਕਟਰ ਨੇ ਉਹਨੂੰ ਝਟਕੇ ਦੇਣ ਨੂੰ ਕਿਹਾ ਸੀ, ਝਟਕੇ ਮੈਨੂੰ ਦੇ ਹੀ ਜਾਣਾ। ਯਾਰ ਉਹਦੇ ਕਹਿਣ ਨਾਲ ਕੀ ਹੋ ਗਿਆ ਫਿਰ ਤੈਨੂੰ? ਤੇ ਹੋਇਆ ਕਿਉਂ ਨੀ ਹੈਗਾ, ਤੈਨੂੰ ਐਂ ਪਤਾ ਵੀ ਦਵਾਈ ਨਾਲ ਉਹਦਾ ਕਿੰਨਾ ਫਰਕ ਆ, ਵਧੀਆ ਸੈੱਟ ਹੋਣ ਲੱਗ ਗਿਆ, ਹਰੇਕ ਗੱਲ ਮੰਨਦਾ ਗਾ, ਤੇ ਜੇ ਜਾ ਕੇ ਉਹਨੇ ਮੰਮੀ ਨੂੰ ਕਹਿਤਾ ਡੈਡੀ ਨੂੰ ਵੀ ਦੱਸਤਾ ਤੇ ਮੈਂ ਕੀ ਜਵਾਬ ਦਊਂਗੀ, ਮੈਨੂੰ ਐਂ ਦੱਸੀ। ਫਿਰ ਯਾਰ ਮੇਰੀ ਗੱਲ ਸੁਣ, ਅੱਜ ਨਹੀਂ ਤਾਂ ਕੱਲ ਨੂੰ ਤਾਂ ਪਤਾ ਤਾਂ ਲੱਗੂਗਾ ਹੀ, ਇਹ ਚੀਜ਼ ਲੁਕਣ ਵਾਲੀ ਆ ਯਾਰ। ਯਾਰ ਆਪਦੇ ਤਰੀਕੇ ਨਾਲ ਸਮਝਾ ਦਾਂਗੇ ਉਹਨਾਂ ਨੂੰ, ਕੋਈ ਮਾੜਾ ਮੋਟਾ ਟਾਈਮ ਤਾਂ ਦੇ ਮੈਨੂੰ, ਤੂੰ ਤਾਂ ਪਹਿਲਾਂ ਚ ਡੋਂਡੀ ਪਿੱਟਦੀ। ਜਿੰਨਾ ਜਿੰਨਾ ਛੇਤੀ ਹੋ ਸਕਦਾ ਨਾ ਪਤਾ ਲੱਗ ਜੇ ਵਧੀਆ, ਤੇਰਾ ਵੀ ਫਾਇਦਾ ਇਸ ਚੀਜ਼ ਚ।
ਤੇ ਮੇਰਾ ਵੀ ਠੀਕ ਆ ਨਾਲੇ ਜਸ ਦਾ ਹੁਣ ਤਾਂ ਜਸ ਹੈਗਾ ਅਪਸੈਟ ਹੁਣ ਤਾਂ ਤੂੰ ਤੇ ਗੱਲ ਟਾਲ ਸਕਦੀ ਆ ਜੇ ਕੱਲ ਨੂੰ ਹੋ ਗਿਆ ਉਹ ਠੀਕ ਆ ਉਹ ਆਖੂ ਮੈਂ ਤੈਨੂੰ ਹੱਥ ਤੱਕ ਨੀ ਲਾਇਆ ਤੱਕ ਫਿਰ ਇਹ ਗੱਲ ਨੀ ਸਮਝਣੀ ਹਾਂ ਫਾਇਦਾ ਦੇਖ ਇਹਦੇ ਚ ਫਾਇਦਾ ਤੇਰਾ ਹੀ ਹੋਣਾਗਾ ਹੈ ਮੇਰਾ ਤਾਂ ਨੁਕਸਾਨ ਹੀ ਹੋਣਾ ਤੇਰਾ ਕੀ ਨੁਕਸਾਨ ਹੋ ਜੂ ਨੁਕਸਾਨ ਹੀ ਹੋਊਗਾ ਮੇਰਾ ਤਾਂ ਘਰ ਪੱਟੇ ਹੀ ਜਾਣਾਗਾ ਨਾ ਜਮਾ ਓਹੋ ਬੇਬੇ ਜੇ ਤੂੰ ਉਹਨੂੰ ਐਂ ਕਹੀਂ ਮਾਤਾ ਨੂੰ ਆਪਦੀ ਨੂੰ ਸਮਝਾਏਗੀ ਵੀ ਐਂ ਕਰਕੇ ਵੀ ਜਸ ਨਾ ਹੋਇਆ ਹੋ ਗਿਆ ਮਾਤਾ ਵੀ ਪਤਾ ਨੀ ਲੱਗਿਆ ਕਿਵੇਂ ਹੋਇਆ ਕਿਵੇਂ ਨਾ ਵੀ ਪਰ ਹੋ ਗਿਆ ਜਸ ਮੇਰੇ ਨਾਲ ਪੈਂਦਾ ਰਿਹਾ ਠੀਕ ਹੈ ਹੁਣ ਤਾਂ ਤੂੰ ਇਹ ਗੱਲ ਕਹਿ ਕੇ ਉਹਨੂੰ ਸਮਝਾ ਸਕਦੀ ਆ ਠੀਕ ਹੈ ਇਦੂ ਬਾਅਦ ਜੇ ਜਸ ਹੋ ਗਿਆ ਠੀਕ ਹੈ ਉਹਨੂੰ ਕੀ ਜਵਾਬ ਦੇਗੀ ਉਹ ਯਾਰ ਪਹਿਲਾਂ ਮੈਂ ਮੰਮੀ ਨੂੰ ਗੱਲ ਸਮਝਾਉਣੀ ਸੀ ਜਿਹੜੇ ਦੋਨਾਂ ਨੂੰ ਆਪੇ ਸਮਝਾਉਂਦੀ ਜਸ ਨੂੰ ਤਾਂ ਮੈਂ ਮਗਰੋਂ ਦੱਸਦੀ ਤੂੰ ਜਸ ਨੂੰ ਕਿਉਂ ਦੱਸਿਆ ਪਹਿਲਾਂ ਮੈਂ ਐਂ ਕਹਿੰਦੀ ਹੈਗੀ ਤੈਨੂੰ ਫਿਰ ਪਹਿਲਾਂ ਇੱਕ ਵਾਰੀ ਮੇਰੇ ਨਾਲ ਫੋਨ ਤੇ ਗੱਲ ਕਰ ਲੈਂਦਾ ਗਲਤੀ ਹੋ ਗਈ ਠੀਕ ਆ ਮੈਂ ਚੰਗਾ ਸੋਚਿਆ ਸੀ ਨਾ ਠੀਕ ਆ ਮੇਰੇ ਤੇ ਮਾੜਾ ਆਏ ਨੇ ਉਹ ਬਸ ਠੀਕ ਆ ਯਾਰ ਇਦੋਂ ਤਾਂ ਹੁਣ ਕੇ ਗਲਤੀ ਹੋ ਗਈ ਕਰ ਕੁਰਕੇ ਹੁਣ ਇਦੋਂ ਗਲਤੀ ਹੋ ਗਈ ਇਹ ਗਲਤੀ ਹੈਗੀ ਕੋਈ ਯਾਰ ਤੂੰ ਕਹਿਤਾ ਗਲਤੀ ਆ ਹੁਣ ਆਈ ਨੀ ਪਤਾ ਹੈਗਾ ਮੇਰੇ ਸਲੂਸ਼ਨ ਕੱਢਣ ਤੋਂ ਪਹਿਲਾਂ ਉਹਨੇ ਮੰਮੀ ਨੂੰ ਦੱਸ ਦੇਣਾਗਾ ਮੇਰੇ ਕੋਲੇ ਕੋਈ ਜਵਾਬ ਹੀ ਨਹੀਂ ਹੁਣ ਇਹ ਉਦੋਂ ਪਹਿਲਾਂ ਤੂੰ ਹੀ ਆਪ ਹੀ ਦੱਸ ਦੇ ਆਪਦੀ ਮਾਂ ਨੂੰ ਹਾਂ ਜੇ ਉਹਨੇ ਆਏ ਕਹਿਤਾ ਵੀ ਮੈਨੂੰ ਰਾਜ ਨੇ ਦੱਸਿਆਗਾ ਉਹਦੇ ਸਾਹਮਣੇ ਕਹਿਤਾ ਮੇਰੇ ਗੱਲ ਕਰਦੀ ਤੇ ਫੇਰ ਜਿਵੇਂ ਮਰਜੀ ਦੱਸ ਠੀਕ ਆ ਯਕੀਨ ਕਿਉਂ ਨੀ ਕਰੂ ਹਾਂ ਮੇਰੇ ਤਾਂ ਘਬਰ ਹੁਣ ਯਕੀਨ ਕਿਉਂ ਨੀ ਕਰੂ ਉਹਦਾ ਮੁੰਡਾ ਪਾਗਲ ਆ ਨਾ ਮਰਦਾ ਤਾਂ ਨੀ ਇੰਨਾ ਤਾਂ ਉਹਨੂੰ ਸਮਝ ਆਊਗੀ ਵੀ ਨਾਲ ਪੈਂਦਾ ਸੀ ਉਹੀ ਉਹੀ ਗੱਲਾਂ ਤੇਰੀਆਂ ਆ ਸਾਲ ਕਿਹੜਾ ਅੱਜ ਫੇਰ ਖੜਾ ਯਾਰ ਇੱਥੇ ਅੱਜ ਫਿਰ ਨਹੀਂ ਇਹਦਾ ਇਹਦਾ ਬੜਾ ਜੱਬ ਹੋਇਆ ਇਹਨੂੰ ਤਾਂ ਬਣਾਉਣਾ ਪਊ ਬੰਦਾ ਬੜਾ ਜੱਬ ਹੋਇਆ ਹਨਾ ਆ ਅੱਜ ਫੇਰ ਖੜੇਗਾ ਮੈਂ ਆ ਸਾਲ ਕਿਹੜਾ ਅੱਜ ਫੇਰ ਖੜਾ ਇੱਥੇ ਹੈ ਅੱਜ ਫੇਰ ਖੜਾ ਹੋਏ ਹਾਂ ਕੁੜਕੇ ਉਹ ਤਾਂ ਭੱਜ ਗਿਆ ਹੁਣ ਤੂੰ ਤੂੰ ਇੱਥੇ ਕਰਦੀ ਖੜੀ ਤਾਂ ਮੈਂ ਵੀ ਇੱਥੇ ਗੰਡੇ ਗੁੰਡੇ ਕੇ ਤਾਂ ਹੈ ਹੀ ਨਹੀਂ ਗੇ ਐ ਦੋਨੇ ਭੱਜ ਗਏ ਅੱਜ ਤਾਂ ਹੋਰ ਭਾਈ ਤਗੜੇ ਹੋ ਹਾਂ ਠੀਕ ਆ ਬਈ ਹੋਰ ਠੀਕ ਆ ਤੂੰ ਵੱਜ ਗਿਆ ਕੀ ਬਣਦਾ ਮੈਂ ਤਾਂ ਇਧਰ ਹੀ ਆਇਆ ਸੀ ਛੋਟੇ ਬੰਨੇ ਅੱਛਾ ਉਹ ਕੱਲ ਫੇਰ ਮੈਂ ਫੜ ਲਏ ਹੋ ਰਾਜ ਤੇ ਉਹ ਦੋਨੇ ਖੜੇ ਤੇ ਕੰਧਨਾ ਸੋਨੀ ਹੋਰ ਅੱਛਾ ਦੋਨੇ ਭੱਜ ਗਏ ਉਹ ਤਾਂ ਡਾਣੀ ਦਿੱਤੀ ਉਹਨੇ ਮਗਰੋਂ ਜੇ ਇਧਰ ਹੋਇਆ ਤਾਂ ਇਹ ਭੱਜੇ ਮਗਰ ਪੈ ਜਾਂਦਾ ਇਹਨਾਂ ਦੇ ਮਗਰ ਪੈ ਕੇ ਕਰੂੰ ਜੋ ਖੜੀ ਨਹੀਂ ਉਹ ਭੱਜ ਗਏ ਦੇਖ ਲੈ ਲੈ ਤੂੰ ਜਮਾ ਮੈਂ ਉੱਤੇ ਵਾ ਗਿਆ ਸੀ ਕੋਲੇ ਅੱਛਾ ਇਹਨੂੰ ਤਾਂ ਭੇਜਦੇ ਆ ਚੰਡੀਗੜ੍ਹ ਭੇਜ ਬਾਈ ਉਹਦੇ ਕੰਮ ਤੇ ਭੇਜ ਹੋਰ ਇਹ ਹੁਣ ਚੌਥੀ ਵਾਰ ਫੜ ਲਏ ਫੇਰ ਲੈ ਦੇਖ ਲੈ ਰਾਜ ਦਾ ਕਰਕੇ ਆਪਣਾ ਇਹਦਾ ਕਰਕੇ ਭੇਜ ਦਿੰਦਾ ਸੀ ਮੇਰਾ ਜੱਸ ਦਾ ਵੀ ਚੱਲ ਦਵਾਈ ਦਵੂਈ ਦਵਾ ਆਉਂਦਾ ਹੈ ਹੀ ਨੀ ਬੰਦਾ ਕੁਛ ਉਹ ਆਪਣਾ ਜੱਸ ਦਾ ਕਰਕੇ ਸੱਦ ਲੈਂਦੇ ਸੀ ਮੈਂ ਚੱਲ ਦਵਾਈ ਦੁਈ ਦਵਾ ਲਿਆਉਂਦਾ ਹੈਗਾ ਹੋਰ ਨਾ ਕੋਈ ਨਾ ਆ ਜਾਂਦੇ ਤੂੰ ਇਹਨੂੰ ਆਪਦੇ ਨੂੰ ਨੂੰ ਪਿਆਰ ਨਾਲ ਸਮਝਾ ਇਹਨੂੰ ਆਖਰ ਤੂੰ ਇਹ ਕੰਮਾਂ ਚ ਕੋਈ ਫਾਇਦਾ ਨਹੀਂ ਇਹ ਤਾਂ ਕੀ ਫਾਇਦਾ ਮੈਂ ਕਹੂੰ ਉਹਨੂੰ ਸਮਝਾਉਂਗੀ ਇਹਨੂੰ ਆ ਜਾਂਦੇ ਹੋਰ ਚਾਹ ਬਣਾਵਾ ਬਈ ਨਾ ਚਾਹ ਬਸ ਚੰਗਾ ਬਈ ਚੰਗਾ ਬਈ ਨਾ ਸੋਨੀ ਘੱਟ ਆ ਗਈ ਨਾ ਰਾਜ ਘੱਟ ਆ ਗਿਆ ਆਉਂਦੇ ਮੈਂ ਉਹਨੂੰ ਦਿੰਨੀ ਆ ਪਤਾ ਅੱਜ ਆ ਜਾਂਦੇ ਘਰੇ ਮੈਂ ਪੁੱਛੂ ਭਲਾ ਉਹਨੂੰ
ਕਮਰੇ ਚ ਹੈ ਨੀ ਗਾ? ਨਾ ਹੈ ਨੀ ਗਾ, ਇਹ ਨੀ ਘਰੇ ਖੜਦਾ ਹੈਗਾ ਕਿਸੇ ਵੇਲੇ ਵੀ। ਤੈਨੂੰ ਦੱਸ ਕੇ ਗਿਆ ਉਹ? ਨਾ ਮੈਨੂੰ ਤਾਂ ਦਿਖਿਆ ਨੀ ਹੈਗਾ, ਬਾਹਰ ਤਾਂ ਹੈਗੀ ਸੀਗੀ ਬਾੜੇ ਚ, ਮੈਂ ਦੇਖੀ ਨੀ ਲੰਘਦਾ। ਭੁੱਲ ਗਈ ਸੀ, ਅੱਧਾ ਘੰਟਾ ਹੋ ਗਿਆ। ਹਾਂ ਹਾਂ ਉਹੀ ਆਇਆ ਸੀਗਾ। ਅੱਛਾ ਕਿਵੇਂ? ਉਹ ਆਹੀ ਕਹਿੰਦਾ ਸੀਗਾ, ਕਹਿੰਦਾ ਭਾਈ ਮੈਂ ਤਾਂ ਦੇਖ ਲਿਆ ਅੱਜ, ਕਹਿੰਦਾ ਜਮਾ ਹੱਥੀ ਫੜ ਲੈ ਕਹਿੰਦਾ ਉਹ। ਰਾਜ ਤੇ ਤੂੰ ਖੜੇ ਹੋਗੇ? ਅੱਛਾ ਕੱਲ ਕੱਲ ਕੱਜ ਆਈਂਦਾ ਮੈਨੂੰ ਪਤਾ ਨੀ ਕਹਿੰਦਾ ਨਾ ਕੱਲ। ਹਾਂ ਇੱਧਰ ਆਪਣੇ ਕੰਧ ਕੰਨੀ ਮੈਂ ਤਾਂ ਸਬਜ਼ੀ ਦੇਖਣ ਗਈ ਸੀਗੀ ਬਾੜੀ ਚ, ਉਧਰੋਂ ਲੰਘਿਆ ਜਾਂਦਾ ਸੀ ਰਾਜ। ਹਾਂ ਤੇ ਕਹਿੰਦਾ ਭਾਬੀ ਦਵਾਈ ਦਵੂਈ ਹੈਗੀ ਯਾਰ ਜਸ ਦੀ ਕਿ ਮੁੱਕ ਗਈ? ਮੈਂ ਕਿਹਾ ਭਾਈ ਹਜੇ ਤਾਂ ਪਈ ਆ ਦੋ ਕੁ ਦਿਨਾਂ ਦੀ। ਅੱਛਾ ਐਂ ਗੱਲਾਂ ਕਰੀ ਜਾਂਦੇ ਸੀ ਖੜੇ? ਉਹ ਤਾਂ ਕਹਿੰਦਾ ਭਾਈ ਮੈਂ ਤਾਂ ਅੱਜ ਜਮਾ ਫੜ ਲੈ ਕਹਿੰਦਾ ਕਿ ਤੇ ਮੈਂ ਸੋਨੀ ਨੂੰ ਸਮਝਾਉਂ ਕਹੂੰਗੀ ਪਹਿਲਾਂ ਕੀ ਕਹਿੰਦਾ ਸੀ ਤੈਨੂੰ ਰਾਜ। ਨਹੀਂ ਨਹੀਂ ਉਹ ਦਵਾਈ ਬਾਰੇ ਪੁੱਛਿਆ ਸੀਗਾ, ਇੰਨੇ ਤੇ ਤਾਇਆ ਜਾਂਦਾ ਸੀ ਉਧਰੋਂ ਲੰਘਿਆ। ਕਹਿੰਦਾ ਤੁਸੀਂ ਅੱਜ ਫੇਰ ਖੜੇ ਹੋਗੇ? ਮੈਂ ਤਾਂ ਆਪ ਡਰ ਗਈ, ਮੈਂ ਬੋਲੀ ਨੀ ਕੁਛ, ਰਾਜ ਵੀ ਉਧਰ ਨੂੰ ਤੁਰ ਪਿਆ ਤੇ ਮੈਂ ਵੀ ਇੱਧਰ ਨੂੰ ਘਰ ਨੂੰ ਆ ਗਈ, ਮੁੜ ਕੇ ਮੈਂ ਕੀ ਬੋਲਾਂ ਵਾ ਫਿਰ, ਮੈਂ ਉਹਨੂੰ ਕੀ ਦੱਸਦੀ ਵੀ ਮੈਂ ਕਿਵੇਂ ਖੜੀ ਹੈਗੀ। ਉਹ ਤਾਂ ਦਵਾਈ ਬਾਰੇ ਪੁੱਛਦਾ ਸੀ, ਕਹਿੰਦਾ ਪਈ ਆ ਕਿ ਖਤਮ ਹੋ ਗਈ? ਮੈਂ ਕਿਹਾ ਹਜੇ ਤਾਂ ਪਈ ਆ ਦੋ ਤਿੰਨ ਦਿਨਾਂ ਦੀ। ਚੱਲ ਫੇਰ ਉਹਨੂੰ ਅੰਦਰ ਲੈ ਆਉਂਦੀ ਤੂੰ ਘਰੇ? ਮੈਂ ਤਾਂ ਬਾੜੀ ਚ ਗਈ ਸੀਗੀ, ਉਹ ਤਾਂ ਗਾਹਾਂ ਤੋਂ ਆਉਂਦਾ ਸੀ, ਮੈਂ ਤਾਂ ਫਰਕ ਇਹੀ ਨੀ ਹੈਗਾ ਵੀ ਆ ਜਾ ਨਾ, ਮੈਂ ਤਾਂ ਇੰਨੀ ਕੁ ਗੱਲ ਹੀ ਹੋਈ ਸੀ, ਇੰਨੇ ਤਾਇਆ ਆ ਗਿਆ। ਫਿਰ ਮੈਂ ਤਾਂ ਕੁਛ ਨੀ ਬੋਲੀ, ਮੈਂ ਤਾਂ ਤਾਏ ਤੇ ਡਰਦੀ ਇੱਧਰ ਨੂੰ ਮੁੜੀ। ਫਿਰ ਚਾਹ ਪਾਣੀ ਪੁੱਛ ਲਾਂਦੀ, ਚੱਲ ਪੁੱਤ ਮੈਂ ਵੀ ਤੈਨੂੰ ਕਹਿਣੀ ਆ, ਆਈ ਕਹਿ ਦਾਂ ਨੀ ਆ। ਨਹੀਂ ਫਿਰ ਮੈਂ ਤਾਂ ਕਹੀ ਨੀ ਹੈਗਾ ਕੁਛ ਨੀ, ਮੈਂ ਤਾਂ ਤਾਏ ਨੂੰ ਵੀ ਨੀ ਬੁਲਾਇਆ ਹੈਗਾ, ਮੈਂ ਚੁੱਪ ਕਰਕੇ ਇੱਧਰ ਨੂੰ ਆ ਗਈ ਮੂੰਹ ਵੇਖ ਕੇ। ਤੂੰ ਡਰ ਗਈ? ਨਹੀਂ ਮੈਂ ਡਰ ਗਈ, ਮੈਂ ਕਿਹਾ ਤਾਏ ਬੋਲੂਗਾ ਮੈਨੂੰ। ਹੋਰ ਮੈਂ ਤਾਂ ਕੁਛ ਵੀ ਨੀ ਕਿਹਾ। ਬੋਲਿਆ ਨੀ? ਨਾ ਵੀ ਉਹਨੇ ਤਾਂ ਆਈ ਕਿਹਾ ਸੀ, ਕਹਿੰਦਾ ਇੱਥੇ ਖੜੇ ਕੀ ਕਰਦੇ ਹੋਗੇ, ਜਦੋਂ ਰਾਜ ਵੀ ਉਧਰ ਨੂੰ ਮੁੜ ਗਿਆ ਤੇ ਗਾਹ ਮੈਂ ਵੀ ਨੀ ਬੋਲੀ ਕੁਛ, ਮੈਂ ਇੱਧਰ ਨੂੰ ਆ ਗਈ। ਮੈਂ ਕਿਹਾ ਤਾਏ ਮੈਂ ਇੱਧਰ ਬਾੜੇ ਚ ਆਈ ਸੀ। ਹਾਂ ਮੈਨੂੰ ਪੁੱਛਦਾ ਸੀ, ਕਹਿੰਦਾ ਸੀ ਆ ਕੇ, ਕਹਿੰਦਾ ਭਾਈ ਅੱਜ ਤਾਂ ਕਹਿੰਦਾ ਮੈਂ ਦੋਨੇ ਫੇਰ ਇਕੱਠੇ ਫੜ ਲਏ, ਕਹਿੰਦਾ ਖੜੇ ਸੀ ਗੱਲ ਇਹਦੇ ਚ। ਮੰਮੀ ਕੀ ਫੜਨ ਵਾਲੀ ਗੱਲ ਹੈਗੀ, ਜਦੋਂ ਹੁਣ ਘਰ ਆਪਣਾ ਹੈਨਾ ਕੰਧ ਸਾਨੂੰ ਤਾਂ ਘਰ ਹੈਗਾ, ਸਰੀਕਾ ਹੈਗਾ ਗਾ, ਫਿਰ ਕੀ ਹੋ ਗਿਆ ਲੈ? ਆਇਆ ਪੁੱਤ ਆਪਾਂ ਨੂੰ ਖੜਨ ਖੜਾਉਂਦਾ ਸੋਨੂੰ, ਮੈਂ ਕੀ ਕਹਿੰਦੀ ਹਾਂ ਵੀ ਲੋਕ ਅਗਲਾ ਦੇਖਣ ਵਾਲਾ ਕਹਿ ਦਿੰਦਾ ਵੀ ਅੱਜ ਵੀ ਫੇਰ ਖੜੇ ਸੀਗੇ, ਫਿਰ ਉਹ ਲੋਕ ਮੈਨੂੰ ਆ ਕੇ ਕਹਿੰਦੇ ਨੇ ਛੋਟੀ ਬਹੂ ਰਾਤ ਕੋਲੇ ਖੜੀ ਸੀ। ਇਹ ਤਾਂ ਗੱਲ ਹੈਗੀ ਹੈਗੀ, ਚੱਲ ਹੁਣ ਤਾਂ ਖੜੇ ਤਾਂ ਆਪਣੇ ਵਰਗੇ ਸੀਗੇ, ਐਂ ਕਿਹੜਾ ਵੀ ਆਪਾਂ ਕਿਤੇ ਕੋਈ ਦੂਰ ਪਿੰਡ ਗਲੀ ਚ ਸੀ ਫੇਰ ਵੀ ਹੋਵੇ। ਮੈਨੂੰ ਤਾਂ ਪਤਾ ਵੀ ਤੁਸੀਂ ਆਪਦੇ ਹੋ, ਆਪਣੀ ਉਹ ਰਾਜ ਆ ਆਪਣੇ ਹੋ, ਫਿਰ ਲੋਕ ਨਾ ਮੈਨੂੰ ਆ ਕੇ ਕਹਿ ਦਿੰਦੇ ਨੇ ਵੀ ਉਹ ਖੜੀ ਸੀ, ਲਗਲਾ ਕਰੀ ਜਾਂਦੇ ਸੀਗੇ। ਹਾਂ ਇਹ ਤਾਂ ਗੱਲ ਹੈਗੀ ਹੈਗੀ ਸਰ, ਫਿਰ ਲੋਕਾਂ ਦਾ ਕੀ ਮੂੰਹ ਫੜੀ ਦਾ, ਲੋਕ ਇੱਥੋਂ ਤੀਕਰ ਸੋਚਦੇ ਆ, ਸੋਚ ਹੀ ਏਦਾਂ ਐਂ ਤਾਂ ਕਹਿੰਦੇ ਨੀ ਵੀ ਇਹ ਆਪਦੇ ਆ, ਲੋਕ ਗਾਹਾਂ ਇੱਕ ਦਿਆਂ ਜਾ ਕੇ ਠਾਰਾ ਬਣਾਉਂਦੇ ਆ। ਦਾਇਆ ਤਾਂ ਕਿ ਉਹਦੀ ਲਾਂਭਾ ਦੇਣ ਆ ਜਾਂਦਾ ਕਦੇ ਹਲ। ਹੋਰ ਭਈ ਮੈਨੂੰ ਤਾਂ ਉਹਨੇ ਕਿਹਾ, ਕਹਿੰਦਾ ਭਈ ਮੈਂ ਤਾਂ ਫਿਰ ਆਪਦੇ ਪੁੱਤ ਨੂੰ ਕੰਮ ਦੇ ਭੇਜ ਦਾਂਗਾ ਨਾ, ਫਿਰ ਉੱਥੇ ਕੰਮ ਤੇ ਲੱਗ ਜੂ, ਕਹਿੰਦਾ ਹੋਰ ਕੀ ਭੇਜ ਦਾਂ ਚੰਡੀਗੜ੍ਹ ਜਾਣ ਨੂੰ। ਹਾਂ ਹਾਂ ਫਿਰ ਵਧੀਆ ਭੇਜ ਦੇਵੇ, ਇਹਦੇ ਚ ਕਿ ਸਾਨੂੰ ਤਾਂ ਕੀ ਪੁੱਛਣ ਵਾਲੀ ਗੱਲ ਹੈ ਕਿ ਤੇਰਾ ਪੁੱਤ ਤੂੰ ਭੇਜ ਦੇ ਕੇ ਕਹਿੰਦਾ ਸੀ, ਕਹਿੰਦਾ ਮੈਂ ਤਾਂ ਉੱਥੇ ਭੇਜ ਦੂੰ ਫਿਰ। ਬਸ ਭੇਜ ਦੇ, ਪਹਿਲਾਂ ਵੀ ਤਾਂ ਉੱਥੇ ਹੀ ਰਹਿੰਦਾ ਸੀਗਾ। ਹਾਂ ਉਹ ਤੇ ਕੰਮ ਤੇ ਲੱਗਾ ਹੋਇਆ ਸੀ, ਹੁਣੀ ਆਇਆ ਸੀ ਕਈ ਮਹੀਨਿਆਂ ਦਾ ਇੱਥੇ, ਅੱਗੇ ਕਿਹੜਾ ਇੱਥੇ ਹੀ ਰਹਿੰਦਾ ਸੀਗਾ, ਉਹ ਤਾਂ ਉੱਥੇ ਹੀ ਰਹਿੰਦਾ ਕੰਮ ਤੇ ਆਪਦੇ। ਚੱਲ ਵਧੀਆ ਕਿ ਭੇਜ ਦੇ, ਤੇਰਾ ਪੁੱਤ ਹੈਗਾ ਚੰਡੀਗੜ੍ਹ, ਭੇਜ ਕਿਤੇ ਮਰਜ਼ੀ ਭੇਜ, ਸਾਨੂੰ ਤਾਂ ਕੀ ਹੈ। ਚੱਲ ਭਈ ਉਹਦਾ ਜਵਾਕ ਆ, ਫਿਰ ਆਪਾਂ ਤਾਂ ਕੀ ਲੈਣਾ। ਚਾਹ ਨਹੀਂ ਬਣਾਈ ਤੂੰ? ਨਾ ਬਣਾਈ ਨੀ ਮੈਂ ਤਾਂ, ਮੈਂ ਲਿਆ ਬਣਾ ਕੇ। ਚੱਲ ਪੀ ਲੈਣੇ, ਤੂੰ ਪੀ ਲੈਣਾ, ਮੈਂ ਪੀ ਲੈ। ਚੱਲ ਮੈਂ ਬਣਾ ਲਿਆ।
ਦੇਖ ਲਾ ਉਹ ਤਾਂ ਏਡਾ ਵੱਡਾ ਲਾਂਬਾ ਲੈ ਕੇ ਆਇਆ ਮੇਰੇ ਕੋਲੇ। ਇਹ ਕਹਿੰਦੀ ਮੰਮੀ ਅਸੀਂ ਤਾਂ ਊਂ ਗੱਲਾਂ ਕਰਦੀਆਂ ਸੀਆਂ, ਫਿਰ ਹੁਣ ਕੀ ਬੁੱਝੇ ਕੀ ਗੱਲਾਂ 'ਚ ਸੱਚ ਆਵੇ ਕਿਹਦਾ ਝੂਠਾ ਵਾ, ਐਂ ਗੱਲਾਂ ਹੁੰਦੀਆਂ ਨੇ। ਜਿਹੜਾ ਕੰਮ ਮੈਂ ਤੈਨੂੰ ਆਖਿਆ ਸੀ ਕਹਿ ਤੂੰ ਕਹਿਤਾ ਸੀ ਕੁਛ ਨੂੰ? ਕਹਿ ਤਾਂ ਹੈਗਾ ਸੀ, ਉਹ ਤਾਂ ਕੋਈ ਮੰਨੀ ਮੁੰਨੀ ਨੀ ਹੈਗੀ, ਨਾ ਹੀ ਮੰਮੀ ਨੇ ਕੁਛ ਕਿਹਾ ਯਾਰ ਉਹਨੂੰ। ਹਾਂ ਫਿਰ ਮੈਂ ਪਾਲੇ ਕੋਲ ਜਾਊਂ, ਫਿਰ ਤੇਰੇ ਡੈਡੀ ਕੋਲ। ਤੂੰ ਮੇਰੇ ਭਾਪੇ ਨੂੰ ਦੱਸ ਕੇ ਆਈ ਯਾਰ, ਉਹ ਆਈ ਨੀ ਉਹਦੇ ਕੋਲ ਜਾਊਂਗਾ, ਉਹਨੂੰ ਸਮਝਾ ਕੇ ਆਊਂਗਾ। ਐਂ ਤਾਂ ਮੇਰੇ ਬਾਬੂ ਜੀ ਗੱਲਾਂ ਕਰਨ ਨੂੰ ਹਟਦੀ ਨੀ, ਹਟਦੇ ਨੀ ਕੋਈ। ਉਹ ਤੂੰ ਮੇਰੇ ਭਾਪੇ ਨੂੰ ਕਹੀ ਵੀ ਤੂੰ ਇਹਨੂੰ ਘੂਰ ਇਹਨੂੰ ਸਮਝਾ ਦੇ, ਕਹਿਦੇ ਇਹਦੀ ਲਾ ਕਹਿਦੇ ਤਿੰਨ ਚਾਰ ਕਹਿਦੇ। ਕੋਈ ਨੀ ਮੈਂ ਉਹਨੂੰ ਸੁਣ ਕੇ, ਮੇਰੀ ਮੰਮੀ ਨੀ ਕੁਛ ਕਹਿੰਦੀ ਕਹਿੰਦੀ ਹੈਗੀ ਯਾਰ। ਡੈਡੀ ਕੋਲ ਜਾ ਕੇ ਆਉਣਾ, ਹੁਣ ਤਾਂ ਬਾਹਲਾ ਇੱਕੋ ਉਹ ਰਹਿੰਦੀਆਂ ਨੇ ਗੀਆਂ, ਇੱਕੋ ਹੋ ਕੇ ਤਾਂ ਕੁਛ ਹੀ ਨੀ ਕਹਿੰਦੀ ਹੈਗੀ। ਅੱਗੇ ਤਾਂ ਘੂਰ ਦਿੰਦੀ ਸੀ ਮੇਰੀ ਮੰਮੀ ਵੀ, ਅੱਛਾ ਹੁਣ ਤਾਂ ਮੇਰੀ ਬਹੂ ਨੂੰ ਕੁਛ ਨੀ ਕਹਿੰਦੀ ਹੈਗੀ, ਪਤਾ ਨੀ ਡਰਦੀ ਆ ਉਹ ਤੋਂ। ਮੈਂ ਤੇਰੇ ਡੈਡੀ ਕੋਲ ਜਾ ਕੇ ਆਉਣਾ, ਹਾਂ ਗੱਲ ਕਰਦਾ ਉਹਨੂੰ। ਕਹਿੰਦੇ ਕਹਿੰਦੇ ਤੂੰ ਕੁੱਟ ਫੜ ਕੇ ਸੋਨੀ ਨੂੰ, ਹੋਰ ਉਹਨੂੰ ਸਮਝਾ ਡੇਗ ਹੀ ਲੈ ਡਾਂਗਾ ਨਾ। ਹਾਂ ਐਂ ਤਾਂ ਫਿਰ ਇਹ ਨੀ ਹਟਦੇ ਹੈਗੇ, ਐਂ ਨੀ ਹਟਦੇ। ਮੈਂ ਉਹਨੂੰ ਵੀ ਕਢੂੰ, ਕਿਹਨੂੰ? ਰਾਜ ਨੂੰ। ਹਾਂ ਰਾਜ ਨੂੰ ਵੀ ਬਣਾਊਂ ਗੱਲ, ਤੂੰ ਰਾਜ ਨੂੰ ਕਹੀ ਉਹਨੂੰ। ਕੋਈ ਨੀ ਮੈਂ, ਮੇਰੀ ਦਵਾਈ ਕੌਣ ਦਵਾਊਗਾ? ਦਵਾਈ ਮੈਂ ਦਵਾ ਕੇ ਲਿਆਉਂ ਤੈਨੂੰ ਫਿਰ ਆਪੇ। ਅੱਛਾ ਆਹ ਚੱਲ ਚੰਗਾ ਫਿਰ, ਮੈਂ ਡੈਡੀ ਲੱਗੇ ਹੁਣ ਜਾ ਕੇ ਆਣ ਮੈਂ ਦਵਾ ਕੇ ਲਿਆਉਂ। ਆਥਣੇ ਚ ਵਗ ਜੂ, ਹੁਣ ਤਾਂ ਘਰ ਹੀ ਨਹੀਂ ਹੈਗਾ ਉਹ। ਹਾਂ ਚੱਲ ਆਥਣੇ ਵਗ ਜੂ ਫਿਰ, ਗਿਆ ਹੋਇਆਗਾ। ਤੂੰ ਜਾਈ ਉਹਨੂੰ ਕਹੀ ਫਿਰ, ਉਹਨੂੰ ਕਹੂੰ ਮੈਂ। ਚੰਗਾ ਚੰਗਾ ਹਾਲੇ ਓ ਕਿਵੇਂ ਆ? ਠੀਕ ਆ, ਤੂੰ ਦੱਸ ਕਿਵੇਂ ਆ? ਵਧ ਗਿਆ, ਮੈਂ ਤਾਂ ਤੇਰੇ ਕੋਈ ਆਇਆ ਸੀ। ਕਿਵੇਂ ਆਉਣੇ ਹੋ ਗਏ? ਉਹ ਕੱਲ ਫੇਰ ਉਹ ਜਵਾਕ ਜਿਵੇਂ ਫੜ ਲਏ ਤੇ ਉਹ ਤਾਂ ਰਾਜ ਤਾਂ ਭੱਜ ਗਿਆ। ਅੱਛਾ ਤੇ ਐਂ ਨੀ ਪਤਾ, ਦੋ ਦਿਨ ਹੋ ਗਏ ਘਰੇ ਨੀ ਆਇਆ ਉਹ ਤਾਂ, ਤੇ ਭੱਜ ਉਹ ਵੀ ਗਈ ਘੁੱਟਦਾ। ਮੈਂ ਦੋਨਿਆਂ ਨੂੰ ਸੀ, ਤੂੰ ਦੋਨਾਂ ਨੂੰ ਆਪਣਾ ਕਹਾਣੀ ਵਿਗੜਦੀ ਜਾਂਦੀ ਆ। ਮੈਂ ਤੁਹਾਨੂੰ ਦੱਸਾਂ ਕਹਾਣੀ ਤਾਂ ਫਿਰ ਵਿਗੜਦੀ ਜਾਂਦੀ ਆ ਯਾਰ, ਫਿਰ ਇਹਨੂੰ ਤੁਸੀਂ ਵੀ ਸਮਝਾਓ, ਤੁਸੀਂ ਵੀ ਕਹਿੰਦੇ ਹੋ ਮੈਂ ਇਹਨੂੰ ਪੁੱਛਦਾ, ਗੱਲ ਹੀ ਹੋਰ ਬਣਦੀ ਜਾਂਦੀ, ਕਿਹੜੇ ਜੱਸ ਨੂੰ ਦਵਾਈ ਦਵਾਉਂਦੇ ਨੇ ਇਹ? ਘੁੱਟਦਾ ਮਾਰ ਦਾਂਗਾ ਤਾਂ ਅਗਲਾ ਕਹਿੰਦਾ ਨੂੰ ਨੂੰ ਘੁੱਟਦਾ, ਹੋਰ ਜੇ ਬਾਹਰ ਗੱਲ ਬਾਤ ਕੀਤੀ ਦਿਨਾਂ ਦੀ ਉਦੋਂ ਦੋਨੇ ਘਰਾਂ ਦੀ ਬੇਇੱਜ਼ਤੀ ਹੋਜੂ ਵੀ ਆ ਲਿਆ ਜਾਂ ਸੀ ਇਹਨਾਂ ਦੀਆਂ, ਤੇ ਹੋਰ ਹੁਣ ਪੱਟੀ ਮੇਸ ਹੋ ਜੂ, ਜਮਾ ਪੱਟੀ ਮੇਸ ਹੋ ਜੂਗੀ। ਆਹ ਉਹ ਇੰਨੀ ਗੱਲ ਗਲਤ ਹੋ ਗਈ, ਤੂੰ ਤਾਂ ਹੁਣ ਦੂਜੀ ਤੀਜੀ ਵਾਰੀ ਲਾਂਭਾ ਦੇਤਾ ਯਾਰ, ਮੈਂ ਕਿੱਧਰ ਜਾਵਾਂ? ਤੇ ਹੋਰ ਫਿਰ ਹੁਣ ਮੈਂ ਤਾਂ ਫੜੇ ਨਾ, ਮੈਂ ਕੱਲ ਫੜ ਲਏ ਉਹ ਦੁਬਾਰੇ, ਫਿਰ ਮੈਂ ਇੱਥੇ ਕਿਹੜੇ ਗੰਢੇ ਫੜ ਦੇਵਾਂ? ਮੈਂ ਇੱਥੇ ਤਾਂ ਕੁਛ ਹੀ ਨੀ, ਮੈਂ ਨਾ ਗੰਢੇ ਆ ਨਾ ਲਸਣਾ ਇੱਥੇ ਮੈਂ। ਉਹ ਆ ਕਿੱਧਰ ਹੋ ਜਾਂਦਾ ਹੈ ਪਤਾ ਨੀ ਮੈਨੂੰ, ਤਾਂ ਮੈਂ ਤਾਂ ਕੁਦਰਤ ਹੀ ਟੱਪਿਆ ਜਾਂਦਾ ਸੀ ਬਾਰ ਮੂਹਰ ਦੇ। ਅੱਛਾ ਗਾਹਾਂ ਮੂਹਰੇ ਇਹ ਖੜੇ ਸੀ ਸਾਈਡ ਤੇ ਕੰਧ ਨਾ। ਬੜਾ ਕੰਮ ਯਾਰ, ਚੱਲਦੇ ਯਾਰ ਫਿਰ ਕੋਈ ਕਰਦੇ ਆ ਹੱਲ, ਕੋਈ ਹੋਰ ਸਮਝਾਓ ਯਾਰ। ਮੈਂ ਉਹਨੂੰ ਤਾਂ ਬਣਾਉਂ ਬੰਦਾ ਜਦੋਂ ਘਰੇ ਆ ਗਿਆ। ਮੈਂ ਕਿਰਪਾ ਜੀ ਹੁਣ ਮੈਂ ਇਹਦੇ ਬੱਚਾ ਬੱਚਾ ਹੁਣ ਇਹਨੂੰ ਕੁੱਟਣ ਜੋਗਰਾ ਨਹੀਂ, ਬਾੜੀ ਕੋਈ ਗੱਲ ਹੋਰ ਹੋ ਗਈ ਤੇ ਜਾਂ ਫਿਰ ਵਿਗੜ ਜੂ ਕੰਮ, ਹੋਰ ਕਹਾਣੀ ਵਿਗੜ ਜੂਗੀ। ਤੂੰ ਆਪ ਹੀ ਸਿਆਣਾ, ਹੁਣ ਨੂੰ ਕੁੱਟਦਾ ਵੀ ਬੰਦਾ ਬੁਰਾ ਲੱਗਦਾ। ਚੰਗਾ ਫਿਰ ਠੀਕ, ਹੋਰ ਸਮਝਾ ਯਾਰ, ਮਾੜਾ ਮੋਟਾ ਗਲਤ ਹੋ ਗਈ ਗੱਲ ਇਹ। ਸੋਨੀ ਕੀ ਕਰੀ ਜਾਂਦੀ ਆ? ਕੁਛ ਨੀ ਲੜੀ, ਬਸ ਕੰਮ ਕਰਕੇ ਰਿਸਕੀ ਮੈਂ ਸੀ। ਠੀਕ ਹੈ, ਕਿਵੇਂ ਕਿ ਮੈਨੂੰ ਉਹਦਾ ਪਿਓ ਲਾਂਬਾ ਦੇ ਕੇ ਗਿਆਗਾ। ਕੀ ਦਾ ਨਹੀਂ ਗੱਲ ਲਗੀ ਰੋ ਤੇਰੇ ਕੋਲੇ ਉਹ ਖੜਿਆ ਨਾ ਆਪਣਾ ਰਾਜ? ਰਾਜ? ਹਾਂ ਅੱਛਾ, ਉਹ ਤਾਂ ਨਾ ਮੈਂ ਬਾਹਰ ਸਬਜ਼ੀ ਕਰਨੀ ਗਈ ਸੀਗੀ, ਮੈਂ ਕਿਹਾ ਚੱਲ ਕੋਈ ਦੇਖ ਕੇ ਗੰਡੇ ਗੁੰਡੇ ਜੇ ਪੱਟ ਕੇ ਲਿਆਉਣੀ ਆ, ਤੇ ਰਾਜ ਨੰਗਾ ਜਾਂਦਾ ਸੀਗਾ, ਉਹਨੇ ਪੁੱਛ ਲਿਆ ਕਿ ਮੈਂ ਭਾਬੀ ਕਿਵੇਂ ਆ? ਮੈਂ ਕਿਹਾ ਵਧੀਆ, ਤੇ ਜੱਸ ਦੇ ਕਹਿੰਦਾ ਦਵਾਈ ਦਵੂਈ ਪਈ ਆ ਕਿ ਖਤਮ ਹੋ ਗਈ? ਮੈਂ ਕਿਹਾ ਨਹੀਂ ਹਜੇ ਤਾਂ ਪਈ ਆ। ਕਹਿੰਦਾ ਚੰਗਾ ਚੱਲ ਦੱਸ ਦੀ। ਮੈਂ ਕਿਹਾ ਠੀਕ ਹੈ।
ਉਹਦੇ ਕੋਲ ਮੈਂ ਗੱਲਾਂ ਕਰੀ ਜਾਂਦੀ ਸੀ ਖੜੀ, ਇੰਨੇ ਉਹਦਾ ਡੈਡੀ ਲੰਘਾ ਜਾਂਦਾ ਸੀ। ਉਹ ਕੁੜ ਗਏ, ਸਿੱਧਾ ਹੋ ਕੇ ਮੈਨੂੰ ਗੱਲ ਦੱਸ ਦੇ, ਕੋਈ ਗੱਲ ਹੋਰ ਨਾ ਹੋਵੇ। ਨਾ ਡੈਡੀ, ਇਹ ਜੀ ਕੀ ਗੱਲ ਹੋਣੀ ਸੀਗੀ ਜੇ ਕੋਈ ਗੱਲ ਹੋਵੇ? ਉਹ ਰੋਜ਼ ਕੀ ਕਰਨਾ ਵਾ ਤੇਰੇ ਕੋਲ? ਉਹ ਤਾਂ ਭਾਪੇ ਨੇ ਮੈਨੂੰ ਲਾਂਬਾ ਦੇਤਾ ਡੈਡੀ। ਉਹ ਨਹੀਂ ਆਇਆ ਸੀਗਾ ਮੇਰੇ ਕੋਲੇ, ਮੈਂ ਤਾਂ ਆਪਣੇ ਘਰੇ ਬਾਹਰਲੇ ਪਾਸੇ ਗਈ ਸੀਗੀ, ਉਧਰੋਂ ਲੰਘਿਆ ਜਾਂਦਾ ਸੀ। ਉਹ ਕਦੋਂ ਆਇਆਗਾ ਇੱਥੇ? ਜੇ ਕੋਈ ਗੱਲ ਗਈ ਤਾਂ ਮੈਨੂੰ ਦੱਸ ਦੇ, ਤੇ ਜੇ ਕੋਈ ਗੱਲ ਹੋਰ ਹੋਈ ਨਾ ਬਾਹਰ ਮੈਂ ਕਿਵੇਂ ਕਹੂੰਗਾ? ਨਹੀਂ ਡੈਡੀ, ਇਹ ਜੀ ਕੋਈ ਗੱਲ ਨਹੀਂ ਹੈਗੀ। ਫਿਰ ਮੈਂ ਦੱਸ ਨਾ ਦਿੰਦੀ ਤੁਹਾਨੂੰ ਵੀ ਕੋਈ ਗੱਲ ਹੈਗੀ? ਆਲਾ ਮੁੱਛਾਂ ਜਾੜੀਆਂ ਮਨਾਉਣੀਆਂ ਪੈਣੀਆਂ ਇਹ ਮੈਨੂੰ ਜੇ ਕੋਈ ਗੱਲ ਹੋਈ। ਡੈਡੀ ਨਹੀਂ ਹੈਗੀ ਇਹ ਜੀ ਗੱਲ, ਮੈਂ ਪਹਿਲਾਂ ਹੀ ਦੱਸ ਦਿੰਦੀ। ਮੈਂ ਫਿਰ ਉਹਦੇ ਭਾਪੇ ਨੇ ਮੈਨੂੰ ਲਾਂਭਾ ਕਿਵੇਂ ਦਿੱਤਾ? ਉਹ ਡੈਡੀ ਤਾਂ ਉਹੀ ਬਸ ਉਹ ਕਰੀ ਜਾਂਦਾ ਗਾ। ਨਹੀਂ ਡੈਡੀ, ਤੁਸੀਂ ਤਾਂ ਉਹੀ ਵਹਿਮ ਕਰੀ ਜਾਂਦੇ ਹੋ। ਰੋਜ਼ ਤੂੰ ਕਹਿੰਦੇ ਨੇ ਕਿ ਗੰਢੇ ਲੋਟ ਕਰਦੀ, ਮੈਂ ਰੋਜ਼ ਗੰਢੇ ਲੋਟ ਕਰਦੀ ਸੀ। ਉਦੋਂ ਆ ਗਿਆ ਕਿ ਰੋਜ਼ ਗੰਢੇ ਮਿਲੇ ਉਹਦਾ, ਇੰਨੇ ਕਿਹੋ ਜਿਹੇ ਗੰਢੇ ਨਿਕਲੇ ਤੇਰੇ ਲੋੜ ਹੀ ਨੀ ਆਉਂਦੇ। ਡੈਡੀ ਮੈਂ ਤਾਂ ਹਰੇ ਗੰਢੇ ਦੇਖਣ ਵਗ ਗਈ ਸੀ ਉਧਰ ਬਾੜੀ ਚ, ਹੋਰ ਤਾਂ ਕੁਛ ਨੀ। ਉਹਦੇ ਤਾਂ ਪਹਿਲਾਂ ਵਾਲੀ ਗੱਲ ਤਾਂ ਤੁਸੀਂ ਉਹ ਵੀ ਲਈ ਬੈਠੇ ਹੋਗੇ, ਉਹ ਤਾਂ ਉੱਥੇ ਆਪਣੇ ਪੱਟ ਕੇ ਰੱਖੇ ਪਏ ਸੀ ਜਿਹੜੇ, ਉਹਦੇ ਤਾਂ ਉਹ ਛੰਡਦੀ ਸੀਗੀ। ਹਾਂ, ਫਿਰ ਮੈਂ ਥੋੜੀ ਝੂਠ ਬੋਲਦੀ ਹੈਗੀ। ਤੂੰ ਆ ਮੇਰੀ ਪੱਗ ਨਾ ਰੋਲਦੀ ਕਿਤੇ। ਡੈਡੀ ਐਂ ਕਿਉਂ ਕਹਿੰਦੇ ਹੋਗੇ ਤੁਸੀਂ? ਧੀਆਂ ਵਰਗੀਆਂ ਧੀ ਸਮਝਦਾ ਮੈਂ ਤੈਨੂੰ, ਇੱਜ਼ਤ ਨਾ ਰੋਲੀ ਜਾਵੇ। ਬਾਹਰ ਜੇ ਗੱਲ ਪਾ ਗਈ ਨਾ ਦੇਖ ਲਾ, ਜੇ ਕੋਈ ਗੱਲ ਗਈ ਮੈਨੂੰ ਉਹ ਦੱਸ। ਨਹੀਂ ਡੈਡੀ ਕੋਈ ਗੱਲ ਨੀ ਹੈਗੀ, ਜੇ ਕੋਈ ਗੱਲ ਹੋਈ ਨਾ ਫਿਰ ਸਾਰਾ ਨਾ ਪਹਿਲਾਂ ਮੈਂ ਖੜਨ ਦਾ ਮਤਲਬ ਹੈ ਨਹੀਂ। ਠੀਕ ਹੈ, ਇਦਾਂ ਮੁੜ ਕੇ ਡੈਡੀ ਜੇ ਕੋਈ ਮੈਂ ਟੱਕਰ ਵੀ ਗਿਆ ਮੈਂ ਬੁਲਾਉਂਦੀ ਵੀ ਨਹੀਂ। ਹੋਰ ਦੱਸ ਬਸ। ਠੀਕ ਹੈ, ਬੁਲਾਉਣਾ ਨਹੀਂ ਹੈਗਾ। ਮੈਂ ਬੁਲਾਉਂਦੀ ਵੀ ਨਹੀਂ ਹੈਗੀ, ਮੈਂ ਕਦੋਂ ਵੀ ਸਾਡੇ ਘਰੇ ਕਲੇਸ਼ ਪੈਂਦਾ ਗਾ ਰਾਜ, ਮੈਨੂੰ ਬੁਲਾਇਆ ਨਾ ਕਰ, ਦਿਓਰ ਭਾਬੀ ਦਾ ਰਿਸ਼ਤੇ ਖਤਮ ਕਰ ਦੂੰਗੀ ਮੈਂ ਤਾਂ। ਹਾਂ, ਕਿਦੋਂ ਆਲਾ ਮੈਨੂੰ ਲਾਂਭਾ, ਉਹਦਾ ਪਿਓ ਲਾਂਭਾ ਦਿੰਦਾ, ਫਿਰ ਭਲਾ ਉਹ ਕਿਸੇ ਗੱਲ ਤੂੰ ਲਾਂਭਾ ਦੇਊਗਾ? ਉਹ ਡੈਡੀ ਉਹਦੇ ਆਖੇ ਨੀ ਲੱਗਦਾ ਹੈਗਾ, ਕਿਉਂਕਿ ਉਹਨੂੰ ਕਈ ਵਾਰੀ ਕਹਿਤਾ ਵੀ ਚੰਡੀਗੜ੍ਹ ਵਗ ਜਾ, ਜਾਂਦਾ ਨੀ। ਹੁਣ ਆਪਾਂ ਨੂੰ ਕੀ ਪਤਾ ਕਿੱਥੇ ਜਾਂਦਾ ਕੀ ਕਰਦਾ ਗਾ, ਉਹ ਉਹਦੇ ਹਰਖ ਚ ਉਹਨੂੰ ਆਏ ਹੁੰਦੇ ਨੇ ਪੰਦਾ ਕੋਈ ਕੁਛ ਕਰੀ ਜਾਵੇ ਆਪਾਂ ਨੂੰ ਕੀ। ਬਸ ਫਿਰ ਉਹਦੇ ਦਿਮਾਗ ਚ ਬੈਠ ਨੂੰ ਪੈ ਰਿਹਾ ਵੀ ਕੋਈ ਗੱਲ ਨਹੀਂ, ਕੋਈ ਨਹੀਂ, ਮੈਂ ਦੂਰ ਟੈਨਸ਼ਨ ਨਹੀਂ। ਇਦੋਂ ਬਾਅਦ ਜੇ ਮੈਂ ਖੜੀ ਦੇਖ ਲਈ ਕਿਤੇ ਮੱਗਾਂ ਘੋੜ ਕੇ ਮਾਰ ਦੂੰ, ਹੁਣ ਤਾਂ ਮੈਂ ਤੈਨੂੰ ਪੁੱਤਾਂ ਮੂੰਹ ਨਾਲ। ਨਹੀਂ ਡੈਡੀ ਕੋਈ ਗੱਲ ਨਹੀਂ, ਚਾਹੋ ਠੀਕ ਆ। ਜੇ ਉਹਦੇ ਪਾਪੇ ਦਾ ਹੁਣ ਲਾਂਭਾ ਆ ਗਿਆ ਨਾ, ਦੇਖ ਲਾ ਕਿਵੇਂ ਬਣੂ ਤੇਰੇ। ਨਹੀਂ ਲਾਂਭਾ ਹੁੰਦਾ ਤੁਹਾਡੇ ਕੋਲ? ਹਾਂ, ਅੜੇ ਆ ਕੇ ਹੋਗਾ, ਦਿਨੋਂ ਦਿਨ ਦਿਨੋਂ ਦਿਨ ਕਹਾਣੀ ਵਿਗੜਦੀ ਹੋਈ ਜਾਂਦੀ ਹੈਗੀ। ਮੈਂ ਇੰਨਾ ਐਂ ਸੁਣੇ ਵੀ ਮੈਂ ਫੂਕ ਫੂਕ ਕੇ ਪੈਰ ਧਰਦੀ ਹੈਗੀ ਹਰ ਕਦਮ, ਫਿਰ ਵੀ ਉਹਨੂੰ ਨਹੀਂ ਪਤਾ ਲੱਗ ਜਾਂਦਾ ਗਾ। ਹੁਣ ਤਾਂ ਡੈਡੀ ਮਾੜਾ ਮੋਟਾ ਵਿਸ਼ਵਾਸ ਕਰਦਾ ਸੀਗਾ, ਇਹਨੂੰ ਵੀ ਸ਼ੱਕ ਪੈਦਾ ਹੋ ਗਿਆ ਜਮੀ। ਕੀ ਕਰਾਂ ਯਾਰ ਮੈਂ, ਮੈਨੂੰ ਤਾਂ ਕੁਛ ਸਮਝ ਨਹੀਂ, ਕਿਤੇ ਮੈਂ ਗਲਤ ਤਾਂ ਨਹੀਂ ਕਰ ਰਹੀ ਜਿਹੜਾ ਕੁਛ ਕਰ ਰਹੀ ਹੈਗੀ। ਯਾਰ ਕੀ ਕਰਾਂ, ਮੈਨੂੰ ਤਾਂ ਕੁਛ ਸਮਝ ਹੀ ਨਹੀਂ ਆਉਂਦੀ ਹੈਗੀ, ਮੈਂ ਤਾਂ ਕਿਸੇ ਪਾਸੇ ਜੋਗਰੀ ਨਹੀਂ ਰਹਿਣੀ ਹੈਗੀ। ਕਿਤੇ ਰਾਜ ਤਾਂ ਨਹੀਂ ਕੋਈ ਮੇਰੇ ਨਾਲ ਖੇਲੀ ਜਾਂਦਾ ਗਾ ਤਾਂ ਨਹੀਂ? ਮੈਨੂੰ ਤਾਂ ਇਹ ਲੱਗਦਾ ਵੀ ਉਹੀ ਕੋਈ ਪਲੈਨ ਕਰੀ ਜਾਂਦਾ ਗਾ, ਕਿਉਂਕਿ ਰਾਜ ਵੀ ਜਦੋਂ ਮੈਂ ਰਾਜ ਨੂੰ ਮੇਰੇ ਰਾਜ ਇੰਨਾ ਔਖੜੇ ਔਖੜੇ ਬੋਲਦਾ ਸੀ, ਕਿਤੇ ਮੈਂ ਚਾਰ ਸਪੇਰੇ ਫਸ ਜਾਵਾਂ, ਨਾ ਤਾਂ ਮੈਂ ਹੋਰ ਪਾਸੇ ਜਾਣ ਜੋਗਰੀ, ਗਾਹਾਂ ਰਾਜ ਦਾ ਬੱਚਾ ਮੇਰੇ ਪੇਟ 'ਚ, ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਮੈਂ ਕਰਾਂ ਕੀ। ਹੁਣ ਚੱਲੀ ਕੀ ਜਾਂਦਾ ਗਾ ਮੈਨੂੰ ਆਈ ਨਹੀਂ ਪਤਾ ਲੱਗਦਾ ਹੈਗਾ, ਮੇਰੀ ਜ਼ਿੰਦਗੀ ਮੈਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਵੀ ਮੇਰੀ ਜ਼ਿੰਦਗੀ ਨਾਲ ਹੋ ਕੀ ਰਿਹਾ ਗਾ, ਕਿਹਦੀ ਮੈਂ ਮੰਨਾਂ, ਆਪਦੇ ਦਿਮਾਗ ਦੀ ਮੰਨਾਂ ਜੇ ਦਿਲ ਦੀ, ਜਾਂ ਮੈਂ ਪੇਕਿਆਂ ਦੀ ਮੰਨਾਂ ਜਾਂ ਮੈਂ ਸਹੁਰਿਆਂ ਦੀ, ਮੈਂ ਤਾਂ ਚਾਰ ਸਪੇਰੇ ਫਸੀ ਬੈਠੀ ਹੈਗੀ। ਸਤਿ ਸ੍ਰੀ ਅਕਾਲ ਆਂਟੀ ਜੀ। ਸਤਿ ਸ੍ਰੀ ਅਕਾਲ, ਹੋ ਠੀਕ ਆ? ਹਾਂ ਵਧੀਆ। ਪੜਾਈ ਜੀ ਦੀਦੀ ਕੀ ਨੇ? ਮੈਂ ਕਿਹਾ ਹੁਣ ਵੀ ਆਇਆ ਉਹ ਬਸ ਰਾਜ ਥੋੜਾ ਜਿਹਾ ਕੰਮ ਹੋ ਗਿਆ ਸੀਗਾ। ਅੱਛਾ, ਮੈਂ ਕਿਹਾ ਉਹ ਨਵੇੜ ਕੀ ਬਾਗ ਚੱਲਦੇ ਆ। ਅੱਛਾ, ਕਿਵੇਂ ਹੋਈ ਸੀ ਗੱਲ ਸੋਨੀ ਨਾਲ? ਹੋਈ ਹੋਈ ਪਈ ਤਾਂ ਪੈਰ ਤੇ ਪਾਣੀ ਹੀ ਪੈਣ ਦਿੱਤਾ, ਬੁੜਾ ਬੁੜੀ ਮਗਰ ਲਾ ਰੱਖੀ ਆ, ਮੰਨੀ ਨਹੀਂ ਜਾਵਾਂ ਵੀ ਕਮਾ ਕਮਲੀ ਆ ਮਗਰ ਲੱਗ ਰਹੀ ਉਹਨਾਂ ਦੇ, ਫੇਰ ਉਸ ਵੀ ਹੋਣੀ ਆ। ਮੈਂ ਤਾਂ
ਅੱਛਾ ਹੋਰ ਤੇ ਤੇਰੀ ਰਿਸ਼ਤੇਦਾਰੀ ਹੈ ਤੂੰ ਉੱਥੇ ਰਹਿ ਮੇਰੀ ਮਾਸੀ ਆ ਤੂੰ ਮਾਸੀ ਆ ਤੂੰ ਲਾ ਲਾ ਮਹੀਨਾ ਵੀ ਦਿਨ ਲਾਉਣਾ ਕੋ ਮਹੀਨਾ ਹਨਾ ਇਹੀ ਜੁਗਤੀ ਬਣਾ ਕੋਈ ਖੈੜਾ ਲਿਕੋ ਛੁੱਟ ਜੇ ਉਹ ਨਰਕ ਚ ਨਿਕਲ ਜੇ ਆਂਦਾ ਸਾਡੀ ਚੰਗੀ ਜਾਣ ਪਛਾਣ ਆ ਸੋਨੀ ਨਾਲ ਮੇਰੇ ਨਾਲ ਕਾਲਜ ਵਿੱਚ ਪੜ੍ਹਦੀ ਹੁੰਦੀ ਸੀ ਤੂੰ ਕਿਹੜਾ ਵੀ ਉਹ ਜਾਣਦਾ ਹੈਗਾ ਚੰਗਾ ਭਲਾ ਜਾਣਦਾਗਾ ਪੁਰਾਣੀ ਲਿਹਾਜ਼ ਆ ਸਾਡੀ ਇਹ ਗੱਲ ਮੰਨ ਲੈ ਕੋਈ ਇੱਕ ਦੋ ਦਿਨ ਦਾ ਨਹੀਂ ਕੰਮ ਲਾਉਣਾ ਪਊ ਨਾ ਮਹੀਨਾ ਮਤਲਬ ਆਪਣੇ ਮਹੀਨਾ ਲਾ ਉਹ ਤਾਂ ਕਦੇ ਬੁੜਾ ਆ ਜਾਂਦਾ ਲਾਂਬਾ ਲੈ ਕੇ ਕਦੇ ਬੁੜੀ ਆ ਜਾਂਦੀ ਆ ਭਾਈ ਉਹਨਾਂ ਐਵੇਂ ਉੱਥੇ ਨਰਕ ਚ ਮਾਰੀ ਜਾਂਦੀ ਆ ਡੁੱਬੀ ਜਾਂਦੀ ਆ ਫੇਰਾ ਕਿਹੜੀ ਮੰਗ ਨਹੀਂ ਲੋਟਾਉਂਦੇ ਇਹ ਬੁੜਾ ਬੁੜੀ ਲੋਟਾਉਂਦੇ ਤੁਹਾਡੇ ਹੋਟਲ ਦੇਖੀ ਆ ਜਦੋਂ ਕੋਈ ਗੱਲ ਹੀ ਨਹੀਂ ਸੁਣਦਾ ਆਂਟੀ ਹਾਂ ਆਪਾਂ ਘੰਟਾ ਕੱਟਣਾ ਔਖਾ ਹੋ ਜਾਂਦਾ ਉਹ ਪਤਾ ਨਹੀਂ ਕਿਹੜੇ ਸਿਰ ਤੇ ਕੱਟੀ ਜਾਂਦੀ ਆ ਮੁੰਡਾ ਉਧਰੋਂ ਕਮਲਾ ਆ ਜਾਗਾ ਬਸ ਉਹ ਲੋਕਾਂ ਦੀ ਕਿਚਾਈ ਮੰਨੀ ਜਾਂਦੀ ਹੈ ਮਗਲਾ ਕੋਈ ਤਲਾਕ ਦੇ ਗਈ ਹੋਰ ਤਾਂ ਕੀ ਹੋਣਾਗਾ ਤਲਾਕ ਫਿਰ ਉਹ ਉਹਨਾਂ ਬਾਰੇ ਸੋਚੀ ਜਾਂਦੀ ਆ ਆਪਣੀ ਜ਼ਿੰਦਗੀ ਬਾਰੇ ਤਾਂ ਸੋਚਦੇ ਨਹੀਂ ਬਥੇਰਾ ਮੈਂ ਕਹਿੰਦੀ ਆ ਵੀ ਜ਼ਿੰਦਗੀ ਦਾ ਸਵਾਲ ਹੈ ਇਹ ਦੋ ਦਿਨ ਕਹਿਣਗੇ ਲੋਕ ਤਲਾਕ ਦੇ ਤਾਂ ਤਲਾਕ ਦਾ ਕੌਣ ਪੁੱਛਦਾ ਸੀ ਬਾਕੀ ਹੁਣ ਤਾਂ ਮਾਹੌਲ ਹੀ ਹੋ ਰਿਹਾ ਇਹ ਜਾ ਹੁਣ ਤਾਂ ਛੱਡ ਛੜਾਈ ਮਿੰਟ ਦਾ ਕੰਮ ਆ ਅੱਗੇ ਹੁੰਦਾ ਵਿਚਾਰਾ ਸਾਡੇ ਵੇਲੇ ਚੱਲ ਮੈਂ ਤਾਂ ਵੈਸੇ ਵੀ ਹੁਣ ਫ੍ਰੀ ਹਾਂ ਕੰਮ ਤੋਂ ਫੇਰ ਤੂੰ ਕਰ ਕੋਸਟ ਮਾਰੀ ਉਧਰ ਰਹਿ ਕੇ ਮਹੀਨਾ ਨਾਲੇ ਮੈਂ ਮਾਸੀ ਕੋਲ ਰਹਿ ਪੂੰਗਾ ਹਾਂ ਨਾਲੇ ਉਧਰ ਹੋ ਜਾਊਗਾ ਮੈਂ ਤਾਂ ਭਾਈ ਸੋਚੀ ਬੈਠੀ ਆ ਵੀ ਕੁੜੀ ਦਾ ਵਿਆਹ ਨਹੀਂ ਤੈਨੂੰ ਵਿਆਹਣੀ ਆ ਦੇਖ ਸੇ ਰੋਡ ਉਹਨੂੰ ਖੜਾ ਖੜਾ ਦੇ ਵਧੀਆ ਗੱਲਾਂ ਕੋਈ ਨਾ ਆਂਟੀ ਮੈਂ ਵੀ ਹਾਂ ਮੈਂ ਹੀ ਸੋਨੇ ਨਾਲ ਵਿਆਹ ਕਰਾਂਗੀ ਕਿਤੇ ਵੇਲੇ ਵੇਲੇ ਉਹਨਾਂ ਪਰਾਂ ਕਿਤੇ ਫਿਰਦੀ ਹੁੰਦੀ 100 ਬਾਰ ਬੜੀਆਂ ਬੁੜੀਆਂ ਸਬਜ਼ੀਆਂ ਚ ਤੇ ਉਹਨਾਂ ਪਤਾ ਲੱਗ ਜੇ ਕਮ ਢੋਲੇ ਨੂੰ ਨਾ ਕੋਈ ਨਾ ਹਾਂ ਉਹ ਤਾਂ ਖੜਾ ਛੱਡਦੇ ਸੱਸੀਆਂ ਮਾਰ ਟੱਪਰ ਪੂਰੀ ਨਿਗਰਾਨੀ ਰੱਖੂਗਾ ਇਹ ਤਾਂ ਉਹ ਸੱਸੀਆਂ ਮਾਰ ਟੱਪਰ ਆ ਹਣੀ ਗਾਉਣ ਨਾਲ ਹੋ ਰਹੀ ਬਸ ਹੁਣ ਤੁਹਾਡੇ ਨਾਲ ਕਿਹੜਾ ਜਵਾਨ ਕਰਤੀ ਬਸ ਆਪਣੀ ਤਾਂ ਪੱਥਰ ਦੇ ਲਖੀਰ ਆ ਸਾਡੀ ਵੀ ਲਖੀਰੀ ਆ ਫਿਰ ਕੁੜੀ ਲੋੜ ਮੈਂ ਤਾਂ ਤੁਹਾਨੂੰ ਸੱਚ ਦੱਸਾਂ ਵਿਆਹ ਤਾਂ ਪਹਿਲੇ ਹੀ ਕਰਾਉਣਾ ਸੀਗਾ ਉਹ ਬਸ ਤੁਸੀਂ ਸੋਨੀ ਨੇ ਗੱਲ ਹੋਈ ਨਹੀਂ ਤੁਹਾਡੇ ਨਾਲ ਕਹਿ ਨਹੀਂ ਸਕੀ ਮੈਂ ਤਾਂ ਦੱਸਿਆ ਨਹੀਂ ਕਾਵਲੀ ਜੇ ਮੈਂ ਕਾਹਨੂੰ ਬਿਆਉਂਦੀ ਸੀ ਮੈਂ ਅਸੀਂ ਦੋਨਾਂ ਨੇ ਵਿਆਹ ਕਰਾਉਣਾ ਸੀ ਵਧੀਆ ਰਹਿੰਦੇ ਕਾਵਲੇ ਨਾਲ ਤਾਂ ਖੜਾ ਛੱਡਦਾ ਬਸ ਉਹਦੇ ਮੰਗੂ ਸੰਜੋਗ ਥੋੜੇ ਜਿਹਾ ਲੇਟ ਮਿਲਨੇ ਸੀਗੇ ਸੰਜੋਗਾ ਲਿਖਿਆ ਸੀ ਕਿਹੜਾ ਦਾਗ ਲੱਗਣਾ ਸੀ ਫਿਰ ਲੱਗਣੀ ਸੀ ਬਸ ਜਿਹੜਾ ਦੁੱਖ ਭੋਗਣਾ ਸੀਗਾ ਜਾਂ ਉਹਨਾਂ ਦਾਣਾ ਪਾਣੀ ਲਿਖਿਆ ਸੀ ਤੇ ਖਾਣਾ ਉਹ ਉਹਨਾਂ ਚਿਰ ਮੈਂ ਆਖਿਆ ਵੀ ਸੀ ਸੋਨੀ ਨੂੰ ਮੈਂ ਕਿਹਾ ਤੁਸੀਂ ਗੱਲ ਤਾਂ ਕਰਕੇ ਦੇਖ ਲਓ ਹਾਂ ਕਹਿੰਦੀ ਨਹੀਂ ਮੰਨਣੇ ਨਹੀਂ ਗਏ ਘਰੇ ਮੰਨਣੇ ਕਿਉਂ ਨਹੀਂ ਉਹ ਅੱਜ ਕੱਲ ਤਾਂ ਹਰੇਕ ਹੀ ਕਰਾਈ ਜਾਂਦਾ ਰਿਵਾਜ ਹੀ ਆਇਆ ਇਹ ਗੱਲ ਕਰਦੀ ਫਿਰ ਵਧੀਆ ਆਪਾਂ ਕੋਈ ਦੇਖ ਦਹੀਂ ਖਾਈ ਕਰ ਲੈ ਤੇ ਉਧਰ ਉਧਰ ਹੀ ਕੋਈ ਨਾ ਆਂਟੀ ਤੁਸੀਂ ਬੇਫਿਕਰ ਰਹੋ ਉਹ ਮੈਂ ਤਾਂ ਟੈਕਸ ਲੱਗੀ ਰਹਿੰਦੀ ਆ ਵਾਲੀ ਬਸ ਉਹਦੀ ਜ਼ਿੰਦਗੀ ਹੁਣ ਐ ਸਮਝੋ ਵੀ ਸੌਖੀ ਹੈ ਹਾਂ ਤਾਂ ਬੁੜਾ ਮੈਨੂੰ ਆ ਕੇ ਕਹਿੰਦਾ ਤਾਂ ਤੁਸੀਂ ਜੀਜੇ ਨਹੀਂ ਆਏ ਉਹਨਾਂ ਨੇ ਪਰ ਮੈਂ ਕਹਾਉਣੀ ਆ ਤੁਸੀਂ ਤਾਂ ਲੈ ਕੇ ਲਿਆਉਂਦੇ ਨਹੀਂ ਕੁੜੀ ਨੂੰ ਮਿਲਾਉਂਦੇ ਨਹੀਂ ਮੁੰਡਾ ਨੇ ਲੈ ਕੇ ਆਉਂਦਾ ਫਿਰ ਅਸੀਂ ਆਉਣੀ ਆ ਭਾਈ ਇੱਕ ਤਾਂ ਚੋਰੀ ਕੀਤੀ ਉੱਤੋਂ ਸਿੰਗਾ ਚੋਰੀ ਇੱਕ ਦਾ ਪਾਉਂਦੇ ਆ ਮੈਂ ਕਹਾਂ ਦੱਸਿਆ ਹੈ ਭਾਈ ਮੁੰਡਾ ਕਮਲਾ ਅੱਗ ਮਾੜਾ ਮੋਟਾ ਕੋ ਹਜੇ ਵੀ ਸਿਧਰੇਗਾ ਨਾਲੇ ਚੋਰੀ ਰੱਖ ਗਏ ਨਾਲੇ ਮੇਰੀ ਕੁੜੀ ਨੂੰ ਡਬੋਤਾ ਸੋਨੀ ਦੇ ਚੋਰ ਕੋ ਆ ਗਏ ਥੇ ਤੇ ਬੁਲਾਈ ਕੋ ਸੁੱਕਾ ਕੇ ਕਹਿਣਾ ਸੁਣ ਕੇ ਗਏ ਬਸ ਆਈ ਆ ਅੱਜ ਕੱਲ ਤਾਂ ਚਲ ਆਂਟੀ ਤੁਸੀਂ ਬੇਫਿਕਰ ਰਹੋ ਕੋਈ ਨਹੀਂ ਚਲ ਸਾਬਾ ਸਾਬਾ ਲੈ ਮਾਸੜ ਤਾਂ ਆ ਪਿਆਗਾ ਸਤਿ ਸ੍ਰੀ ਅਕਾਲ ਮਾਸੜ ਜਾਗਦੀ ਆ ਜਾਗਦੀ ਆ ਹੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਿਵੇਂ ਆ ਵਧੀਆਗਾ ਤੁਸੀਂ ਦੱਸੋ ਵਧੀਆ ਹੋਰ ਵਧੀਆਗਾ ਆ ਗਿਆ ਫਿਰ ਤੂੰ ਬਿਨ ਦੱਸੇ ਹੀ ਆ ਗਿਆ ਹੋਰ ਮਾਸੜ ਆ ਗਿਆ ਬਸ ਜੀ ਜਾ ਕਰ ਆਇਆ ਮੈਂ ਮਿਲਣ ਨੂੰ ਅੱਛਾ ਚਲ ਵਧੀਆ ਹੋ ਗਿਆ ਹੋ ਗਿਆ ਹੁਣ ਤਾਂ ਮਹੀਨਾ ਇੱਥੇ ਆ ਚੱਲ ਨਾ ਮੇਰਾ ਜੀ ਲੱਗ ਜੂਗਾ ਹੋਰ ਹਾਂਗੇ ਇੱਥੇ ਰਹਿ ਮਹੀਨਾ ਤੇ ਰਾਜ ਰਾਜ ਤਾਂ ਚੰਡੀਗੜ੍ਹ ਗਿਆ ਹੋਇਆ ਬਗ ਵੀ ਗਿਆ ਚੰਡੀਗੜ੍ਹ ਹੋਰ ਮੈਂ ਤਾਂ ਮਿਲਣਾ ਸੀਗਾ ਚੱਲ ਚੰਡੀਗੜ੍ਹ ਵਾ ਗਿਆ ਉਹ ਤਾਂ ਮੁਲਾਕਾਤ ਹੋ ਹੀ ਗਈ ਸੀਗੀ ਅੱਛਾ
ਚੱਲ ਵਧੀਆ ਨੇ, ਮੇਰਾ ਜੀ ਲੱਗ ਜੂ, ਮੈਂ ਮੇਰਾ ਜੀ ਲੱਗ ਜੂਗਾ ਹੁਣ ਇੱਥੇ ਸੌਣ, ਹੁਣ ਤਾਂ ਮਹੀਨਾ ਕ ਇੱਥੇ ਲਾ ਕੇ ਜਾਊਂਗਾ ਹੋਰ ਹੈ ਇੱਥੇ ਮਹੀਨਾ। ਤੇ ਹੋਰ ਚਾਹ ਪਾਣੀ? ਉਹਦਾ ਮੈਂ ਬਨਾਨਾ ਸ਼ੇਕ ਪੀ ਆਇਆ ਸੀ, ਚਾਹ ਦੀ ਤਾਂ ਠਹਿਰ ਕੇ ਬਣਾ ਲਾਂ। ਅੱਛਾ, ਹੋਰ ਫਿਰ ਵਿਆਹ ਵੂਹ ਦਾ ਨੀ ਕਰਾਉਂਦਾ ਤੂੰ? ਬਸ ਵਿਆਹ ਵੀ ਕਰਾਉਣ ਜਾ ਰਹੇ ਹਾਂ ਮਹੀਨੇ ਦੋ ਮਹੀਨੇ ਤੱਕ। ਅੱਛਾ, ਉਹ ਹੈਗੀ ਆ ਕੁੜੀ ਨਾਲ ਆਪਣੀ ਗੱਲ ਮੇਰੀ, ਵਿਆਹ ਕਰਾਉਣਾ ਮੈਂ ਲਵ ਮੈਰਿਜ। ਅੱਛਾ, ਬਸ ਉਹਦੇ ਮਾਪੇ ਰਹਿ ਗਏ ਥੋੜੇ ਜੇ, ਥੋੜੇ ਜੇ ਬਸ ਇੱਧਰ ਸੈਟਿੰਗ ਹੋ ਕੇ ਲਵ ਮੈਰਿਜ ਹੀ ਕਰਾਉਣੀ ਆ ਮੈਂ ਤਾਂ। ਚਲੋ ਵਧੀਆ ਫਿਰ, ਬਾਕੀ ਤਾਂ ਕੰਮ ਸੈੱਟ ਆ। ਚਲੋ, ਕੰਮ ਕਾਰ ਵਧੀਆ ਆਪਣਾ ਚੱਲੀ ਜਾਂਦਾ ਗਾ, ਦੇਖਾਂਗੇ ਵਿਆਹ ਤੇਰਾ। ਹੋਰ ਤੁਸੀਂ ਦੱਸੋ, ਸਿਹਤਾਂ ਵਧੀਆ ਰਹਿੰਦੀਆਂ ਨੇ? ਵਧੀਆ ਵਧੀਆ ਜਮਾ। ਚਲੋ ਵਧੀਆ ਗਾ। ਲੈ ਦੂਜੇ ਕਮਰੇ ਸਫਾਈ ਹੋ ਗਈ ਨਾ, ਵੀ ਕਰ ਹੀ ਦਿੰਦੀ ਹੈਗੀ ਤਾਇਆ, ਕਿੱਥੇ ਗੱਲਾਂ ਕਰੂੰਗਾ ਸਫਾਈ।